ਕੋਈ ਇਸ਼ਕ ਨਚਾਇਆ ਕਰਕੇ ਥਈਆ ਥਈਆ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਛੇਤੀ ਮੋੜ ਤਬੀਬਾ ਨਹੀਂ ਤੇ ਮੈਂ ਮਰ ਪਈਆ ਛੇਤੀ ਮੋੜ ਤਬੀਬਾ ਨਹੀਂ ਤੇ ਮੈਂ ਮਰ ਪਈਆ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ ਪੰਜਾਬ ਦਰਸ਼ਨ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਬਹੁਤ ਹੀ ਇੱਕ ਮਹੱਤਵਪੂਰਨ ਦਿਲਚਸਪ ਤੇ ਖੂਬਸੂਰਤ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਹਾਂ। ਭਾਰਤੀ ਉਪਨਿਸ਼ਦਾਂ ਦੇ ਵਿੱਚ ਚਾਰ ਵਾਕ ਚਾਰ ਸੈਂਟੈਂਸ ਬਹੁਤ ਉੱਤਮ ਸ੍ਰੇਸ਼ਟ ਮੰਨੇ ਗਏ ਨੇ, ਜਿਨ੍ਹਾਂ ਵਿੱਚ ਚੌਥਾ ਹੈ ਅਹਮ ਬ੍ਰਹਮਅਸਮੀ, ਜਿਹਦਾ ਮਤਲਬ ਹੈ ਮੈਂ ਬ੍ਰਹਮ ਹਾਂ। ਇਸੇ ਤਰ੍ਹਾਂ ਨੌਵੀਂ ਸਦੀ ਵਿੱਚ ਬਗਦਾਦ ਦੇ ਵਿੱਚ ਮਨਸੂਰ ਅਲ ਹਲਾਜ ਨੇ ਅਰਬੀ ਵਿੱਚ ਕਿਹਾ ਸੀ ਅਨਲ ਹੱਕ, ਜਿਹਦਾ ਅਰਥ ਹੈ ਮੈਂ ਰੱਬ ਹਾਂ। ਇਸੇ ਤਰ੍ਹਾਂ ਹੀ ਹਿੰਦੁਸਤਾਨ ਵਿੱਚ ਭਗਤੀ ਧਾਰਾ ਦੇ ਸੰਤ ਕਵੀ ਭਗਤ ਰਵਿਦਾਸ ਜੀ ਨੇ ਕਿਹਾ ਸੀ ਸੋਹੰ, ਉਹਨਾਂ ਨੇ ਉਹਦੀ ਵਿਆਖਿਆ ਕੀਤੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਕਿਹਾ ਨਾਨਕ ਸੋਹੰ ਹੰਸਾ, ਹੀ ਇਜ਼ ਮੀ ਐਂਡ ਆਈ ਐਮ ਹੀ। ਇਹ ਵਿਸ਼ਵ ਦੇ ਸਾਰੇ ਧਾਰਮਿਕ ਅਨੁਭਵਾਂ ਦੇ ਵਿੱਚ ਇਹ ਸ਼੍ਰੋਮਣੀ ਅਵਸਥਾ ਹੈ ਜਦੋਂ ਰੱਬ ਅਤੇ ਮਨੁੱਖ ਵਿੱਚ ਅੰਤਰ ਖਤਮ ਹੋ ਜਾਂਦਾ, ਜਦੋਂ ਡੁਐਲਿਟੀ ਖਤਮ ਹੋ ਜਾਂਦੀ ਹੈ, ਸਾਰੇ ਦੁਬੰਧ ਜਿਹੜੇ ਆ ਉਹ ਸਮਾਪਤ ਹੋ ਜਾਂਦੇ ਆ, ਅਤੇ ਇਹ ਸਭ ਤੋਂ ਵੱਡੀ ਖੁਸ਼ੀ ਦੀ ਵਿਸਮਾਦ ਦੀ ਆਨੰਦ ਦੀ ਅਵਸਥਾ ਹੈ। ਔਰ ਇਹ ਅਵਸਥਾ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਇਸ ਅਵਸਥਾ ਵਿੱਚ ਪੁੱਜਦਾ ਉਹੀ ਇਹਦਾ ਦੱਸ ਸਕਦਾ ਅਤੇ ਉਹ ਇਹਦਾ ਆਨੰਦ ਦਾ ਇਹਦੀ ਖੁਸ਼ੀ ਦਾ ਉਸੇ ਨੂੰ ਪਤਾ ਹੁੰਦਾ। ਅਤੇ ਸੂਫੀ ਦਰਵੇਸ਼ਾਂ ਦੇ ਵਿੱਚ ਇਹ ਅਵਸਥਾ ਜਿਹੜੀ ਆ ਇਹ ਨਾਚ ਦੀ ਅਵਸਥਾ ਹੁੰਦੀ ਹੈ, ਡਾਂਸ ਦੀ ਅਵਸਥਾ ਹੁੰਦੀ ਹੈ। ਜਦੋਂ ਸੂਫੀ ਸਾਧਕ ਰੱਬ ਦੇ ਨਾਲ ਇੱਕ ਮਿੱਕ ਹੁੰਦਾ ਤਾਂ ਉਹ ਨੱਚਣ ਲੱਗ ਪੈਂਦਾ। ਉਹ ਨਾਚ ਕਿਹੋ ਜਿਹਾ ਹੁੰਦਾ ਇਹ ਤਾਂ ਅਸੀਂ ਨਹੀਂ ਦੱਸ ਸਕਦੇ, ਲੇਕਿਨ ਸਾਨੂੰ ਸੂਫੀ ਦਰਵੇਸ਼ਾਂ ਸੂਫੀ ਕਵੀਆਂ ਦੀ ਕਵਿਤਾ ਦੇ ਵਿੱਚ ਇਹਦੇ ਦੀਦਾਰ ਜ਼ਰੂਰ ਹੁੰਦੇ ਆ। ਅਤੇ ਇਸ ਗੱਲ ਦੀ ਜਿਹੜੀ ਜਾਣਕਾਰੀ ਜਾਂ ਗਵਾਹੀ ਸਾਨੂੰ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਉਹ ਬਾਬਾ ਬੁੱਲੇ ਸ਼ਾਹ ਦੀ ਕਵਿਤਾ ਤੋਂ ਮਿਲਦੀ ਹੈ। ਅਤੇ ਉਹਨਾਂ ਨੇ ਕਿਹਾ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਸਾਡੇ ਬਹੁਤ ਸਾਰੇ ਗਾਇਕ, ਸਾਡੇ ਬਹੁਤ ਸਾਰੇ ਸੂਫੀਆਨਾ ਗਾਇਕ ਬਾਬਾ ਬੁੱਲੇ ਸ਼ਾਹ ਦੀ ਇਹ ਕਲਾਮ ਉਹਨਾਂ ਦਾ ਬਹੁਤ ਪਿਆਰ ਨਾਲ ਗਾਉਂਦੇ ਆ, ਬਹੁਤ ਸਾਰੇ ਲੋਕਾਂ ਨੇ ਗਾਇਆ। ਅਤੇ ਅਸੀਂ ਇਸ ਅਵਸਥਾ ਨੂੰ ਜਾਣਨ ਦੇ ਚਾਹਵਾਨ ਮੈਂ ਪੰਜਾਬ ਦਰਸ਼ਨ ਦੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਫੇਸਬੁੱਕ ਦੇ ਉੱਤੇ ਪੰਜਾਬੀ ਦੇ ਕਵੀ ਜਸਵੰਤ ਜ਼ਫਰ ਜੀ ਨੇ ਇੱਕ ਕਵਿਤਾ ਲਿਖੀ ਹੈ
ਜਿਹਦੇ ਵਿੱਚ ਉਹਨਾਂ ਨੇ ਸਾਡੇ ਇਧਰਲੇ ਪੰਜਾਬ ਦੇ ਸਾਨੂੰ ਦਰਸ਼ਨ ਕਰਵਾਏ ਆ। ਔਰ ਉਹ ਦੇਖ ਕੇ ਉਹ ਕਵਿਤਾ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਕਿ ਸਾਡਾ ਪੰਜਾਬ ਕਿਸੇ ਧੁਰੇ ਦੇ ਉੱਤੋਂ ਖੁੰਝ ਗਿਆ, ਟੁੱਟ ਗਿਆ ਜਾਂ ਵਿਛੜ ਗਿਆ। ਸਾਡੇ ਵਿੱਚ ਆਪਾਤਾਪੀ, ਬੇਵਿਸ਼ਵਾਸੀ, ਇਹ ਸਾਰੇ ਔਗਣ ਜਿਹੜੇ ਆ ਉਹ ਸਾਨੂੰ ਪੰਜਾਬ ਵਿੱਚ ਨਜ਼ਰ ਆਉਂਦੇ ਆ। ਉਹ ਸਾਡੇ ਪੰਜਾਬ ਦਾ, ਸਾਡੇ ਪੰਜਾਬ ਤੋਂ ਵਿਸ਼ਵਾਸ ਉੱਠ ਖੜਿਆ। ਇਹ ਤਾਂ ਇੱਕ ਕਵੀ ਦੀ ਕਵਿਤਾ ਦੀ ਗੱਲ ਸੀ। ਇੱਕ ਸਾਡੇ ਪੰਜਾਬ ਦੇ ਵਿਦਵਾਨ, ਕਿਸਾਨੀ ਅਰਥਚਾਰੇ ਦੇ ਮਾਹਰ ਸਰਦਾਰਾ ਸਿੰਘ ਜੌਹਲ ਜੀ ਨੇ ਅੱਜ ਹੀ ਆਪਣੀ ਫੇਸਬੁੱਕ ਦੇ ਉੱਤੇ ਲਿਖਿਆ ਉਹਨਾਂ ਨੇ, ਔਰ ਉਹਨਾਂ ਨੇ ਵੀ ਵਾਰਤਕ ਦੇ ਵਿੱਚ ਪੰਜਾਬ ਦੀ ਇਸ ਤਰ੍ਹਾਂ ਦੀ ਤ੍ਰਾਸਿਕ ਹਾਲਤ ਦੇ ਦਰਸ਼ਨ ਕਰਵਾਏ। ਔਰ ਸਾਡੇ ਲੋਕਾਂ ਦੀ ਕਿਸ ਹੱਦ ਤੱਕ ਬੇਵਿਸ਼ਵਾਸੀ, ਲਾਲਚ, ਲੋਭ, ਇਹ ਸਾਰੇ ਹੀ ਅਵਗੁਣ ਜਿਹੜੇ ਆ ਇਹਨਾਂ ਦਾ ਇਸ ਤਰ੍ਹਾਂ ਦਾ ਨੰਗਾ ਨਾਚ ਉਹਨਾਂ ਨੇ ਮਹਿਸੂਸ ਕੀਤਾ ਕਿ ਪੰਜਾਬ ਵਿੱਚ ਹੋ ਰਿਹਾ। ਔਰ ਉਹਨਾਂ ਨੇ ਆਪਣੇ ਉਸ ਵਿਚਾਰ ਦੇ ਅਖੀਰ ਵਿੱਚ ਇਹ ਲਿਖਿਆ ਕਿ ਹੁਣ ਤਾਂ ਸ਼ਰਮ ਆਉਣ ਲੱਗ ਪਈ ਆ ਕਿ ਅਸੀਂ ਕਿਹਨਾਂ ਲੋਕਾਂ ਨੂੰ ਬਿਲੋਂਗ ਕਰਦੇ ਹਾਂ, ਕਿਹਨਾਂ ਲੋਕਾਂ ਦੇ ਵਿੱਚ ਅਸੀਂ ਰਹਿੰਦੇ ਹਾਂ। ਔਰ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਸਾਨੂੰ ਇਸ ਤਰ੍ਹਾਂ ਦਾ ਪੰਜਾਬ ਵਿੱਚ ਜ਼ਿਆਦਾ ਅਹਿਸਾਸ ਹੁੰਦਾ, ਲੇਕਿਨ ਪੰਜਾਬ ਤੋਂ ਦੂਸਰੇ ਜਿਹੜੇ ਇਲਾਕੇ, ਦੂਸਰੇ ਮੁਲਕ, ਦੂਸਰੇ ਸਮਾਜ, ਉੱਥੋਂ ਤਾਂ ਸਾਨੂੰ ਬਹੁਤ ਜ਼ਿਆਦਾ ਪਤਾ ਨਹੀਂ ਹੈ ਕਿ ਹੋ ਸਕਦਾ ਇਹ ਸਾਰੀ ਇੱਕ ਗਲੋਬਲ ਸਮੱਸਿਆ ਹੋਵੇ, ਸਾਰੇ ਵਿਸ਼ਵ ਦੇ ਸਮਾਜ ਵਿੱਚ ਇਸ ਤਰ੍ਹਾਂ ਮਹਿਸੂਸ ਹੁੰਦਾ ਹੋਵੇ। ਪਰ ਸਾਨੂੰ ਤਾਂ ਆਪਣਾ ਜ਼ਿਆਦਾ ਦੁੱਖ ਜਿਹੜਾ ਉਹ ਜ਼ਿਆਦਾ ਲੱਗਦਾ ਅਤੇ ਮਹਿਸੂਸ ਹੁੰਦਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਇਸ ਸੰਕਟ ਤੋਂ, ਇਸ ਦੁੱਖ ਤੋਂ ਮੁਕਤ ਹੋਵੇ। ਔਰ ਇਸ ਮੁਕਤੀ ਮਾਰਗ ਦੀ ਤਲਾਸ਼ ਵਿੱਚ ਅਸੀਂ ਆਪਣਾ ਪੁਰਾਣਾ ਮਾਖਿਓ, ਪੁਰਾਣੇ ਸਾਹਿਤ ਵਿੱਚੋਂ, ਪੁਰਾਣੀਆਂ ਜਿਹੜੀਆਂ ਸਾਡੀਆਂ ਕਾਵਿ ਦੀਆਂ ਪਰੰਪਰਾਵਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਕੁਛ ਤਲਾਸ਼ ਰਹੇ ਹਾਂ ਕਿ ਸਾਨੂੰ ਉੱਥੋਂ ਕੋਈ ਰਾਹ ਮਿਲੇ, ਅਸੀਂ ਮੁੜ ਕੇ ਆਪਣੇ ਪੈਰਾਂ ਸਿਰ ਹੋ ਸਕੀਏ, ਅਸੀਂ ਮੁੜ ਕੇ ਕਾਇਮ ਹੋ ਸਕੀਏ, ਅਸੀਂ ਮੁੜ ਕੇ ਖੁਸ਼ ਹੋ ਸਕੀਏ, ਅਸੀਂ ਫਿਰ ਗਾ ਸਕੀਏ, ਫਿਰ ਨੱਚ ਸਕੀਏ। ਅਤੇ ਅੱਜ ਇਸੀ ਮੁਕਤੀ ਮਾਰਗ ਦੀ ਤਲਾਸ਼ ਵਿੱਚ ਪੰਜਾਬ ਦਰਸ਼ਨ ਫਿਰ ਸਾਡੇ ਬਹੁਤ ਹੀ ਮਾਨਵਰ, ਸਤਿਕਾਰਯੋਗ ਜਿਹੜੇ ਪੱਛਮੀ ਪੰਜਾਬ ਦੇ ਲਾਹੌਰ ਤੋਂ ਪ੍ਰੋਫੈਸਰ ਨੈਣ ਸੁੱਖ ਜੀ ਕੋਲ ਅਸੀਂ ਗਏ, ਉਹਨਾਂ ਨੂੰ ਫਰਿਆਦ ਕੀਤੀ ਕਿ ਤੁਸੀਂ ਸਾਨੂੰ ਇਸ ਅਵਸਥਾ ਦੇ ਸਾਨੂੰ ਬਾਰੇ ਸਾਨੂੰ ਦੱਸੋ। ਤਾਂ ਉਹਨਾਂ ਨੇ ਇਸ ਟੌਪਿਕ ਦੇ ਉੱਤੇ ਸਾਨੂੰ ਅੱਜ ਵਿਖਿਆਨ ਦੇਣ ਲਈ ਉਹਨਾਂ ਨੇ ਹਾਮੀ ਭਰੀ, ਅਤੇ ਉਸ ਸਿਲਸਿਲੇ ਵਿੱਚ ਅੱਜ ਅਸੀਂ ਤੁਹਾਡੇ ਸਾਹਮਣੇ ਪੰਜਾਬ ਦਰਸ਼ਨ ਦੇ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਸਾਹਮਣੇ ਅਸੀਂ ਲੈ ਕੇ ਹਾਜ਼ਰ ਹੋ ਰਹੇ ਹਾਂ ਜਨਾਬ ਨੈਣ ਸੁੱਖ ਜੀ ਦਾ ਇਹ ਵਿਖਿਆਨ ਤੇਰੇ ਇਸ਼ਕ ਨਚਾਇਆ। ਮੈਂ ਪਿਛਲੀ ਵਾਰੀ ਕੁਛ ਜ਼ਿਆਦਾ ਸਮਾਂ ਲੈ ਗਿਆ ਸੀਗਾ ਅਤੇ ਸਾਡੇ ਦਰਸ਼ਕਾਂ ਨੇ ਇਸ ਗੱਲ ਨੂੰ ਇਤਰਾਜ਼ ਕੀਤਾ ਸੀਗਾ ਕਿ ਬਹੁਤਾ ਸਮਾਂ ਨਾ ਲਿਆ ਕਰੋ, ਲੇਕਿਨ ਮੈਂ ਬਹੁਤ ਜ਼ਿਆਦਾ ਟ੍ਰੇਨਡ ਨਹੀਂ ਹਾਂ ਇਸ ਤਰ੍ਹਾਂ ਦੀ ਗੱਲਬਾਤ ਦਾ, ਲੇਕਿਨ ਫਿਰ ਵੀ ਥੋੜ੍ਹਾ ਸਮਾਂ ਜ਼ਿਆਦਾ ਲੱਗ ਜਾਂਦਾ। ਅਤੇ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਫਿਰ ਕਿ ਅੱਜ ਦਾ ਅਸੀਂ ਨੈਣ ਸੁੱਖ ਜੀ ਦਾ ਇਹ ਲੈਕਚਰ ਡੈਡੀਕੇਟ ਕਰ ਰਹੇ ਹਾਂ ਪਰੰਪਰਾ ਦੇ ਮੁਤਾਬਕ। ਅੱਜ ਦੀ ਜਿਹੜੀ ਇਹ ਡੈਡੀਕੇਸ਼ਨ ਹੈ ਸਾਡੀ ਇਸ ਲੈਕਚਰ ਦੀ, ਉਹ ਕਰ ਰਹੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਰਸੀ ਭਾਸ਼ਾ ਦੇ ਵਿਦਵਾਨ ਡਾਕਟਰ ਗੁਲਵੰਤ ਸਿੰਘ ਜੀ ਨੂੰ, ਜਿਨ੍ਹਾਂ ਦੀ ਇੱਕ ਬਹੁਤ ਪ੍ਰਸਿੱਧ ਕਿਤਾਬ ਹੈ ਇਸਲਾਮ ਅਤੇ ਸੂਫੀਵਾਦ। ਉਸ ਕਿਤਾਬ ਨੂੰ ਪੜ੍ਹ ਕੇ ਸਾਨੂੰ ਇਸਲਾਮ ਬਾਰੇ ਜਾਣਕਾਰੀ ਮਿਲਦੀ ਆ, ਉਸ ਕਿਤਾਬ ਨੂੰ ਪੜ੍ਹ ਕੇ ਸਾਨੂੰ ਸੂਫੀਵਾਦ ਬਾਰੇ ਜਾਣਕਾਰੀ ਮਿਲਦੀ ਆ। ਅਤੇ ਔਰ ਉਹ ਸੂਫੀਵਾਦ ਦੇ ਬਹੁਤ ਧੁਰੰਧਰ ਵਿਦਵਾਨ ਸਾਡੇ ਇਸ ਪਾਸੇ ਮੰਨੇ ਜਾਂਦੇ ਸੀਗੇ। ਔਰ ਮੈਨੂੰ ਉਹਨਾਂ ਦੇ ਨਾਲ ਇੱਕ ਵਾਰੀ ਰਾਤ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਿੱਚ ਸੈਰ ਕਰਨ ਦਾ ਮੌਕਾ ਮਿਲਿਆ, ਉਹਨਾਂ ਨਾਲ ਗੱਲਾਂ ਕਰਨ ਦਾ ਮੌਕਾ ਮਿਲਿਆ, ਗੱਲਾਂ ਕਰਨ ਦਾ ਕਹਾਂ ਗੱਲਾਂ ਸੁਣਨ ਦਾ ਮੌਕਾ ਮਿਲਿਆ। ਔਰ ਮੈਨੂੰ ਉਹਨਾਂ ਨਾਲ ਵਿਚਰਦਿਆਂ ਹੋਇਆਂ ਰਾਤ ਨੂੰ ਯੂਨੀਵਰਸਿਟੀ ਦੇ ਵਿੱਚ ਚੱਕਰ ਲਾਉਂਦਿਆਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀਗਾ ਜਿਵੇਂ ਮੈਂ ਕਿਸੇ ਸੂਫੀ ਦਰਵੇਸ਼ ਦੇ ਨਾਲ ਤੁਰਿਆ ਜਾ ਰਿਹਾ ਹੋਵਾਂ। ਅਤੇ ਅੱਜ ਦਾ ਲੈਕਚਰ ਪ੍ਰੋਫੈਸਰ ਗੁਲਵੰਤ ਸਿੰਘ ਜੀ ਨੂੰ ਡੈਡੀਕੇਟ ਕੀਤਾ ਜਾ ਰਿਹਾ। ਅਤੇ ਹੁਣ ਮੈਂ ਬੇਨਤੀ ਕਰਦਾ ਸਾਡੇ ਅੱਜ ਦੇ ਬਹੁਤ ਹੀ ਸਤਿਕਾਰਯੋਗ, ਸਨਮਾਨਯੋਗ, ਇੱਕ ਮੈਂ ਉਹਨਾਂ ਲਈ ਸ਼ਬਦ ਵਰਤਣਾ ਚਾਹੁੰਦਾ ਜੇ ਉਹਨਾਂ ਦੀ ਇਜਾਜ਼ਤ ਹੋਵੇ, ਮੁਰੱਬਤ ਦੇ ਮੁਜੱਸਮੇ, ਪਿਆਰ ਦੇ ਮੁਜੱਸਮੇ ਨੈਣ ਸੁੱਖ ਜੀ ਨੂੰ। ਹਾਂਜੀ, ਬੇਨਤੀ ਹੈ ਕਿ ਉਹ ਅੱਜ ਦਾ ਇਹ ਵਿਖਿਆਨ ਤੇਰੇ ਇਸ਼ਕ ਨਚਾਇਆ ਸ਼ੁਰੂ ਕਰ।
जी हाँ जी, अच्छा अच्छा रातीं जागें करें इबादत, रातीं जागण कुत्ते तैथों उत्ते, पंकण तू बंद मूल ना हुंदे, जा रूड़ी ते सुते तैथों उत्ते, खसम अपने दा दर ना छड़ दे, पावें वजन जुते तैथों उत्ते, बुल्ले शाह कोई रख्त वे हाज लै, नहीं ते बाजी लै गए कुत्ते तैथों उत्ते, अपने आप नू किसे होर तू इन्ना नीवा आखना, वो भी कुत्ते तू, ये फकीरां दी आजजी। आजजी तुहानू पता ही जिवें असीं नमाणता एक लफज वरतने आ, फकीर उन्हूं आजजी कहिंदे ने। आजजी फारसी का लफज है, पर जिस लफज तो निकलिया वह अरबी का एक होर लफज है इज्ज। इज्ज का मतलब है कमजोरी, हार है जो असी जित हार होंगी वो जी हार होंगी है, या मिन्नत जी असं मिन्नत करने किसी की, यह सारे ये मायने ने इज्ज। ये जो फारसी में आया तो आजजी हो गया। अरबी जिनी भी साड़ी पंजाबी दे विच आई है वह फारसी राही आई है, फारसी वालों होके आई है। ये भी कहते हैं कि संस्कृत के भी बहुत सारे लफज जिहड़े साड़े पंजाबी विच ने वो पहला फारसी विच गए, फिर फारसी विचों साड़ी पंजाबी विच आए। जिमें चक्कर लफज जिहड़ा वह जो फारसी विच गया तो चरख होया, जिदे तो साड़ा चरखा बन लफज। इस काफी विच बाबा बुल्ले शाह की कह रहे हैं, जिहड़ियां इबादतां असी करने आ, जिहड़ी असी तौबा करने आ, जिहड़ियां असी दिखावा करने आ, लोकां नूं वहाने आ, लोग सानूं चंगा आखण, असी विखावे की इबादत कर रहे होंदे, असी अंदरों इबादत नहीं कर रहे होंदे। उन्हां इबादतां नूं दुबारे बाबे ने आख्या कि जिवें एक होर तां बाबा कहिंदा कि एवें मत्था जिमी कसाई दा पा लम्मा महराब दिखाई दा। मुसलमान जो नमाज पढ़ते हैं बार बार तो उन्होंने मत्थे ते एक निशान बन जाता है तो उन्होंने महराब कहिंदे ने। तो कहिंदा कि जिहड़ा तुसी नमाज सिर मत्था कसा कसा के सजदे दे वेले ते निशान पाते हो कि तुहाडी इज्जत बने, तो वह सारा बाबा उहदा एक किस्म दा सिठ कर रहा है, निंदिया कर रहा है। तो जिमें सुल्तान बहु ने कहा ना कि अरकां गिटे मलमल तुम्हें तेरे मनु ना गई पलीती हो, या जिमें इकबाल दा शेर है कि जो मैं सरब सजदा हुआ कभी तू जमीन से आने लगी सदा, तेरा दिल तो है सनमाशना तुझे क्या मिलेगा नमाज में, तेरी तो भूतां नाल जा रही है तेनू की मिलेगा नमाज चो। जिहड़ा रब नूं सजदा हुंदा है, जदों तुसीं रब नूं सजदा करदे हो तो फिर सारे सजदियां तों जिहड़े निक्के निक्के लोकां दे सजदे, बादशाहां दे सजदे, वड्डे प्रधानां दे सजदे, सियासतदानां दे सजदे, अमरीका दे सजदे, ये सारियां सजदियां तों तुसीं आजाद हो जांदे जदों तुसीं एक रब नूं सजदा कर लैंदे हो। जिथ ना जाना उथे जावें, हक बिगाना मुकर खावें, कूड़ किताबां सिर ते चावें, होवे की तेरा इतबार, कैसी तोबा है यह तोबा, ऐसी तोबा ना कर यार। असीं आजजी की गल कर रहे हैं बाबे बुल्ले दी, बाबे बुल्ले दी आजजी की। एक होर तां कहिंदे ने कि कंजरी बनिया मेरी इज्जत ना कटदी, मैनू नच के यार मनावण दे। कंजरी बनन दी जिवें कंजरी बनदे ने कि नक विच सोहनी नथली पाई ते कन्न विच पाईआं डंडियां, बुल्ले शाह असां यार दी खातर
सारे जग दियां चलियां पंडियां। उथे बाबा अपने आप नूं कुत्ते तों नीवां कह रहा है। हुण इत्थे कंजर, कंजर जिहड़ा लफ्ज़ है ना, कन जर, कन जर, कि तुसी जो मंदा आखो, तुसी बगैरत आखो, बेहया आखो, बेशरम आखो, वह जरदे ने, उन्होंने कन जरदे ने, तुसी जो भी उन्होंने आखो, तो ये तो लफ्ज़ बनया कंजर, कन जर। उन्होंने कोई शर्म नहीं, कोई हया नहीं। वसल होइया मैं नाल सजण दे, शर्म हया गवा के, विच चमन मैं पलंग विछाया, यार सुती गल ला के। कहिंदे ने बुल्ले शाह ने नचना एक कंजरी मुरादी कोलों सिखिया। वो कंजरी किड्डी वड्डी फकीर नहीं होएगी जिहदे कोलों बुल्ले शाह ने नचना सिखिया। खयाम एक फारसी का शायर है, सूफी शायरी विच भी उहदा बड़ा आंदे ने उहदे शेर। वह एक उहदी रुबाई है, रुबाई का मैं मतलब तुहानूं दस देना के जड़ा खयाम है, वो नमाज पढ़ के मस्जिद विच निकलिया, उहदे भी मत्थे ते मराब पे है, सिर ते उहने टोपी पाई है नमाज वाली, दरवेशां वाला लिबास पाया, ते सारे उहनूं सलामां कर रहे ने, ते सामने एक कंजरी आ गई। जदों सारे लोग सलामां करदे ने ते कंजरी खयाम नूं की कहिंदी है, मैं तेरे तों चंगी हाँ। खयाम कहिंदा, तू मेरे तों चंगी? वो कहिंदी है, हाँ मैं जो हां वो दिसनी हाँ, मेरा जो अंदर है मेरा बाहर हो ही है, तू जो बाहरों दिसना पिया तू अंदर हो नहीं। ते जिहड़े सूफी ने वो कहिंदे ने कि अंदर बाहर एक रखो, बाहरों होर ना दिसो, जो तुहाडे अंदर है वो ही बाहर आवे। ਗੱਲਾਂ ਸਮਝਾਉਣ ਵਾਸਤੇ ਹਕਾਇਤਾਂ ਲਿਖੀਆਂ ਗਈਆਂ, ਕਹਾਣੀਆਂ ਲਿਖੀਆਂ ਗਈਆਂ, ਗੁਲਸਤਾਨੇ ਸਾਦੀ, ਬੂਸਤਾਨੇ ਸਾਦੀ, ਜਿਵੇਂ ਪੰਜ ਤੰਤਰ ਅਤੇ ਬੇਤਾਲ ਪਚੀਸੀ ਔਰ ਜਾਤਕ ਕਹਾਣੀਆਂ ਨੇ, ਜਿਵੇਂ ਇੰਝ ਕਿਸੇ ਵੇਲੇ ਦੇ ਵਿੱਚ ਇਹ ਘਰਾਂ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਸਨ, ਗੁਲਸਤਾਨੇ ਸਾਦੀ ਅਤੇ ਬੂਸਤਾਨੇ ਸਾਦੀ, ਇਹ ਫਾਰਸੀ ਵਿੱਚ ਸਨ ਵੈਸੇ, ਇਹ ਇੱਕ ਕਲਚਰ ਸੀ ਉਸ ਵੇਲੇ ਦਾ ਨਾ, ਜਿਹਨੂੰ ਤੁਸੀਂ ਸਾਡਾ ਵਸੇਬ ਕਹਿ ਲਓ, ਕਲਚਰ ਸਾਡਾ ਰਹਿਣ ਸਹਿਣ ਕਹਿ ਲਓ, ਅਸੀਂ ਇੰਝ ਹੀ ਸਿੱਖਦੇ ਸਿਖਾਉਂਦੇ ਸਾਂ ਕਹਾਣੀਆਂ ਰਾਹੀਂ। ਤੇ ਹੁਣ ਤੇ ਜਿਹਨੂੰ ਐਗਰੀਕਲਚਰ ਦੇ ਮਹਿਕਮੇ ਵਿੱਚ ਕੋਈ ਨੌਕਰੀ ਕਰਨੀ ਚਾਹੀਦੀ, ਉਹ ਕਲਚਰ ਦੇ ਮਿਨਿਸਟਰ ਬਣੇ ਨੇ ਇਸ ਵੇਲੇ ਸਾਡੇ ਪਾਸੇ ਵੀ, ਤੁਹਾਡੇ ਪਾਸੇ ਮੈਨੂੰ ਨਹੀਂ ਪਤਾ, ਹੁਣ ਉਹ ਕਲਚਰ ਕੀ ਬਣਾਉਣਗੇ। ਤੋ ਇੱਕ ਕਹਾਵਤ ਹੈ ਕਿ ਇੱਕ ਹਕਾਇਤ ਹੈ ਕਿ ਇੱਕ ਕਬੂਤਰ ਕਬੂਤਰੀ ਨਾ ਟਾਹਣੀ 'ਤੇ ਬੈਠੇ ਹੁੰਦੇ ਨੇ, ਕਿਸੇ ਰੁੱਖ ਦੀ ਟਹਿਣੀ 'ਤੇ ਬੈਠੇ ਹੁੰਦੇ ਨੇ ਅਤੇ ਆਪਸ ਵਿੱਚ ਪਿਆਰ ਦੀਆਂ ਗੱਲਾਂ ਦੋਵੇਂ ਜੀਅ ਕਰ ਰਹੇ ਹੁੰਦੇ ਨੇ। ਇੱਕਦਮ ਕਬੂਤਰੀ ਕਬੂਤਰ ਨੂੰ ਕਹਿੰਦੀ ਹੈ ਕਿ ਮੈਨੂੰ ਡਰ ਆ ਰਿਹਾ, ਉਹ ਜਿਹੜਾ ਬੰਦਾ ਆ ਰਿਹਾ ਮੈਨੂੰ ਉਹਦੇ ਤੋਂ ਡਰ ਆ ਰਿਹਾ। ਉਹ ਕਹਿੰਦਾ, ਨਹੀਂ ਉਹ ਤਾਂ ਕੋਈ ਦਰਵੇਸ਼ ਹੈ। ਤੂੰ ਕਹਿੰਦੀ ਨਹੀਂ ਉਹਦਾ ਲਿਬਾਸ ਕਿੰਨਾ ਦਰਵੇਸ਼ਾਂ ਵਾਲਾ, ਲੰਮਾ ਜਿਹਾ ਜੁੱਬਾ ਦਸਤਾਰ, ਉਹ ਤਾਂ ਦਰਵੇਸ਼ ਹੈ, ਤੈਨੂੰ ਉਹਦੇ ਕੋਲ ਕਿਉਂ, ਦਰਵੇਸ਼ਾਂ ਕੋਲ ਤਾਂ ਨਹੀਂ ਡਰਨਾ ਚਾਹੀਦਾ। ਉਹ ਫਿਰ ਗੱਲਾਂ ਕਰਨ ਲੱਗ ਪੈਂਦੇ ਨੇ ਆਪਸ ਵਿੱਚ। ਉਹ ਜਿਸ ਵੇਲੇ ਦਰਵੇਸ਼ ਬਿਲਕੁਲ ਨੇੜੇ ਆਉਂਦਾ, ਤੂੰ ਆਪਣੇ ਉਸ ਜੁੱਬੇ ਦੇ ਹੇਠੋਂ, ਉਸ ਝੋਲੇ ਦੇ ਹੇਠੋਂ ਉਹ ਤੀਰ ਕਮਾਨ ਕੱਢਦਾ ਅਤੇ ਉਹ ਕਬੂਤਰ ਨੂੰ ਮਾਰ ਦਿੰਦਾ, ਕਬੂਤਰ ਦਾ ਸ਼ਿਕਾਰ ਖੇਡ ਲੈਂਦਾ, ਕਬੂਤਰ ਮਰ ਜਾਂਦਾ। ਕਬੂਤਰੀ ਉੱਡਦੀ ਉੱਡਦੀ ਬਾਦਸ਼ਾਹ ਦੇ ਦਰਬਾਰ ਵਿੱਚ ਜਾਂਦੀ ਹੈ। ਉਹ ਬਾਦਸ਼ਾਹ ਦੇ ਦਰਬਾਰ ਨੂੰ ਜਾ ਕੇ ਕਹਿੰਦੀ ਹੈ ਕਿ ਇਸ ਤਰ੍ਹਾਂ ਜਿਹੜਾ ਮੇਰਾ ਸਾਥੀ ਸੀ, ਮੇਰਾ ਜੀਵਨ ਸਾਥੀ, ਉਹਨੂੰ ਕਿਸੇ ਸ਼ਿਕਾਰ ਕਰ ਲਿਆ ਤੇਰੀ ਬਾਦਸ਼ਾਹੀ ਦੇ ਵਿੱਚ, ਅਤੇ ਮੈਂ ਫਰਿਆਦ ਲੈ ਕੇ ਆਈ ਹਾਂ। ਬਾਦਸ਼ਾਹ ਕਹਿੰਦਾ ਕਿ ਅਸੀਂ ਇਨਸਾਨ ਹਾਂ, ਅਸੀਂ ਸ਼ਿਕਾਰ ਖੇਡ ਸਕਦੇ ਹਾਂ ਤੁਹਾਡਾ, ਅਸੀਂ ਤੁਹਾਡੀਆਂ ਤੁਹਾਨੂੰ ਖਾ ਸਕਦੇ ਹਾਂ, ਤੂੰ ਇਹ ਕੀ ਮੇਰੇ ਅੱਗੇ ਫਰਿਆਦ ਲੈ ਕੇ ਆਈ ਹੈ, ਮੈਂ ਕੀ ਇਹਦਾ ਤੈਨੂੰ ਫੈਸਲਾ ਕਰਾਂ ਇਸ ਗੱਲ ਦਾ, ਇਹ ਤੇਰਾ ਮੁਕੱਦਮਾ ਬਣਦਾ ਨਹੀਂ। ਉਹ ਕਬੂਤਰੀ ਕਹਿੰਦੀ ਹੈ ਕਿ ਮੈਂ ਤੈਨੂੰ ਕਦੋਂ ਕਿਹਾ ਕਿ ਤੁਸੀਂ ਸਾਡਾ ਸ਼ਿਕਾਰ ਨਾ ਕਰੋ, ਤੁਸੀਂ ਸਾਨੂੰ ਜ਼ਬਾ ਨਾ ਕਰੋ, ਤੁਸੀਂ ਸਾਡੀਆਂ ਬੋਟੀਆਂ ਭੁੰਨ ਭੁੰਨ ਨਾ ਖਾਓ, ਮੈਂ ਕਦੋਂ ਤੈਨੂੰ ਆਖਿਆ? ਮੈਂ ਤੇ ਤੈਨੂੰ ਇਹ ਆਖਣ ਲੱਗੀ ਹਾਂ
ਕਿ ਦਰਵੇਸ਼ ਦਰਵੇਸ਼ ਹੀ ਲੱਗਣ ਤੇ ਸ਼ਿਕਾਰੀ ਸ਼ਿਕਾਰੀ, ਸ਼ਿਕਾਰੀ ਦਰਵੇਸ਼ਾਂ ਦੇ ਲਿਬਾਸ ਨਾ ਪਾਉਣ। ਸਾਡੇ ਸ਼ੇਰ ਕਿਸੇ ਦਾ ਹੈ ਕਿ ਜੰਗਲਾਂ ਦੇ ਵਿੱਚ ਜਾਨਵਰਾਂ ਨੇ ਜਸ਼ਨ ਮਨਾਏ ਖੁਸ਼ੀਆਂ ਦੇ, ਸ਼ਹਿਰਾਂ ਦੇ ਵਿੱਚ ਫਿਰਨ ਸ਼ਿਕਾਰੀ ਲੈ ਕੇ ਤੀਰ ਕਮਾਨ ਬੜੇ। ਤੁਹਾਡੇ ਆਸੇ ਪਾਸੇ ਕਿੰਨੇ ਲੋਕ ਸ਼ਿਕਾਰਾਂ ਤੇ ਨਿਕਲੇ ਨੇ, ਤੁਹਾਡੇ ਸਿਆਸਤਦਾਨ, ਤੁਹਾਡੇ ਸਮਾਜੀ ਲੀਡਰ, ਤੁਹਾਡੇ ਧਰਮੀ ਲੀਡਰ, ਸਾਰੇ ਸ਼ਿਕਾਰਾਂ ਤੇ ਨਿਕਲੇ ਨੇ, ਸ਼ਿਕਾਰ ਪੇ ਕਰਦੇ ਨੇ, ਉੱਤੇ ਲਿਬਾਸ ਪਾਏ ਨੇ ਧਰਮਾਂ ਦੇ ਤੇ ਪਤਾ ਨੀ ਕੀ ਕੀ ਰੂਪ ਉਹਨਾਂ ਵਟਾਏ ਨੇ ਆਪਣੇ। ਗੱਲ ਅਸੀਂ ਅੱਜ ਦੀ ਨਹੀਂ ਕਰ ਰਹੇ ਸਾਂ। ਤੇ ਬੁੱਲੇ ਸ਼ਾਹ ਕਹਿੰਦਾ ਕਿ ਕੀ ਚੂੜੀ ਕੀ ਜਾਤ ਚੂੜੀ ਦੀ, ਹਰ ਕੋਈ ਸਾਥੂ ਨਸੇ, ਕਰ ਕਾਰ ਬਿਗਾਰ ਅਰਥੀਆ ਹੋਣਾ ਜਾਂ ਪਰ ਸਾਈਂ ਵਸੇ, ਕੀ ਕੁਝ ਪੜਤੀ ਲਾਗ ਚੂੜੀ ਦਾ, ਕੁੰਡੀ ਔਰ ਸਰਾਣਾ ਜੋ ਦਿੱਤਾ ਆਪੇ ਸਾਈਂ ਉਹ ਕਰ ਲੈ ਜਾਣਾ, ਫਟਾ ਪੁਰਾਣਾ ਭਾਗ ਸਾਡਾ ਭੁੱਖ ਟੁੱਕਰ ਸਜਬੇ, ਫਾਕਾ ਕੜਾਕਾ ਮੰਗਣ ਪਿੰਨਣ ਚਾਲ ਸਾਡੀ ਏ, ਰਛ ਰਛੋੜ ਤੇ ਤੇਲੇ ਕਾਣੇ ਇਹ ਸਾਡੀ ਕਾਰੂ, ਮੈਂ ਚੂੜੀਆਂ ਸੱਚੇ ਸਾਹਿਬ ਦੇ ਦਰਬਾਰੋਂ। ਆਪਣੇ ਆਪ ਨੂੰ ਉੱਤੇ ਤੂੰ ਨੀਵਾਂ ਆਖਿਆ, ਬਾਬਾ ਕੰਜਰੀ ਬਣਿਆ ਤੇ ਹੁਣ ਚੂੜੀ, ਤੇ ਕੰਮ ਕੀ ਇਸ ਚੂੜੀ ਦਾ, ਧਿਆਨ ਕੀ ਛਜਲੀ ਗਿਆਨ ਕਾ ਝਾੜੂ, ਕਾਮ ਕ੍ਰੋਧ ਨਿਤ ਝਾੜਦੀ, ਪਕੜਾਂ ਛਜਲੀ ਹਿਰਸ ਉਡਾਵਾਂ ਛੁੱਟਾਂ ਮਾਲ ਗੁਜ਼ਾਰੂ, ਮੈਂ ਚੂੜੀਆਂ ਸੱਚੇ ਸਾਹਿਬ ਦੇ ਦਰਬਾਰੋਂ। ਇੱਕ ਹੋਰ ਕਾਫੀ ਵੇਖੋ, ਇੱਕ ਹੋਰ ਕਾਫੀ ਵਿੱਚ ਬਾਬਾ ਬੁੱਲਾ ਕਹਿ ਰਿਹਾ ਕਿ ਮੈਂ ਕਮੀਨ ਕੁਚੱਜੀ ਕੋਜੀ ਬੇਗੁਣ ਕੌਣ ਵਿਚਾਰੀ, ਮੈਂ ਕੁਸੁੰਬੜਾ ਚੁਣ ਚੁਣ ਹਾਰੀ। ਹੁਣ ਬਾਬਾ ਨਿਮਾਣਿਆਂ ਨੂੰ ਰਿਪ੍ਰੈਜੈਂਟ ਕਿਵੇਂ ਕਰਦਾ, ਹੁਣ ਤੁਸੀਂ ਇੱਥੇ ਵੇਖੋ ਕਿ ਬਾਬਾ ਹੁਣ ਉਹਨਾਂ ਨਿਮਾਣਿਆਂ ਨੂੰ, ਉਹ ਅੱਜ ਜਿਹੜੇ ਆਜਜ਼ ਨੇ, ਜਿਹੜੇ ਨਿਮਾਣੇ ਨੇ, ਜਿਹਨਾਂ ਨੂੰ ਮਾਰਿਆ ਜਾਂਦਾ, ਜਿਹਨਾਂ ਨੂੰ ਨੀਵਾਂ ਸਮਝਿਆ ਜਾਂਦਾ, ਉਹਨਾਂ ਨੂੰ ਰਿਪ੍ਰੈਜੈਂਟ ਕਿਵੇਂ ਕਰਦਾ, ਤੁਸੀਂ ਵਰਕਿੰਗ ਕੰਡੀਸ਼ਨ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਕਿਵੇਂ ਬਿਆਨ ਕਰ ਰਿਹਾ, ਜਿਹੜੀ ਲੇਬਰ ਦੀ ਐਕਸਪਲਾਈਟੇਸ਼ਨ ਹੋ ਰਹੀ ਹੈ ਅੱਜ ਵੀ ਅਸੀਂ ਵੇਖ ਰਹੇ ਹਾਂ, ਉਹ ਬਾਬੇ ਦੇ ਬਿਆਨ ਵਿੱਚ ਹੁਣ ਵੇਖੋ। ਕੁਸੁੰਬੜਾ, ਬਾਰ ਬਾਰ ਇਹਦੇ ਚ ਲਫਜ਼ ਆਏਗਾ, ਕੁਸੁੰਬੜਾ ਇੱਕ ਫੁੱਲ ਹੁੰਦਾ ਸੀ, ਤੁਰੀਆਂ ਹੁੰਦੀਆਂ ਸਨ ਲੰਮੀਆਂ ਲੰਮੀਆਂ ਸੁਨਹਿਰੀ ਉਹਦੀਆਂ, ਤੇ ਇਹ ਇਹ ਫੁੱਲ ਕੱਪੜੇ ਰੰਗਣ ਦੇ ਕੰਮ ਆਉਂਦਾ ਸੀ, ਜਿਹੜਾ ਕੇਸਰੀ ਰੰਗ ਹੈ ਨਾ ਉਹ, ਤੇ ਇਹ ਰੇਸ਼ਮ ਨੂੰ ਕਹਿੰਦੇ ਨੇ, ਜਿਹੜੇ ਬੜੇ ਮਹਿੰਗੇ ਕੱਪੜੇ ਹੁੰਦੇ ਸਨ ਉਹਨਾਂ ਨੂੰ ਰੰਗਣ ਵਾਸਤੇ ਇਹਨੂੰ ਵਰਤਿਆ ਜਾਂਦਾ ਸੀ, ਕਿਉਂਕਿ ਬਹੁਤ ਬਹੁਤ ਹੀ ਅਨਮੁੱਲਾ ਸੀ, ਔਰ ਜਿਵੇਂ ਨੀਲ ਦੀ ਫਸਲ ਹੁੰਦੀ ਹੈ ਇਸ ਤਰ੍ਹਾਂ ਸੀ, ਤੇ ਇਹਨੂੰ ਚੁਣਨਾ ਵੀ ਬੜਾ ਔਖਾ ਸੀ। ਇਸ ਕੁਸੁੰਬੇ ਦੇ ਕੰਡੇ ਪਲੇਰੇ ਉੜ ਉੜ ਚੁਨੜੀ ਚੁਨਰੀ ਪਾੜੀ, ਇਸ ਕੁਸੁੰਬੇ ਦਾ ਹਾਕਮ ਕਰੜਾ ਜ਼ਾਲਮ ਹੈ ਪਟਵਾਰੀ, ਇਸ ਕੁਸੁੰਬੇ ਦੇ ਚਾਰ ਮੁਕੱਦਮ ਮਾਮਲਾ ਮੰਗਦੇ ਭਾਰੀ, ਹੋਰ ਨਾ ਚੁਗਿਆ ਫੋਇਆ ਫੋਇਆ ਭਰ ਲਈ ਮੈਂ ਪਟਾਰੀ, ਚੁਗ ਚੁਗ ਕੇ ਮੈਂ ਢੇਰੀ ਕੀਤਾ ਲੱਥੇ ਆਣ ਵਪਾਰੀ, ਔਖੀ ਘਾਟੀ ਮੁਸ਼ਕਲ ਪਿੰਡਾ ਸਿਰ ਪਰ ਗਠੜੀ ਪਾਰੀ, ਮੈਂ ਕੁਸੁੰਬੜਾ ਚਿਣ ਚੁਣ ਚੁਣ ਹਾਰੀ, ਮੈਂ ਕੁਸੁੰਬੜਾ ਚੁਗ ਚੁਗ ਹਾਰੀ। ਮੈਨੂੰ ਇੰਜ ਲੱਗਦਾ ਬਾਬਾ ਬੁੱਲੇ ਸ਼ਾਹ ਧਰਤੀ ਦੀ ਕਮਾਊ ਧੀ, ਇੰਜ ਲੱਗਦਾ ਮੈਨੂੰ ਇੰਦੀਆਂ ਕਾਫੀਆਂ ਬਾਬਾ ਬੁੱਲੇ ਸ਼ਾਹ ਦੀਆਂ ਪੜ੍ਹ ਕੇ ਨਾ, ਕਿ ਬਾਬਾ ਬੁੱਲੇ ਸ਼ਾਹ ਧਰਤੀ ਦੀ ਕਮਾਊ ਧੀ ਜਿਹਨੇ ਹੀਰ ਦਾ ਵੇਸ ਵਟਾਇਆ ਹੋਇਆ, ਜਿਸ ਇਸ਼ਕ ਵਿੱਚ ਰਾਂਝਾ ਹੋ ਕੇ ਪੂਰੇ ਪੰਜਾਬ ਨੂੰ ਫਤਿਹ ਕਰ ਲਿਆ, ਉਹਦੀ ਆਜਜ਼ੀ ਵਿੱਚ ਬਗਾਵਤ ਹੈ, ਆਪਣਾ ਨਾਂ ਸੈਯਦ ਅਬਦੁੱਲਾ ਨੂੰ ਵਿਗਾੜ ਕੇ ਬੁੱਲਾ ਕਰ ਲਿਆ, ਇਹ ਇੱਕ ਬਗਾਵਤ ਹੈ। ਸੈਯਦ ਹੋ ਕੇ ਰਾਈ ਦੀ ਮਰੀਦੀ ਕੀਤੀ, ਇਹ ਇੱਕ ਬਗਾਵਤ ਹੈ। ਮੌਲਵੀ ਦਾ ਪੁੱਤਰ ਹੁੰਦਿਆਂ ਪੈਰਾਂ ਵਿੱਚ ਘੁੰਗਰੂ ਬੰਨੇ, ਇਹ ਬਗਾਵਤ ਹੈ। ਪਰ ਇਹ ਸਾਰੀਆਂ ਬਗਾਵਤਾਂ ਆਜਜ਼ੀ ਦੇ ਰੂਪ ਵਿੱਚ, ਨਿਮਾਣਤਾ ਆਜਜ਼ੀ,
बाबा सूफी, बाबा शायर है, पर वो है पूरा पंजाबी, नामी ग्रामी होके भी अवामी। की आखे, ना कोई साड़ी जात पछाणे, ना कोई सानू मन्ने। सानू बाबे बुल्ले शाह जा होर कोई नहीं दिसता पूरे पंजाब विच। पंजाब दे कई बाबे लोकां चों निकल के आम ना रहे, कई बाबे ना नहीं लींदा, कई बाबे वो लोकां विच निकले फिर आम ना रहे। उन्हां दे मन्नण वाले इंज कीता, बाबियां ते नहीं इंज कीता, पर उन्हां दे मन्नण वाले इंज कीता कि बाबा फिर लोकां विच नहीं रहा, वो फिर आम नहीं रहे। वो खास होके प्रधानगी दे संघासन, जिहड़ा प्रधानगी दा संघासन सी ਉਹਦੇ ਉੱਤੇ ਬਰਾਜਮਾਨ ਹੋ ਗਏ। ਹੁਣ ਸਾਡੀ ਉਹਨਾਂ ਨਾਲ ਉਹ ਫਰੈਂਕਨੈਸ ਨਹੀਂ ਜਿਹੜੀ ਬਾਬੇ ਬੁੱਲੇ ਸ਼ਾਹ ਨਾਲ ਹੈ। 300 ਸਾਲ ਹੋ ਗਏ ਨੇ ਬੁੱਲੇ ਸ਼ਾਹ ਨਹੀਂ ਬਦਲਿਆ, ਉਹਦੀ ਫਕੀਰੀ ਸਲਾਮਤ ਰਹੀ। ਕੋਈ ਹਾਕਮ ਬਾਬੇ ਦੀ ਸ਼ਾਇਰੀ ਨੂੰ ਆਪਣੀ ਸਿਆਸਤ ਲਈ ਵਰਤ ਕੇ ਵਟਾ ਨਹੀਂ ਸਕਿਆ। ਕੋਈ ਸ਼ਰ੍ਹਾਂ ਦਾ ਠੇਕੇਦਾਰ ਮੌਲਵੀ ਉਹਦੇ ਲਿਖੇ ਨੂੰ ਕੁਫਰ ਕਹਿ ਕੇ ਮਿਟਾ ਨਹੀਂ ਸਕਿਆ। ਪਰ ਬਾਬਾ ਨਿਰਾ ਕਮਾਲੀ ਨਹੀਂ, ਉਹ ਜਲਾਲੀ ਵੀ ਹੈ। 3 ਦਿਨ ਲੋਕਾਂ ਉਹਦਾ ਜਨਾਜ਼ਾ ਨਹੀਂ ਸੀ ਪੜਿਆ, ਕਸੂਰ ਦੇ ਲੋਕਾਂ, ਫਿਰ ਉਹੀ ਕਸੂਰ ਉਜੜਿਆ। ਅੱਜ ਜਿਹੜਾ ਕਸੂਰ ਸ਼ਹਿਰ ਹੈ, ਬਾਬੇ ਬੁੱਲੇ ਸ਼ਾਹ ਦੇ ਫਿਰ ਦਰਬਾਰ ਦੇ ਆਸੇ ਪਾਸੇ ਆ ਕੇ ਵਸਿਆ। ਬਾਬੇ ਦੀ ਸ਼ਾਇਰੀ ਇੱਕ ਦਾਵਤ ਆਮ ਹੈ। ਅਜ਼ਾਨੇ ਸਹਿਰ, ਨਾਰਾ ਏ ਮਸਤਾਨਾ, ਐਲਾਨੇ ਬਗਾਵਤ, ਆਜ਼ਾਦੀ ਦਾ ਤਰਾਨਾ, ਇਹ ਬਾਬੇ ਬੁੱਲੇ ਸ਼ਾਹ ਦੀ ਸ਼ਾਇਰੀ ਹੈ। ਫਕੀਰ ਲੋਕਾਂ ਦੇ ਦੁੱਖ ਸੁੱਖ ਦਾ ਸਾਥੀ ਹੁੰਦਾ, ਉਹਦੇ ਕੋਲੋਂ ਕੋਈ ਓਹਲਾ ਨਹੀਂ ਹੁੰਦਾ। ਇਸ ਲਈ ਸਾਡੀ ਫਰੀ ਫਕੀਰ ਦੇ ਨਾਲ ਇੱਕ ਫਰੈਂਕਨੈਸ ਹੁੰਦੀ ਹੈ, ਬੇਤਕਲਫੀ ਫਰੈਂਕਨੈਸ। ਤੇ ਜੋ ਖੁੱਲ ਬਾਬੇ ਬੁੱਲੇ ਸ਼ਾਹ ਦੀ ਸੰਗਤ ਵਿੱਚ, ਉਹ ਸਾਨੂੰ ਹੋਰ ਕਿਧਰੇ ਨਹੀਂ ਲੱਭਦੀ। ਬਾਬੇ ਬੁੱਲੇ ਸ਼ਾਹ ਦੇ ਹਰ ਲਸ਼ਕਾਰੇ ਨੂੰ ਅਸੀਂ ਮਾਣਦੇ ਹਾਂ, ਤੇ ਉਹਦੀ ਹਰ ਬੁਝਾਰਤ ਸਾਡੇ ਲਈ ਕੋਈ ਬਸ਼ਾਰਤ ਹੈ। ਬਾਬੇ ਬੁੱਲੇ ਸ਼ਾਹ ਦੀ ਸ਼ਾਇਰੀ ਹੈ ਜੀ, ਜੋ ਇੱਕ ਮੇਲਾ ਲੱਗਾ ਹੋਇਆ, ਭੰਡਾਰਾ ਵਰਤਾਇਆ ਜਾ ਰਿਹਾ ਹੋਵੇ, ਜਿੱਥੇ ਇੱਟ ਖੜਕੇ, ਦੁੱਕੜ ਵੱਜੇ, ਸੁੱਤਾ ਹੋਵੇ ਚੁੱਲ੍ਹਾ, ਆਉਣ ਫਕੀਰ ਤੇ ਖਾ ਖਾ ਜਾਵਣ, ਰਾਜ਼ੀ ਹੋਵੇ ਬੁੱਲਾ। ਬਾਬਾ ਸਰਗੀ ਸੁੱਤਿਆਂ ਨੂੰ ਜਗਾਏ, ਉੱਠ ਜਾਗ ਘਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਤੇ ਜਿਹੜੇ ਨਫਸ ਪਲੀਤ ਪਲੀਤ ਕੀਤਾ, ਤੇ ਜਿਹੜਾ ਬੁੱਕਲ ਦੇ ਵਿੱਚ ਚੋਰ ਹੈ, ਉਹਦੇ ਬਾਰੇ ਬਾਬਾ ਮਤ ਕਿਵੇਂ ਦੇਵੇ। ਮਨ ਮੰਜੂਲਾ ਮੁੰਜਦਾ, ਕਿਤੇ ਗੋਸ਼ੇ ਬਹਿ ਕੇ ਕੁੱਟ, ਇਹ ਖਜ਼ਾਨਾ ਤੈਨੂੰ ਵਰਸ਼ਦਾ, ਤੂੰ ਸੰਭਲ ਸੰਭਲ ਕੇ ਲੁੱਟ। ਤੇ ਉਹ ਕਾਫੀ ਬੁੱਲੇ, ਬਾਬੇ ਬੁੱਲੇ ਸ਼ਾਹ ਦੀ ਤਾਂ ਤੁਸੀਂ ਸਾਰੀ ਬੜੀ ਸੁਣੀ ਹੋ, ਜਿਹਦੇ ਚ ਮਾਟੀ ਮਾਟੀ ਜੋੜਾ, ਮਾਟੀ ਘੋੜਾ, ਮਾਟੀ ਦਾ ਸਵਾਰ, ਮਾਟੀ ਨੂੰ ਮਾਟੀ ਦੌੜਾਏ, ਮਾਟੀ ਦਾ ਖੜਕਾਰ। ਮਾਟੀ ਕਦਮ ਕਰੇਂਦੀ ਯਾਰ, ਮਾਟੀ ਬਾਗ ਬਗੀਚਾ, ਮਾਟੀ ਮਾਟੀ ਦੀ ਗੁਲਜ਼ਾਰ, ਮਾਟੀ ਨੂੰ ਮਾਟੀ ਵੇਖਣ ਆਈ, ਮਾਟੀ ਦੀ ਇਹ ਬਹਾਰ। ਮਾਟੀ ਕਦਮ ਕਰੇਂਦੀ ਯਾਰ। ਪਰ ਇੱਕ ਗੱਲ ਬਾਬੇ ਬੁੱਲੇ ਸ਼ਾਹ ਨੇ ਅਜਿਹੀ ਆਖੀ ਹੈ ਕਿ ਉਹ ਬਾਬਾ ਬੁੱਲੇ ਸ਼ਾਹ ਹੀ ਕਹਿ ਸਕਦਾ, ਮੈਂ ਮਿੱਟੀ ਘੁਮਿਆਰ ਦੀ,
गल आख न सकदी एक ठठर मेरा क्यों कड़िया मत जाए अलैक सलैक। मैं मिट्टी ते हां ना कुम्हार दी, पर मैनू हुण कड़िया, हुण मैं कड़ी गई हां ते हुण मैं चुप ते नहीं रहना। ते जे मैं चुप नहीं रहना ते साडी अलैक सलैक नहीं रहनी, जिहड़ी साडी जिहड़े असीं एक दूजे दे संजण आ उह किवें असीं रहीए। बाबा अपने कमियार नूं कह रहे, कमियार तो समझ गए हो गए बाबा किनू कह रहे, ते हुण बाबा तो चुप नहीं रहिंदा। पी शराब ते खा कबाब हेठ बाल हड्डां दी यग चोरी कर ते पन कर रब दा उस ठगां ते ठग नूं ठग। असी सरकारी दफ्तरां विच किसे फकीर नूं मुसलमान लिख सकने हैं, जिवें किसे जोगी नूं हिंदू लिख लईए, पर जिहड़ा किसे दी धिर बन जाए वह फकीर नहीं रहिंदा। जिहड़ा किसे धड़े विच रल जाए वह जोगी की नहीं। जिवें जोगी किसे वलगण विच वलिया नहीं जांदा, इंज ही कोई फकीर किसे हदबंदी विच कैद ना रवे। ते बाबा सब दा संजा, हिंदू मुसलमान भावे सिख सारे बाबे नूं प्यारे। बाबे किसे नाल वितकरा नहीं कीता, ताइयों सबना बाबे नूं संभालिया। बाबे सामने मरीद वा के अपने शेर नहीं लिखवाए, उन्हें कोई किताब जिल्द नहीं करवाई अपनी हयाती विच। कुछ कलाम मुंशी दीवान चंद को लभ्या, कुछ काफियां भाई प्रेम सिंह संभाली रखियां, एक पोथी मौलवी अनवर अली जोड़ी। इंज भी होया कि कई कुफर करके अपनी शायरी बाबे दे नां ला दित्ती। इसे वास्ते बाबे दियां बहुत सारियां काफियां वक्फ थावां ते होर होर तरह, किसी ने 150 काफी, किसी 160 काफी, किधरे 100 काफी, इस तरह ने। ते बाबे दे कलाम च हो सकदा है साडा बहुत सारिया उन्हां बागियां दा, उन्हां काफ जिन्हां नूं काफर किया होएगा, उन्हां कईयां दी गल्लां रली होण। बाबा बुले शाह 1680 तो 1758 तक 78 वरे जीविया। ये पंजाब की बर्बादी का एक बाब है, जिदे विच एक पासे सियासी उथल पुथल ते दूजी बाई समाजी टुट पच। बाबे की क्या उल्टे होर जमाने आए, हर कुछ सब कुछ बदल रहा, सोचा बदल रही ने। वादतुल वजूद की थां वादतुल शहूद, ये बड़ी लंबी गल हो सकती है। वादतुल वजूद साडा पुराना इबने अरबी का, जिन मौलाना रूम, मंसूर हलाज, सरमद, दारा सारे मनते सन। फिर एक होर बजुर्ग मुजद्दद लफसानी, उन्हें एक नवा एक विचारधारा दी जिन वादतुल शहूद किया जाता है। वादतुल वजूद है भी कि एक ही वजूद है ही एक। तो वादतुल शहूद है भी कि हर शह किसी एक की गवाही दे रही है, एक गल एक ही सी, बस जान के विच थोड़ी जी एको बना दी एक सोच न एक होर तरह ही है। वादतुल वजूद दे विच ही है वादतुल शहूद, पर उन्होंने एक नवा एक विचारधारा कह के, उन्होंने एक विचार नवा नजरिया तसव्वुफ का कह के उन्होंने प्रचारिया गया। औरंगजेब आलमगीर ने, इन्हां बादशाहों ने, जहांगीर ने भी उन्होंने कुछ प्रचारिया। वैसे तो इंज वादतुल वजूद की थां वादतुल शहूद आ गया, तसव्वुफ की थां शरीयत आ गई। हुण पहला सूफिया दियां खानकाहां सन, हुण मौलवियां दे मदरसे आ गए। ये सब औरंगजेब आलमगीर जैसे कट्टड़पुणे का नतीजा सी।
ਜਿਹਦਾ ਜਕੜ ਬੰਦ ਉਹਦੇ ਮਰਦਿਆਂ ਅਫਰਾ ਤਫਰੀ ਵਿੱਚ ਬਦਲ ਗਿਆ। ਨਾਦਰ ਸ਼ਾਹ ਦੀ ਲੁੱਟਮਾਰ ਤੇ ਅਹਿਮਦ ਸ਼ਾਹ ਅਬਦਾਲੀ ਦੇ ਪੰਜ ਹਮਲੇ ਜ਼ੁਲਮ ਦੇ ਬਾਜ਼ਾਰ ਵਿੱਚ ਇਸ ਤਰ੍ਹਾਂ ਨਿਲਾਮ ਹੋਈਆਂ। ਜਿਵੇਂ ਮੁਗਲਾਂ ਦੀ ਕੈਦ ਵਿੱਚ ਗੁਰੂ ਗੋਬਿੰਦ ਸਿੰਘ ਵਹਿਣ ਕੀਤਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇੰਜ ਹੀ ਬਾਬੇ ਬੁੱਲੇ ਸ਼ਾਹ ਕੁਰਲਾਇਆ ਸਾਨੂੰ ਆ ਮਿਲ ਯਾਰ ਪਿਆਰਿਆ। ਦਰ ਖੁੱਲਾ ਹਸ਼ਰ ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ, ਵਿੱਚ ਹਾਵੀਏ ਦੋਸਖ ਸਾੜਿਆ। ਹਾਵੀਆ ਹਾਵੀਆ ਜਿਹੜੀ ਦੋਜ਼ਖ ਜੰਨਤ ਦੋਜ਼ਖ ਤੁਸੀਂ ਸੁਣਿਆ ਹੋਏਗਾ, ਜਹੰਨਮ ਵੀ ਕਹਿੰਦੇ ਨੇ, ਜਿਹੜੀ ਜਹੰਨਮ ਜਾਂ ਦੋਜ਼ਖ ਹੈ ਜਿਹਨੂੰ ਤੁਸੀਂ ਨਰਗ ਕਹਿੰਦੇ ਹੋ, ਉਹਦੇ ਮੁਸਲਮਾਨਾਂ ਸੂਫੀਆਂ ਇਸਲਾਮ ਦੇ ਵਿੱਚ ਕਈ ਦਰਜੇ ਨੇ ਉਹਦੇ ਨਾ, ਉਸ ਦੋਜ਼ਖ ਦੇ ਕਈ ਦਰਜੇ ਨੇ, ਜਿਹੜਾ ਸਭ ਤੋਂ ਸਖ਼ਤ ਦਰਜਾ ਉਹਦਾ ਉਹਨੂੰ ਹਾਵੀਆ ਕਹਿੰਦੇ ਨੇ। ਤੇ ਉਹ ਕਹਿੰਦਾ ਪੰਜਾਬ ਇਸ ਵੇਲੇ ਉਹ ਹਾਫੀਆ ਬਣ ਗਿਆ ਜਿਹੜਾ ਸਭ ਤੋਂ ਸਾੜਨ ਵਾਲੀ ਜਿਹੜੀ ਦੋਜ਼ਖ ਹੈ, ਜਿਹੜੀ ਸਭ ਤੋਂ ਔਖੀ ਥਾਂ ਹੈ, ਇਸ ਵੇਲੇ ਪੰਜਾਬ ਉਹ ਬਣ ਗਿਆ। ਰੁੱਤਾਂ ਡੁੱਲੀਆਂ, ਅੱਗਾਂ ਲੱਗੀਆਂ, ਫੂੜੀਆਂ ਵਿਛੀਆਂ, ਭੁੱਖਾਂ ਪਈਆਂ, ਖਾਧਾ ਪੀਤਾ ਲਾਏ ਦਾ ਤੇ ਬਾਕੀ ਅਹਿਮਦ ਸ਼ਾਹ ਦਾ। ਲਾਹੌਰ ਦੇ ਵਿੱਚ ਇੱਕ ਹਾਕਮ ਆਇਆ, ਉਹਦਾ ਨਾਂ ਸੀ ਖਾਜਾ ਅਬਦੁੱਲਾ। ਉਹਦੇ ਬਾਰੇ ਇੱਕ ਅਖਾਣ ਬਣਿਆ, ਹਕੂਮਤ ਖਾਜਾ ਅਬਦੁੱਲਾ, ਨਾ ਰਹੀ ਚੱਕੀ ਤੇ ਨਾ ਰਿਹਾ ਚੁੱਲ੍ਹਾ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਜ਼ਮਜ਼ਮਾ ਤੋਪ, ਜਿਹੜੀ ਪੰਗੀਆਂ ਦੀ ਤੋਪ ਬਾਅਦ ਵਿੱਚ ਹੋਈ ਇੱਥੇ ਮਸ਼ਹੂਰ, ਉਹ ਜਦੋਂ ਬਣਵਾਈ ਤੇ ਸਾਰੇ ਲਾਹੌਰ ਦੇ ਜਿਹੜੇ ਪਿੱਤਲ ਤਰਾਮੇ ਦੇ ਭਾਂਡੇ ਸਨ ਲੋਕਾਂ ਦੇ ਘਰਾਂ ਵਿੱਚ, ਜ਼ਬਰਦਸਤੀ ਲੈ ਗਏ ਕਿ ਅਸਲਾ ਬਣਾਉਣਾ। ਲੋਕਾਂ ਦੇ ਘਰਾਂ ਵਿੱਚ ਭਾਂਡੇ ਹੀ ਨਹੀਂ ਰਹੇ, ਲੋਕਾਂ ਦੇ ਘਰੋਂ ਭਾਂਡੇ, ਬਾਕੀ ਤਾਂ ਸਭ ਕੁਝ ਪਹਿਲਾਂ ਲੁੱਟਿਆ, ਜੇ ਪੈਸਾ ਲੁੱਟਿਆ, ਜ਼ੇਵਰ ਲੁੱਟਿਆ, ਨਾਦਰ ਸ਼ਾਹ ਨੇ ਲੁੱਟਿਆ ਤੇ ਪਤਾ ਨਹੀਂ ਕੀ ਕੁਝ ਲੁੱਟਿਆ। ਤੇ ਇਸ ਕਿਆਮਤ ਵਿੱਚ ਸ਼ਰਾਫਤ ਕਿਵੇਂ ਸਲਾਮਤ ਰਹੀ ਹੋਣੀ? ਬੁੱਲੇ ਸ਼ਾਹ ਕਹਿੰਦਾ ਕਿ ਸਭ ਅਸ਼ਰਾਫ ਫਿਰਨ ਚੁੱਪ ਕੀਤੇ, ਸਭ ਅਸ਼ਰਾਫ ਜਿਹੜੇ ਬੜੀ ਇੱਜ਼ਤਾਂ ਵਾਲੇ ਚੁੱਪ ਕੀਤੇ ਨੇ। ਕਿਉਂ ਚੁੱਪ ਕਰਦੇ ਨੇ ਲੋਕੀ ਘਰਾਂ 'ਚ, ਕਿਉਂ ਚੁੱਪ ਕਰਕੇ ਨਿਕਲਦੇ ਨੇ, ਨੀਵੇਂ ਸਿਰ ਕਿਉਂ? ਕੀ ਹੋਇਆ ਘਰਾਂ ਦੇ ਵਿੱਚ, ਉਹਨਾਂ ਦੀਆਂ ਇੱਜ਼ਤਾਂ ਨਾਲ ਕੀ ਹੋਇਆ ਹੈਗਾ? ਹੁਣ ਜਿਹੜੇ ਚੁੱਪ ਚੁਪੀਤੇ ਪਏ ਫਿਰਦੇ ਨੇ, ਕਿਸੇ ਨਾਲ ਗੱਲ ਨਹੀਂ ਕਰਦੇ, ਆਪਣਿਆਂ ਦੇ ਵਿੱਚ ਉਲਫਤ ਨਾ ਹੀ, ਕਿਆ ਚਾਚੇ ਕਿਆ ਤਾਏ। ਕੀ ਵੇਖਦਾ ਬੁੱਲੇ ਸ਼ਾਹ, ਬਾਬਾ ਬੁੱਲੇ ਸ਼ਾਹ? ਪਿਓ ਪੁੱਤਰਾਂ ਇਤਫਾਕ ਨਾ ਕੋਈ, ਪਿਓ ਪੁੱਤਰ ਇੱਕ ਦੂਜੇ ਨਾਲ ਲੜ ਰਹੇ ਨੇ। ਇੱਕ ਹੋਰ ਥਾਂ ਕਿ ਜਦੋਂ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ, ਇੰਜ ਆਪਾ ਤਾਪੀ ਪਈ। ਤੇ ਇਸਲਾਮ ਦੇ ਵਿੱਚ ਜਦੋਂ ਕਿਆਮਤ ਆਏਗੀ ਉਦੋਂ ਇੰਜ ਹੋਏਗਾ, ਕਿਸੇ ਨੂੰ ਨਾ ਮਾਂ ਦੀ ਹੋਸ਼ ਨਾ ਕਿਸੇ, ਤੇ ਉਹ ਕਿਆਮਤ ਹੀ ਸੀ ਜੋ ਨਾਦਰ ਸ਼ਾਹ ਨੇ ਕੀਤਾ, ਜੋ ਅਹਿਮਦ ਸ਼ਾਹ ਨੇ ਕੀਤਾ। ਮੁਗਲਾਂ ਜ਼ਹਿਰ ਪਿਆਲੇ ਪੀਤੇ, ਭੋਰਿਆਂ ਵਾਲੇ ਰਾਜੇ ਕੀਤੇ, ਭੋਰਿਆਂ ਵਾਲੇ ਰਾਜੇ ਕੀਤੇ। ਹੁਣ ਜਿਹੜੇ ਇਸ ਧਰਤੀ ਦੇ ਗਰੀਬ ਨੇ, ਜਿਹੜੇ ਇਸ ਧਰਤੀ ਦੇ ਵਿੱਚ ਹਮੇਸ਼ਾ ਗੁਲਾਮ ਰਹੇ, ਮਹਿਕੂਮ ਰਹੇ, ਜਿਹਨਾਂ ਉੱਤੇ ਹਾਕਮੀ ਹੋਈ, ਜਿਹਨਾਂ ਦੇ ਪਾਟੇ ਕੱਪੜੇ ਜਿਹਨਾਂ ਪਾਏ ਸਨ, ਸਾਰੀਆਂ ਜਦੋਂ ਇਹ 5,000, 10,000, 7,000 ਬਣਾਉਂਦੇ ਸਨ ਮੁਗਲ, ਉਸ ਤੋਂ ਪਹਿਲਾਂ ਸੁਲਤਾਨ, ਤੇ ਉਹ ਤੁਰਕਾਂ ਨੂੰ ਬਣਾਉਂਦੇ। ਸਭ ਤੋਂ ਪਹਿਲੀ ਜਿਹੜੀ ਪ੍ਰੈਫਰੈਂਸ ਹੁੰਦੀ ਸੀ ਉਹ ਤੁਰਕ ਹੁੰਦੇ ਸਨ, ਤੁਰਕਾਂ ਤੋਂ ਬਾਅਦ ਫਿਰ ਅਫਗਾਨ ਤੇ ਈਰਾਨੀ ਇਸ ਤਰ੍ਹਾਂ ਆਉਂਦੇ ਸਨ। ਪਰ ਇਸ ਧਰਤੀ ਦੇ ਕਿਸੇ ਬੰਦੇ ਨੂੰ ਉਹਨਾਂ ਨੇ ਕਦੀ ਉਹ ਜਾਗੀਰ ਨਹੀਂ ਦਿੱਤੀ, ਉਹਨਾਂ ਨੇ ਕਦੀ ਉਹਨਾਂ ਨੂੰ ਉਹ 5,000, 10,000 ਜਾਂ 7,000 ਜੋ ਵੀ ਸੀ ਉਹ ਕਦੀ ਨਹੀਂ ਸੀ ਬਣਾਇਆ। ਕੀ ਵੇਖ ਰਿਹਾ ਬੁੱਲੇ ਸ਼ਾਹ? ਕਿ ਨਾਰਾ ਲੱਗਾ, ਰਾਜ ਕਰੇਗਾ ਖਾਲਸਾ, ਬੰਦਾ ਬਿਰਾਗੀ ਬਰਾਮਦ ਹੋਇਆ, ਕਪੂਰ ਸਿੰਘ ਨਵਾਬ ਬਣਿਆ ਤੇ ਜੱਸਾ ਸਿੰਘ ਕਲਾਲ ਦੀ ਜਥੇਦਾਰੀ ਪੁੱਗੀ। ਇਸ ਸਿਆਸੀ ਚੜ੍ਹਨ ਲੈਣ ਦੇ ਵਿੱਚੋਂ ਬਾਬੇ ਬੁੱਲੇ ਸ਼ਾਹ ਸਿੱਟਾ ਕੀ ਕੱਢਿਆ? ਜਿਹੜੇ ਸਨ ਦੇਸਾਂ ਦੇ ਰਾਜੇ, ਨਾਲ ਜਿਨ੍ਹਾਂ ਦੇ ਵੱਜਦੇ ਵਾਜੇ, ਗਏ ਹੋ ਕੇ ਬੇਤਖਤੇ ਤਾਜੇ, ਕੋਈ ਦੁਨੀਆਂ ਦਾ ਇਤਬਾਰ ਨਹੀਂ। ਇਹ ਹੁਣ ਸੁਣਾਣੀ ਇਹ ਖਬਰ ਤੇ ਹੋਵੇ ਕਿ ਇੰਜ ਹੋ ਗਿਆ ਪਿਛਲਿਆਂ ਨਾਲ, ਇਹ ਨਵੇਂ ਹਾਕਮਾਂ ਲਈ ਵੀ ਸੁਣਾਉਣੀ ਸੀ
कि वो नहीं रहे तुसा भी नहीं रहना। पर वेखो जिहड़ा अपना हकम हुंदा ना वह किन्ना भी जालम हो जो कि कहिंदे ने कि अपना मार के भी सुटेगा तो छावें सुटेगा तो अपने हाकमां ही तो बड़ा फर्क तो हुंदा। वो जो से हाकमां ने लाहौर वो जिहड़े सन लहणा सिंह शोभा सिंह ते गुजर सिंह वो जिहड़ी पंगी मिसल दे सन तो वो जो लाहौर वड़े ने तो लुट्टण वास्ते आए होने ने अगे इन्हें लुट के गए ने असी भी लुट ली। जिहड़ा तखत हुंदा ना जिहड़ा तखत हुंदा है जिहड़ी हाकमी हुंदी है तुहाडे कोल अपने आप ही जुलम कराउंदी है इहदे विच इंज ही हुंदा है। बड़े चंगे चंगे लोग जदों हाकम बनते हैं तो चंगे नहीं रहिंदे जिहड़े रहम दिल हुंदे ने तखत ते बहिंदिआं सारी जालम हो जांदे ने। ਉਹ ਜਿਸ ਫਿਕਰ ਤੋਂ ਲਾਹੌਰ ਦੇ ਵਿੱਚ ਵੜੇ ਤੇ ਲਾਹੌਰੀਆਂ ਆਖਿਆ ਸਾਂ ਤੁਹਾਡੇ ਨਾਲ ਕੋਈ ਗੱਲ ਕਰਨੀ। ਲਾਹੌਰੀ ਨਾਦਰ ਸ਼ਾਹ ਨੂੰ ਤੇ ਨਹੀਂ ਸਨ ਕਹਿ ਸਕੇ, ਅਹਿਮਦ ਸ਼ਾਹ ਅਬਦਾਲੀ ਤੋਂ ਨਹੀਂ ਸਨ ਕਹਿ ਸਕੇ, ਪਰ ਇਹ ਆਪਣੇ ਸਨ। ਭਾਵੇਂ ਘੋੜਿਆਂ ਤੇ ਬੈਠੇ ਨੇ ਜਿੱਤ ਕੇ ਆਏ ਨੇ ਜੰਗਾਂ, ਲਹਿਣਾ ਸਿੰਘ ਗੁੱਜਰ ਸਿੰਘ ਤੇ ਸ਼ੋਭਾ ਸਿੰਘ ਤੇ ਲਾਹੌਰੀਏ ਕਹਿ ਰਹੇ ਨੇ ਸਾਂ ਤੁਹਾਡੇ ਨਾਲ ਗੱਲ ਕਰਨੀ। ਉਹ ਗੱਲ ਸੁਣਨ ਵਾਸਤੇ ਘੋੜਿਆਂ ਤੋਂ ਥੱਲੇ ਲੈ ਆਏ। ਲੇਖ ਰਾਜ ਖੱਤਰੀ ਸੀ ਜਿੱਥੇ ਅੱਜ ਸ਼ਾਲਮੀ ਇੱਕ ਇਲਾਕਾ ਹੈ, ਉੱਥੇ ਉਹਦੀ ਹਵੇਲੀ ਸੀ। ਇਸ ਖਾਨਦਾਨ ਨੇ ਬੜਾ ਰੂਲ ਕੀਤਾ, ਹਿੰਦੂ ਖਾਨਦਾਨ ਸੀ, ਖੱਤਰੀ ਸਨ, ਦੀਵਾਨ ਰਹੇ ਬੜੀਆਂ ਮੁੱਦਤਾਂ, ਹਰ ਹਾਕਮ ਨਾਲ ਹਰ ਸੂਬੇਦਾਰ ਨਾਲ ਇਹ ਦੀਵਾਨ ਹੁੰਦੇ ਸਨ। ਇਹਨਾਂ ਦੇ ਟੱਬਰ ਦੇ ਲੋਕ ਹੀ ਲਖਪਤ ਰਾਏ ਤੇ ਜਸਪਤ ਰਾਏ, ਇਹ ਦੋਵੇਂ ਦੀਵਾਨ ਇਹ ਬੜੇ ਇਹਨਾਂ ਦੇ ਜਿਸ ਵਕਤ ਲਖਪਤ ਰਾਏ ਦੇ ਪੁੱਤਰ ਦਾ ਪੁੱਤਰ ਜੰਮਿਆ ਸੀ ਤੇ ਇਹਨੇ ਪੂਰੇ ਲਾਹੌਰ ਦਾ ਮੂੰਹ ਮਿੱਠਾ ਕਰਾਇਆ ਸੀ, ਇੰਝ ਦੀਆਂ ਗੱਲਾਂ ਨੇ ਇਹਨਾਂ ਦੇ ਬਾਰੇ। ਤੇ ਜਸਪਤ ਰਾਏ ਦਾ ਪੁੱਤਰ ਸੀ ਲੇਖ ਰਾਜ ਖੱਤਰੀ, ਉਸ ਵੇਲੇ ਉਹ ਜਿਉਂਦਾ ਸੀ। ਹੁਣ ਕਈਆਂ ਗੁਰੂਆਂ ਨੂੰ ਔਰ ਕਈ ਬੰਦਾ ਬਿਰਾਗੀ ਨੂੰ ਔਰ ਉਹਨਾਂ ਦੇ ਨਾਲ ਜਿਹੜੇ ਜ਼ੁਲਮ ਹੋਏ ਉਹਨਾਂ ਦੇ ਵਿੱਚ ਵੀ ਇਹ ਟੱਬਰ ਵੀ ਸ਼ਾਮਿਲ ਸੀ, ਰਲਿਆ ਸੀ ਉਹਨਾਂ ਦੇ ਨਾਲ ਮੁਗਲਾਂ ਦੇ ਨਾਲ। ਤੇ ਹੁਣ ਲੇਖ ਰਾਜ ਖੱਤਰੀ ਜਿਹੜਾ ਉਹਦੇ ਘਰ ਵਿੱਚ ਲਾਹੌਰੀ ਇਕੱਠੇ ਹੋਏ ਤੇ ਉੱਥੇ ਇਹ ਤਿੰਨੇ ਸਰਦਾਰ ਉਤਰੇ ਨੇ ਆਪਣੀਆਂ ਘੋੜੀਆਂ ਤੋਂ। ਤੇ ਲਾਹੌਰੀ ਹੁਣ ਉਹਨਾਂ ਨੂੰ ਕੀ ਦੱਸ ਰਹੇ ਨੇ ਕਿ ਤੁਹਾਡਾ ਇੱਕ ਗੁਰੂ, ਤੁਹਾਡੇ ਇੱਕ ਗੁਰੂ ਦਾ ਲਾਹੌਰ ਵਿੱਚ ਜਨਮ ਹੋਇਆ, ਇੱਕ ਗੁਰੂ ਲਾਹੌਰ ਵਿੱਚ ਅਮਰ ਹੋਇਆ। ਹੁਣ ਉਹ ਤਿੰਨੇ ਸਰਦਾਰ ਇੱਕ ਦੂਜੇ ਨੂੰ ਵੇਖਦੇ ਨੇ। ਉਹਨਾਂ ਉਸ ਵੇਲੇ ਕੋਈ ਭੰਗ ਨਹੀਂ ਸੀ ਪੀਤੀ, ਉਹਨਾਂ ਨੂੰ ਭੰਗੀ ਕਿਹਾ ਜਾਂਦਾ, ਪਰ ਉਸ ਵੇਲੇ ਉਹਨਾਂ ਨੇ ਕੋਈ ਭੰਗ ਨਹੀਂ ਸੀ ਪੀਤੀ। ਉਹਨਾਂ ਇੱਕ ਦੂਜੇ ਨੂੰ ਵੇਖਿਆ ਤੇ ਫੈਸਲਾ ਉਹਨਾਂ ਕੀ ਕੀਤਾ, ਉਹਨਾਂ ਲਾਹੌਰ ਨੂੰ ਕਿਹਾ ਕਿ ਇਹ ਗੁਰੂ ਦਾ ਕੋਠਾ ਹੈ, ਇਹਦੀ ਸਿਕਿਉਰਿਟੀ ਦੀ ਜ਼ਮਾਨਤ ਅਸੀਂ ਦਿੰਦੇ। ਤੇ ਫਿਰ ਉਹਨਾਂ 30 ਸਾਲ ਰੂਲ ਕੀਤਾ, ਕੋਈ ਉਹਨਾਂ ਦੇ ਜ਼ੁਲਮ ਦੀ ਕਹਾਣੀ ਸੁਣੀ ਨਹੀਂ, ਕੋਈ ਅਖਾਣ ਸੁਣਿਆ ਨਹੀਂ, ਕੋਈ ਗੀਤ ਐਸਾ ਸੁਣਿਆ ਨਹੀਂ। ਇਹ ਅੰਗਰੇਜ਼ਾਂ ਦੇ ਜ਼ਮਾਨੇ 'ਚ ਕਿਹਾ ਗਿਆ ਜੀ ਇਹ ਸਿੱਖਾਸ਼ਾਹੀ ਸੀ, ਆਪਣਾ ਨਹੀਂ ਇੰਨਾ ਜ਼ੁਲਮ ਕਰ ਸਕਦਾ ਜਿੰਨਾ ਮਹਿਮੂਦ ਗਜ਼ਨ ਵੀ ਕਰ ਸਕਦਾ ਹੈ ਜਾਂ ਜਿੰਨਾ ਅੰਗਰੇਜ਼ਾਂ ਨੇ ਜਿੰਨੇ ਜ਼ੁਲਮ ਕੀਤੇ, ਫਰੰਗੀਆਂ ਨੇ ਆਪਣੇ ਕਿਵੇਂ ਇੰਨਾ ਜ਼ੁਲਮ ਕਰ ਸਕਦੇ ਨੇ। ਬਾਬਾ ਬੁੱਲੇ ਸ਼ਾਹ ਇੱਕ ਮਲਾਮਤੀ ਸੂਫੀ ਹੈ, ਸਿਲਸਿਲਾ ਉਹਦਾ ਕੀ ਹੈ, ਕਾਦਰੀਆ ਸ਼ਤਾਰੀਆ, ਤੇ ਮਜ਼ਹਬ ਉਹਦਾ ਇਸ਼ਕ, ਉਹਦਾ ਮਜ਼ਹਬ ਇਸ਼ਕ ਹੈ। ਜਿਵੇਂ ਰੂਮੀ ਨੇ ਆਖਿਆ ਨਾ ਕਿ ਮਜ਼ਹਬ ਇਸ਼ਕ ਅਜ਼ ਹਮਾ ਦੀਨ ਹਾ ਜੁਦਾ ਅਸਤ, ਜਿਹੜਾ ਇਸ਼ਕ ਦਾ ਮਜ਼ਹਬ ਹੈ ਸਾਰੇ ਮਜ਼ਹਬਾਂ ਤੋਂ ਵੱਖਰਾ ਹੈ। ਤੇ ਅਮੀਰ ਖੁਸਰੋ ਨੇ ਤਾਂ ਕਿਹਾ ਕਿ ਕਾਫਰੇ ਇਸ਼ਕਮ ਮੁਸਲਮਾਨੀ ਮੇਰਾ ਦਰਕਾਰ ਨੇਸਤ, ਹਰ ਅਗੇ ਮਨ ਤਾਰ ਗਸ਼ਤਾ ਹਾਜਤੇ ਜ਼ੁਨਾਰ ਨੇਸਤ। ਮੈਂ ਇਸ਼ਕ ਦਾ ਕਾਫਰ ਹਾਂ, ਮੈਨੂੰ ਮੁਸਲਮਾਨੀ ਨਹੀਂ ਚਾਹੀਦੀ, ਮੀਰ ਖੁਸਰੋ ਕਹਿ ਰਿਹਾ ਹੈ, ਮੇਰੇ ਦਿਲ ਦੀ ਹਰ ਰਗ ਜਿਹੜੀ ਹੈ ਉਹ ਧਾਗਾ ਬਣ ਗਈ ਹੈ, ਤੇ ਧਾਗਿਆਂ ਦਾ ਕੀ ਬਣਿਆ, ਜ਼ੁਨਾਰ, ਉਹ ਜਿਹੜੇ ਬ੍ਰਾਹਮਣ ਜਨਿਓ ਜਿਹਨੂੰ ਕਹਿੰਦੇ ਹੋ, ਬਾਹਮਣ ਜਿਹੜੇ ਪਾਉਂਦੇ ਸਨ, ਜਿਹੜੇ ਕੱਟੜ ਹਿੰਦੂ ਜਾਂ ਬਾਹਮਣ ਸਨ ਉਹ ਪਾਉਂਦੇ ਸਨ, ਜਿਹਨੂੰ ਜਨਿਓ ਕਹਿੰਦੇ ਹੋ, ਉਹ ਫਾਰਸੀ ਦੇ ਵਿੱਚ ਜਿਹੜੇ ਪਾਰਸੀ ਸਨ ਉਹਨਾਂ 'ਚ ਪੁਰਾਣੀ ਰਸਮ ਸੀ, ਉਹ ਲੱਕ ਦੇ ਨਾਲ ਬੰਨਦੇ ਸਨ, ਉਹੀ ਜਿਹੜਾ ਕੁਝ ਧਾਗੇ ਬਲੇਟੇ ਹੁੰਦੇ ਨੇ ਤੇ ਉਹ ਉਹਨੂੰ ਲੱਕ ਨਾਲ ਬੰਨਦੇ ਸਨ, ਤੇ ਜ਼ੁਨਾਰ ਉਹਨੂੰ ਕਹਿੰਦੇ ਸਨ ਉੱਥੇ ਈਰਾਨ ਦੇ ਵਿੱਚ, ਇੱਥੇ ਉਹਨੂੰ ਅਸੀਂ ਜਨਿਓ ਕਹਿੰਦੇ ਹਾਂ, ਬ੍ਰਾਹਮਣ ਪਾਉਂਦੇ ਸਨ, ਕੋਈ ਖੱਤਰੀ ਵੀ ਕਈ ਪਾਉਂਦੇ ਸਨ, ਪਰ ਬ੍ਰਾਹਮਣ ਨਿਸ਼ਾਨੀ ਸੀ ਬ੍ਰਾਹਮਣਾਂ ਦੀ, ਪੰਡਿਤਾਂ ਦੀ। ਕਾਫਰੇ ਇਸ਼ਕਮ
मुसलमानी मेरा दरकार नेस्त, हर रगे मंतार गश्ता हाजते जुन्नार नेस्त। ये हुंदा है मलामती सूफी। बाबा बुल्ले शाह की आखे कि जा मैं सबक इश्क दा पढ़िया, मस्जिद कोलों जूड़ा डरिया, पुछ पुछ ठाकर द्वारे वड़िया, जिथे वजदे नाद हजार, इश्क दी नवियों नवी, फूक मसला पांदे लोटा, ना फड़ तस्बी आसा सोटा, आशक केंदे दे दे होका, तरक हलालू खा मुरदार, इश्क दी नवियों नवी बार। असल विच बाबा बुल्ले शाह औरंगजेब बादशाह दे फतावा आलमगिरी नू ललकार रहा। फतावा आलमगिरी पहला पहला शरीयत कदी लागू नहीं हुई, शरीयत की जिहड़ी किताब बनी उन्हें कोडीफाई किया गया ला नू, इस्लामिक ला नू, शरीयत के मुताबिक जिहड़ा कानून बनिया उहदा नां रखिया फतावा आलमगिरी। पूरी तरह लागू नहीं होया, औरंगजेब आलमगीर मर गया, पर जदों बन रहा सी जिस वक्त मौलवियां दी बहसां और 500 मौलवी उन्हें इकट्ठा किया पूरे इंडिया दे विचों, ते हुण मौलवी बैठे उत्थे बहसां कर रहे ने ते कानून बना रहे ने ते खबरां ते निकलियां फिर, ते बाबा बुल्ले शाह उन्हूं ललकार रहा है उहदे उस फतावा आलमगीरी नूं, कहिंदा कि तर्क हलालू खा मुरदार, जिन्हों तू हलाल आखेंगा मैं वह नहीं खाणा, जिन्हों तू हराम आखेंगा मैं वह खाने, मैं मस्जिद च नहीं पढ़ना, मैं मंदिर जाना है। जरा मसला जी नमाज पढ़ता उन्हें थूक उन्होंने अग ला दी। ऐ करो ऐ ना करो, ये हर वेले की निगरानी, बंदे की अपनी कोई मर्जी नहीं, ये फकीरां नूं वारा नहीं खांदा। मौलवी तो रह जाते हैं बादशाहों के नाल, पर फकीरां नूं वारा नहीं खांदा। फतावा आलमगिरी में जिवें तुहानूं दस्सिया कि किताब लिखी गई कई वॉल्यूम्स दे विच, उसे जिहड़े मौलवी 500 मौलवी सी उहनां दे विचों इक मौलवी सी अब्दुर रहीम, उन्हें एक मदरसा बनाया मदरसा रहीमिया, जिदे विच फतवे आए जहाद दे, जिहड़ा तुसीं अज वेखदे हो ना जहादी मौलवी तालिबान, तुसीं सुणदे हो अफगानिस्तान दे विच, पाकिस्तान दे विच वी खुदकुश हमले करदे ने तालिबान, यह सारे उस मदरसा रहीमिया दे फतवे जिहड़े निकले सन, अज भी उह पढ़े जांदे ने उहनां दे उत्ते, उह लोकी जिहड़े जहादी ने उहनां फतवियां नूं सामने रख के जहाद करदे ने। शाह जिहड़ा अब्दुर रहीम सी जिहड़ा मौलवी जिहने मदरसा रहीमिया जिहदे नां दे उत्ते, उहदा फिर जिहड़ा पुत्तर सी शाह वलीउल्ला उहने फिर किताबां लिखियां जिहदे तों असीं वहाबी इस्लाम शुरू हो गया सी इत्थे, जिहने अहमद शाह अब्दाली नूं खत लिखिया सी कि तूं हमला कर, ऐ शाह वलीउल्ला सी उहदी जिहड़ी शरीयत दी किताब, उहदा नां हज्जतुल्लाह अल बालगा, उह शरीयत दी किताब है फतावा आलमगिरी तों बाद। ते बुल्ले शाह जे फकीरां जिहड़े सन उत्ते मौलवियां दे ये जिहड़े शरीतां लागू कर रहे ने उत्ते बादशाहां दे नाल बैठे ने, उहनां तों उहनां नूं बहुत निंदे सन। मुल्लां ते मशालची दोहां इको चित, लोकां करदे चानणा आप नेरे नित, आसे पासे तुसीं चानण आप ही तुसीं नेरे च रह रहे हो, जिवें मशालची जिहड़ा मशल दे नाल रोशनी कर रहा है, इंज उत्ते मशल होएगी हर पासे रोशन कर आप ही नेरे विच है। इसे तरह जिहड़े इधर उधर तुहानूं दस रहे ने मसले, आप तो उहदे ते अमल नहीं करते। बाबा निरा ऐ नहीं मौलवियां दे पंडितां दे जिन्ने भी जिहड़ियां जिहड़े धर्मां नूं जिहड़े लोकां दे उत्ते जबरदस्ती लागू करदे ने, सब दे पंडित होवे जां जो भी धर्मसाल तड़वाई वसदे, ठाकर दुबारे ठग विच मसीत कुसीते रहंदे, आशक रहन अलग। बाबा बुल्ले शाह फतवेबाज मौलवियां ते ओ आलम जड़े जिनी अजाशी लई एवें बहस मुबैसे करदे आ किताबां चुकी फिरदे, उन्हां नूं बहुत निंदा है, सरेआम निंदा है, खुल के निंदा है, लुक के नहीं, उन्हां दा गिला नहीं करदा, उन्हें वंगारद है, उन्हें ललकारद है।
ਫੜ ਨੁਕਤਾ ਛੋੜ ਹਸਾਬਾਂ ਨੂੰ ਛੱਡ ਦੋਜ਼ਖ ਗੋਰ ਅਜ਼ਾਬਾਂ ਨੂੰ ਕਰ ਬੰਦ ਕੁਫਰ ਦਿਆਂ ਬਾਬਾਂ ਨੂੰ ਗੱਲ ਇਸੇ ਘਰ ਵਿੱਚ ਟੁੱਕਦੀ ਏ ਇੱਕ ਨੁਕਤੇ ਵਿੱਚ ਗੱਲ ਮੁੱਕਦੀ ਬਾਬੇ ਮੁਤਾਬਕ ਉਹ ਜੋ ਸਮਝ ਨਾ ਆਵੇ ਜਿਹੜਾ ਵੀ ਲਵੇ ਜੋ ਸਮਝ ਨਹੀਂ ਆ ਰਿਹਾ ਤੇ ਉਹ ਤੇ ਬੁੱਝਣ ਬੁਝਾਉਣ ਜਿੱਤ ਹਾਰ ਦੀ ਬਾਜ਼ੀ ਨਹੀਂ ਹੁੰਦੀ ਮੈਂ ਤੁਹਾਡੇ ਤੇ ਬੁਝਾਰਤ ਪਾਵਾਂ ਫਿਰ ਤੁਸੀਂ ਮੇਰੇ ਤੇ ਬੁਝਾਰਤ ਪਾਓ ਇਹ ਇਲਮੀ ਬਹਿਸਾਂ ਤੇ ਆਏ ਨੇ ਤੁਹਾਨੂੰ ਸਮਝ ਨਹੀਂ ਆਈ ਤੁਸੀਂ ਹਾਰ ਗਏ ਫਿਰ ਉਹ ਮੈਨੂੰ ਬੁਝਾਰਤ ਪਾਏ ਫਿਰ ਮੈਂ ਮੈਨੂੰ ਸਮਝ ਤੇ ਵਿੱਚੋਂ ਨਿਕਲਦਾ ਕੀ ਹੈ ਨਿਕਲਦਾ ਤੇ ਕੁਝ ਵੀ ਨਹੀਂ ਗੱਲ ਸਮਝ ਲਈ ਤੇ ਰੌਲਾ ਕੀ ਇਹ ਰਾਮ ਰਹੀਮ ਤੇ ਮੌਲਾ ਕੀ ਜਦੋਂ ਵਿੱਚੋਂ ਹੈ ਹੀ ਇੱਕ ਤੇ ਕੀ ਰਾਮ ਹੈ ਤੇ ਰਹੀਮ ਹੈ ਬਾਬਾ ਦੁਨੀਆਦਾਰ ਮੌਲਵੀਆਂ ਤੇ ਆਲਮਾਂ ਨੂੰ ਕਿਵੇਂ ਪੰਡਦਾ ਕਿਉਂ ਹੋਇਆ ਸ਼ਕਲ ਜਲਾਦਾਂ ਦੀ ਕਿਉਂ ਪੜ੍ਹਨਾ ਗੱਡ ਕਿਤਾਬਾਂ ਦੀ ਸਿਰ ਚਾਨਾ ਏ ਪੰਡ ਅਜ਼ਾਬਾਂ ਦੀ ਅੱਗੇ ਪੈਂਡਾ ਮੁਸ਼ਕਲ ਭਾਰਾ ਏ ਇੱਕੋ ਅਲਫ ਪੜੋ ਛੁਟਕਾਰਾ ਏ ਬਾਬੇ ਮੌਲਵੀਆਂ ਤੇ ਆਲਮਾਂ ਨਾਲ ਮੱਥਾ ਵੀ ਲਾਇਆ ਤੇ ਵਿੱਚੋਂ ਵਿੱਚ ਆਪਣੇ ਇਸ਼ਕ ਤੇ ਫਕੀਰੀ ਨੂੰ ਪ੍ਰਚਾਰਿਆ ਵੀ ਉਹ ਜ਼ਹਿਰੀ ਇਬਾਦਤ ਤੋਂ ਇਨਕਾਰੀ ਪੱਠ ਨਮਾਜ਼ਾਂ ਚਿੱਕੜ ਰੋਜ਼ੇ ਕਲਮੇ ਫਿਰੀ ਸਿਆਹੀ ਬੁੱਲੇ ਸ਼ਾਹ ਸ਼ਹੁ ਅੰਦਰੋਂ ਮਿਲਿਆ ਟੁੱਲੀ ਫਿਰੇ ਲੁਕਾਈ ਬਾਬਾ ਬੇਮਕਸਦ ਇਲਮ ਦੇ ਖਿਲਾਫ ਹੈ ਪੜ੍ਹ ਪੜ੍ਹ ਲਿਖ ਲਿਖ ਲਾਵੇਂ ਢੇਰ ਢੇਰ ਕਿਤਾਬਾਂ ਚਾਰ ਚੁਫੇਰ ਗਿਰਦੇ ਚਾਨਣ ਵਿੱਚ ਨੇਰ ਪੁੱਛੋ ਰਾਹ ਤੇ ਖਬਰ ਨਾ ਸਾਰ ਇਲਮੋ ਬਸ ਕਰੀ ਓ ਯਾਰ ਇੱਕੋ ਅਲਫ ਤੇਰੇ ਦਰਕਾਰ ਮੈਨੂੰ ਇੰਜ ਲੱਗੇ ਕਿ ਬਾਬਾ ਸਮਝਦਾ ਕਿ ਉਹ ਇਲਮ ਜਿਹੜਾ ਸਾਨੂੰ ਸਾਡੀ ਹੱਦ ਦੱਸਦਾ ਉਹਦੀ ਆਪਣੀ ਵੀ ਤੇ ਕੋਈ ਹੱਦ ਹੋਵੇ ਤੁਸੀਂ ਵੇਖਿਆ ਹੋਣਾ ਕਿ ਜੇ ਚਾਨਣ ਚੋਖਾ ਹੋ ਜਾਏ ਤੇ ਅੱਖਾਂ ਚੁੰਦਿਆ ਜਾਂਦੀਆਂ ਕੁਝ ਨਹੀਂ ਦਿਸਦਾ ਹਾਲਾਂ ਚਾਨਣ ਤੇ ਵੇਖਣ ਲਈ ਹੋਵੇ ਤੇ ਇਲਮ ਵੀ ਜੇ ਕੁਰਾਏ ਪਾਏ ਉਹ ਬੇਕਾਰ ਤੁਸੀਂ ਬਾਰ ਬਾਰ ਬਾਬੇ ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਆਉਂਦਾ ਅਲਫ ਇੱਕ ਇੱਕ ਰਮਜ਼ ਹੈ ਅਲਫ ਇੱਕ ਜਿਹੜੀ ਸ਼ਾਹਮੁਖੀ ਹੈ ਉਹਦੇ ਵਿੱਚ ਜਿਹੜੀ ਅਲਫ ਹੈ ਉਹ ਜਿਹੜਾ ਹਿੰਸਾ ਹੈ ਕਿ ਉਹਦੇ ਵਰਗੀ ਹੈ ਉਹ ਹੀ ਹੈ ਇੱਕ ਹੀ ਜਿਹੜਾ ਹੈ ਉਹ ਅਲਫ ਹੈ ਅਲਫ ਅੱਲਾ ਜਿਹੜਾ ਇੱਕ ਹੈ ਤੇ ਇਸ ਲਈ ਬਾਬਾ ਕਹਿੰਦੇ ਬਸ ਮੈਨੂੰ ਅਲਫ ਇੱਕ ਇੱਕ ਨੁਕਤਾ ਅਲਫ ਤੇ ਉਹ ਇਹ ਗੱਲ ਕਰਦਾ ਬਾਬਾ ਬਾਰ ਬਾਰ ਉਹ ਅਸੀਂ ਉਹ ਗੱਲ ਕਰ ਰਹੇ ਸਾਂ ਕਾਦਰੀ ਤੇ ਸ਼ਤਾਰੀ ਦੀ ਉਹ ਵਿੱਚ ਹੀ ਰਹਿ ਗਈ ਜਿਵੇਂ ਬਾਬੇ ਆਖਿਆ ਨਾ ਕਿ ਪੀਰ ਪੀਰਾਂ ਬਗਦਾਦ ਸਾਡਾ ਮੁਰਸ਼ਦ ਤਖ਼ਤ ਲਾਹੌਰ ਜਿਹੜਾ ਬਗਦਾਦ ਦੇ ਵਿੱਚ ਕੌਣ ਹੈ ਪੀਰ ਅਬਦੁਲ ਕਾਦਰ ਜਿਲਾਨੀ ਜਿਹੜਾ ਕਾਦਰੀ ਸਿਲਸਿਲਾ ਹੈ ਉਹਦੇ ਤੋਂ ਟਿਰਦਾ ਅਬਦੁਲ ਕਾਦਰ ਕਾਦਰ ਰੱਬ ਦਾ ਨਾਮ ਹੀ ਹੈ ਅਬਦੁਲ ਕਾਦਰ ਕਾਦਰ ਦਾ ਬੰਦਾ ਰੱਬ ਦਾ ਬੰਦਾ ਉਹਨਾਂ ਦਾ ਨਾਂ ਸੀ ਅਬਦੁਲ ਕਾਦਰ ਜਿਲਾਨੀ ਇਹ ਸਿਲਸਿਲਾ ਜਿਹੜਾ ਕਾਦਰੀ ਆ ਸਿਲਸਿਲਾ ਉਹਨਾਂ ਤੋਂ ਚੱਲਦਾ ਹੈ ਇਹ ਅਰਬੀ ਸੂਫੀ ਸਨ ਬਗਦਾਦ ਪੰਜਾਬ ਵਿੱਚ ਉਹਨਾਂ ਨੂੰ ਪੀਰ ਦਸਤਗੀਰ ਕਹਿ ਕੇ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਯਾਰਵੀਂ ਵਾਲਾ ਪੀਰ ਵੀ ਆਖਿਆ ਜਾਂਦਾ ਹੈ ਇਹਨਾਂ ਦੇ ਜਿਹੜੇ ਮੰਨਣਹਾਰ ਨੇ ਉਹ ਹਰ ਚੰਨ ਦੀ ਯਾਰਵੀਂ ਨੂੰ ਇੱਕ ਨਿਆਜ਼ ਦਿੰਦੇ ਨੇ ਜਿਹਨੂੰ ਗਿਆਰਵੀਂ ਸ਼ਰੀਫ ਦੀ ਨਿਆਜ਼ ਆਖਿਆ ਜਾਂਦਾ ਹੈ ਯਾਰਵੀਂ ਸ਼ਰੀਫ ਦੀ ਗਿਆ ਇਹਨਾਂ ਨੂੰ ਯਾਰਵੀਂ ਸ਼ਰੀਫ ਦਾ ਪੀਰ ਯਾਰਵੀਂ ਸ਼ਰੀਫ ਵਾਲਾ ਵੀ ਆਖਿਆ ਜਾਂਦਾ ਹੈ ਜਿਹੜੇ ਗੌਸ ਪਾਕ ਇਹ ਗੌਸ ਜੇ ਗੌਸ ਕੁਤਬ ਅਬਦਾਲ ਕਲੰਦਰ ਇਹ ਸੂਫੀਆਂ ਦੇ ਦਰਜੇ ਨੇ ਇਹਨਾਂ ਇਹ ਗੌਸ ਸਨ ਇਹ ਬਹੁਤ ਵੱਡੇ ਵਲੀ ਸਨ ਇਹਨਾਂ ਨੂੰ ਗੌਸ ਆਜ਼ਮ ਵੀ ਆਖਿਆ ਜਾਂਦਾ ਵੱਡਾ ਗੌਸ ਤੇ ਜਿਹੜੇ ਜਿਹੜੇ ਜ਼ਿਆਦਾ ਸਿਲਸਿਲੇ ਸਾਡੇ ਇੱਥੇ ਹੋਏ ਨਾ ਉਹ ਚਾਰ ਸਨ ਜ਼ਿਆਦਾ ਜਿਹਨਾਂ ਨੂੰ ਇੱਥੇ ਲੋਕਾਂ ਨੇ ਮੰਨਿਆ ਜਿਹਨਾਂ ਨੂੰ ਜਿਹੜੇ ਬੜੇ ਪ੍ਰਚਾਰੇ ਗਏ ਜਿਹਨਾਂ ਵਿੱਚੋਂ ਕਈਆਂ ਨੇ ਬਾਦਸ਼ਾਹਾਂ ਨੇ ਵੀ ਹੱਥ ਰੱਖਿਆ ਉਹ ਸਨ ਚਿਸ਼ਤੀ ਸਿਲਸਿਲਾ ਸੀ ਫਿਰ
कादरिया सिलसिला सी, फिर सोरवर्दिया सी, और फिर नक्शबंदी। चार सिलसिले सन ज्यादा जिन्होंने जड़े इत्थे प्रचारे गए, ज्यादा जिन्हां दे मनन आहार होए। जिहड़े कादरी सिलसिले दे सूफी सन, ये अक्सर सियासत तो दूर नहीं सन रहिंदे, जिवें मियां मीर, जिवें दारा शिको, जिवें शाह नैत कादरी। जहांगीर मियां मीर तो सारी जिंदगी तरिंदे ही रहा कि मेरे खिलाफ कोई साजिश ना कर दे, क्योंकि गुरु अर्जन देव भी उन्होंने मिलता से मियां मीर, बहुत सारे फकीर लाहौर दे विच सन जिहड़े छज्जू दा चुबारे, एक फकीर सी छज्जू दे चुबारे कट्ठे होंदे सन, ये सारे जिहड़े सन मियां मीर नूं मिलदे सन, ते बादशाह इन्हां फकीरां तों फकीर रल के बहन, बादशाह बड़ा डरदा है इस गल तों, इस वास्ते वह फिर जिहड़े सिलसिले सन सूफिया दे उन्हां दे विच उन्होंने फर्क पाए कि उन्हां दे मननहारां नूं आपस में, उन्हें कहा मेरा सिलसिला वड्डा है, उन्हें कहा मेरा सिलसिला, उन्हां च इक विथ पै गई। औरंगजेब आलमगीर तो दारा शिको तो डरदा ही रहा, उस डर में ही उन्हें मार भी दिता। शाह नैद जरा जो पठान सन हाकम कसूर दे, उन्हें देश निकाला दे दिता सी। ते जिहड़ा शतारी सिलसिला है, मैं कादरी सिलसिले की तुहानू गल दसी, ते जिहड़ा शतारी सिलसिला है, ये शेख अब्दुल्ला शतारी तो शुरू होया, जिहड़े ईरान तो हिंदुस्तान आए, ये जिहड़े सूफी सन। शतारियां दे विच बाजीद बस्तामी एक सूफी, वह बहुत मशहूर, जिन्हें कहा कि सुबहानी मां आजम शानी, मेरी तारीफ करो क्यों मैं वड्डी शान वाला, ते उदों तो कुफर दा फतवा लगा सी कि अपने आप नूं हो सकदा रब कह रहा होवे। जिहड़ी जज्बो मस्ती हुंदी ना मजजूब, एक एक वेला आंदा है सूफियों दे उत्ते कि जदों मजजूब हो जांदे ने, जदों उहनां दे मूंह विचों बहुत सारे ऐसे सच निकलदे ने जिहड़ा अगर वह जज्ब और मस्ती दी हालत विच होण ते शायद ना होण ते हो सकदा उह ना आखण, पर जदों उस हालत विच होंदे ने तो उहनां दे मूंहां विचों इंदियां गल्लां उहनां दी जुबान तों इंज दे कलमे निकल जांदे ने। इह वेला बाबे बुल्ले शाह ते वी गुजरिया, उन्होंने भी जड़ा सी गुरदासपुर बटाला दे विच जो सन उत्थे उन्होंने उत्ते मजजूब सन, उस वेले जज्बो मस्ती की हालत दे विच उन्होंने मूँह च भी कोई कलमा निकलिया, उन्होंने उत्ते भी कुफर का फतवा लग गया कि इन्हें अपने आप नूं अल्लाह आख्या। उन्होंने फड़ के खानकाह ते लै गए, एक फकीर की खानकाह सी उत्ते, शेख फाजल उहदा नाम सी, जिहदे फिर दरबारे फाजलिया भी बनिया, बड़ा मशहूर, बड़े उहनां दे मुरीद सन। जदों उह शेख फाजल ने वेख्या बुल्ले शाह नूं ते उह समझ गया, ते उहने सारिआं नूं आख्या कि इहने अपने आप नूं अल्लाह नहीं कहा, इह ते अल्लाह है कच्चा, मतलब हालां राह है हालां पक्का नहीं है, ते इहनूं ते अल्लाह जरूरत है, ते इह ते उहदे विच अल्लाह अपने आप नूं कह रहा है, इन्हें अल्लाह तो नहीं आख्या अपने आप। ते इंज बाबे बुल्ले शाह दी जिंदगी बच गई। बाबा बुल्ले शाह कोई डरिया नहीं, सूफी किवें डर सकदा है, वैसे ही जिहड़ा हर वेला वो शहीद होने वाला हुंदा भी नहीं, शहीदी मौत जागदी कौम नूं जिंदगी दिंदी है, ते सुती हुई कौम वास्ते शहीद होना फजूल है। जदों वारस लाश का सौदा कर दे, अजेही मौत चू मौत ही जमदियां ने। बाबे बुल्ले शाह चंगा किता, अल्लाह बन के जिंदा रहा, पर वो क्यों जा कच्चा सी जड़ा एडिया पक्या पट्टिया पड़ गया।
ਸ਼ਤਾਰੀ ਸਿਲਸਿਲੇ ਦੀ ਗੱਲ ਫਿਰ ਵਿੱਚੇ ਰਹਿ ਗਈ। ਇਹ ਸੂਫੀ ਸਲੂਕ ਦੀਆਂ ਮੰਜ਼ਲਾਂ ਬੜੀ ਤੁਰਤ ਫੁਰਤ ਨਾਲ ਤੈਅ ਕਰਦੇ ਨੇ। ਮੌਸੀਕੀ ਜਿਹੜਾ ਸੰਗੀਤ ਹੈ ਉਹ ਇਹਨਾਂ ਦੀ ਰਗ ਰਗ ਵਿੱਚ ਹੁੰਦਾ ਹੈ। ਤਾਨਸੇਨ ਇਸੇ ਸਿਲਸਿਲੇ ਦਾ, ਜਦੋਂ ਉਹਨੇ ਅਕਬਰ ਬਾਦਸ਼ਾਹ ਦਾ ਦਰਬਾਰ ਆਖਰ ਤੇ ਛੱਡ ਦਿੱਤਾ ਸੀ ਤੇ ਫਿਰ ਉਹ ਜਾ ਕੇ ਸ਼ੇਖ ਗੌਸ ਦੀ ਗੱਦੀ ਦੇ ਉੱਤੇ ਜਾ ਕੇ ਬੈਠਾ ਸੀ। ਆਮ ਜਿਹੀ ਗੱਲ ਹੈ ਕਿ ਜਿਹੜੀ ਮੌਸੀਕੀ ਹੈ ਰੂਹ ਦੀ ਗਜ਼ਾ ਹੈ, ਪਰ ਫਕੀਰ ਕਹਿੰਦੇ ਨੇ ਕਿ ਜਿਹੜੀ ਮੌਸੀਕੀ ਹੈ ਇਹ ਥੱਕੀ ਹੋਈ ਇਨਸਾਨੀਅਤ ਦਾ ਗੁਸਲ ਹੈ। ਬਾਗ ਵਿੱਚ ਵਨ ਸਵੰਨੇ ਫੁੱਲਾਂ ਨਾਲ ਲੱਦੇ ਹੋਏ ਅਣਗਿਣੇ ਰੁੱਖ ਹੁੰਦੇ ਨੇ, ਰੰਗ ਬਿਰੰਗੇ ਫੁੱਲਾਂ ਨਾਲ ਕਿਆਰੀਆਂ ਭਰੀਆਂ ਹੁੰਦੀਆਂ ਨੇ। ਹਰਿਆਲੀ ਦੀ ਲਹਿਕ ਤੇ ਬਾਗ ਦੀ ਮਹਿਕ ਤੋਂ ਅਸੀਂ ਅੱਕ ਜਾਂਦੇ ਹਾਂ ਜੇ ਕੋਈ ਕੋਇਲ ਨਾ ਕੂਕੇ। ਇੰਝ ਹੀ ਸਾਡੀ ਦੁਨੀਆਦਾਰ ਫਿੱਕੀ ਫੋਕੀ ਜ਼ਿੰਦਗੀ ਵਿੱਚ ਗਵੱਈਏ ਰਸ ਭਰਦੇ ਨੇ। ਸਾਡੇ ਬਾਰ ਦੇ ਵਿੱਚ ਜਿਹੜਾ ਇੱਥੇ ਅਸੀਂ ਵੀ ਉਹਨੂੰ ਲਹਿੰਦਾ ਪੰਜਾਬ ਕਹਿੰਦੇ, ਜਿਹੜਾ ਬਾਹਰ ਜਿੱਥੇ ਕਨਾਲ ਕਲੋਨੀਆਂ ਬਣੀਆਂ, ਉੱਥੇ ਜਿਹੜਾ ਗਾਉਣ ਵਾਲਾ ਹੁੰਦਾ ਸੀ ਗਵੱਈਆ ਉਹਨੂੰ ਮੰਗਤਾ ਕਿਹਾ ਜਾਂਦਾ ਸੀ। ਸਿੰਧ ਵਿੱਚ ਉਹਨੂੰ ਮੰਗਣਹਾਰ ਕਹਿੰਦੇ ਨੇ। ਮੰਗਣਹਾਰ ਮੰਗਤਾ ਇਹ ਕੀ ਹੈ, ਮੰਗਣ ਵਾਲਾ। ਸਿੰਧ ਵਿੱਚ ਉਹਨੂੰ ਮੰਗਣਹਾਰ ਕਹਿੰਦੇ ਸਨ ਤੇ ਬਾਹਰ ਦੇ ਵਿੱਚ ਉਹਨੂੰ ਮੰਗਤਾ। ਇਹ ਮੈਨੂੰ ਬੜਾ ਓਪਰਾ ਜਿਹਾ ਲੱਗਦਾ ਸੀ ਕਿ ਜਿਹੜਾ ਗਾਉਣ ਵਾਲਾ ਹੈ ਉਹ ਐਡਾ ਸੋਹਣਾ ਸੁਰੀਲਾ ਗਾਉਂਦਾ ਤੇ ਅਸੀਂ ਉਹਨੂੰ ਮੰਗਣ ਵਾਲਾ ਕਹਿ ਰਹੇ ਹਾਂ। ਇਹ ਮੈਨੂੰ ਚੰਗਾ ਨਹੀਂ ਸੀ ਲੱਗਦਾ। ਇੱਕ ਵਾਰੀ ਮੈਂ ਇੱਕ ਮਾੜਾ ਜਿਹਾ ਮੰਗਤਾ ਸੀ, ਇੱਕ ਮੈਂ ਉਹਨੂੰ ਇਹ ਪੁੱਛ ਵੀ ਲਿਆ, ਬਾਬਾ ਸੀ ਉਹ ਤੇ ਉਹ ਬੜਾ ਹੱਸਿਆ। ਉਹ ਕਹਿੰਦਾ ਹਾਂ ਅਸੀਂ ਮੰਗਣ ਜਿਹੜੇ ਗਵਈਏ ਆ ਅਸੀਂ ਮੰਗਤੇ ਹਾਂ। ਮੈਂ ਆਖਿਆ ਉਹ ਮੰਗਤੇ ਕੀ ਮਤਲਬ? ਕਹਿੰਦਾ ਉਹ ਜਦੋਂ ਅਸੀਂ ਪੁਰਾਣੇ ਵੇਲਿਆਂ ਦੇ ਵਿੱਚ ਅਸੀਂ ਗਾਉਂਦੇ ਸਾਂ ਤੇ ਅਸੀਂ ਜੱਗ ਦੀ ਖੈਰ ਮੰਗਦੇ ਸਾਂ। ਸ਼ੁਰੂ ਦੇ ਜਿਹੜੇ ਬੋਲ ਹੁੰਦੇ ਸਨ ਸਾਡੇ, ਅਸੀਂ ਦੁਆਵਾਂ ਕਰਦੇ ਸਾਂ, ਅਸੀਂ ਜੱਗ ਦੀ ਖੈਰ ਮੰਗਦੇ ਸਾਂ ਤੇ ਸਾਨੂੰ ਉਸ ਵਜ੍ਹਾ ਤੋਂ ਸਾਨੂੰ ਮੰਗਤੇ ਆਖਿਆ ਜਾਂਦਾ। ਇਹ ਨਹੀਂ ਕਿ ਅਸੀਂ ਕਿਸੇ ਦੇ ਅੱਗੇ ਹੱਥ ਕਰਨੇ ਆ ਕਿ ਸਾਨੂੰ ਦਿਓ ਕੁਛ, ਇੰਜ ਨਹੀਂ। ਮੰਗਤਾ ਇਸ ਵਜ੍ਹਾ ਤੋਂ ਆਖਿਆ ਜਾਂਦਾ ਸੀ। ਜੱਗ ਦਾ ਜਿਹੜਾ ਭਲਾ ਮੰਗਦੇ ਸਨ ਤੇ ਇਸ ਤੋਂ ਵੱਧ ਭਲਾ ਕੀ ਹੈ ਕਿ ਸਾਡੀ ਸੋਚ ਸੁਰੀਲੀ ਹੋ ਜਾਏ ਸੰਗੀਤ ਸੁਣ ਸੁਣ ਕੇ। ਇਹ ਜਿਹੜੇ ਗਾਉਣ ਵਾਲੇ ਹੁੰਦੇ ਨੇ ਇਹ ਲੜਾਈ ਮਾਰ ਕੁਟਾਈ ਤੋਂ ਬਹੁਤ, ਅਸੀਂ ਇਹਨਾਂ ਨੂੰ ਫਿਰ ਡਰਪੋਕ ਵੀ ਕਈ ਵਾਰੀ ਕਹਿੰਦੇ ਹਾਂ। ਇਹ ਲੜਾਈ ਮਾਰ ਕੁਟਾਈ, ਇਹ ਜਿਹੜੇ ਫੌਜਦਾਰੀ ਜਿਹੜੇ ਕ੍ਰਿਮੀਨਲ ਕੇਸਿਸ ਹੁੰਦੇ ਨੇ ਉਹਨਾਂ ਤੋਂ, ਮਤਲਬ ਜਿੱਦਾਂ ਲੁੱਟ ਮਾਰ ਜਾਂ ਕਿਸੇ ਦੇ ਨਾਲ ਲੜਾਈ ਕਤਲ ਡਾਕਾ, ਉਹ ਇਹ ਗਵੱਈਏ ਜਿਹੜੇ ਨੇ ਉਹਨਾਂ 'ਚ ਵੀ ਆਪਸ ਵਿੱਚ ਹੁੰਦੇ ਤੇ ਹੈ ਨਾ ਮਸਲੇ ਮਸਾਇਲ, ਸਾੜਾ ਇੱਕ ਦੂਜੇ ਦਾ ਬਹੁਤ ਹੁੰਦਾ ਗਵੱਈਏ ਨੂੰ ਦੂਜੇ ਗਵੱਈਏ ਨਾਲ, ਪਰ ਉਹ ਕਦੇ ਇੰਝ ਨਹੀਂ ਹੁੰਦਾ ਕਿ ਇੱਕ ਦੂਜੇ ਨੂੰ ਕਤਲ ਕਰ ਦੇਵੇ ਜਾਂ ਇਹ ਕੋਈ ਜਗੀਰ ਤੇ ਹੁੰਦੀ ਕੋਈ ਨੀ ਜਿਹੜਾ ਗਾਣਾ ਤੇ ਉਹ ਸਾਡੇ ਉਹ ਸ਼ੁਗਲ ਨਾਲ ਇਹਨਾਂ ਨੂੰ ਨਾ ਉਹ ਵੀ ਕਹਿੰਦੇ ਨੇ ਕਿ ਬੜੇ ਸਿਵਲ ਤਬੀਅਤ ਲੋਕ ਹੁੰਦੇ ਨੇ। ਸਿਵਲ ਤਬੀਅਤ ਕਿ ਮਤਲਬ ਹੈ ਲੜਾਈ ਮਾਰ ਕਟਾਈ ਨੂੰ ਚੰਗਾ ਨਹੀਂ ਸਮਝਦੇ। ਤੇ ਸੰਗੀਤ ਤੁਸੀਂ ਸੁਣੋ ਤੇ ਬਾਕੀ ਲੜਨ ਤੇ ਦਿਲ ਵੀ ਨਹੀਂ ਕਰਦਾ, ਇਹ ਮੱਲ ਮਾਰੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਲੜਨਾ। ਸੋਹਣਾ ਸੰਗੀਤ ਸੁਣ ਲਈਏ ਤੇ ਬੰਦਾ ਸੁਰ ਵਿੱਚ ਹੋ ਜਾਂਦਾ ਥੋੜ੍ਹਾ, ਤੇ ਜਦੋਂ ਦੁਨੀਆ ਸੁਰ ਵਿੱਚ ਨਹੀਂ ਰਹਿੰਦੀ ਉਦੋਂ ਜੰਗਾਂ ਲੱਗਦੀਆਂ ਨੇ। ਫਿਰ ਬਾਬੇ ਬੁੱਲੇ ਸ਼ਾਹ ਦੀ ਸ਼ਾਇਰੀ ਵਿੱਚ ਕੂੜ ਕੋਝੀ ਕਮਾਈ ਤੇ ਸੋਹਣੇ ਸੱਚ ਦਾ ਬੋਲ ਬਾਲਾ, ਵਨ ਸਵੰਨਾ ਜਗਤ ਵਸਾਰਾ ਤੇ ਕੁਦਰਤ ਰੰਗ ਬਿਰੰਗੀ, ਵਿਛੋੜੇ ਦਾ ਜਰਨ ਵੀ ਤੇ ਦੀਦਾਰ ਦਾ ਚਾਨਣ ਵੀ, ਤੇ ਸਭ ਤੋਂ ਵੱਧ ਜੋ ਮੀਆਂ ਮੁਹੰਮਦ
आख्या के बुले शादी काफी सुन के टुटे कुफर अंदर दा। जो क्रोधी विहार है इन्हें सानू जिंदर बंद किया हो प्रेम ते भगती हुण साडे दिल दा बुआ किवें खड़कान कोई चंगा अमल हुण असीं कीकण कमाईए जदों ढिलक गई चरखे दी हत्थी कत्या मूल न जावे तकले नूं वल पै पै जांदे कौन लुहार सदावे तकले दे वल कढ लुहारा तंदी टुट टुट जावे। देखो जिहड़ियां सौखियां गल्लां जिहड़े सौखे लफज होंदे ने ना उहनां उत्ते लम्मी गल करनी औखी होंदी है क्योंकि उह वेखण विच ते उह सौखे लफज होंदे ने ਸਾਨੂੰ ਜਿਹੜੇ ਕੁਝ ਲਫ਼ਜ਼ ਸਮਝ ਨਹੀਂ ਆਉਂਦੇ ਉਹ ਇਸ ਵਜ੍ਹਾ ਕਿ ਅੱਜ ਅਸੀਂ ਉਹਨਾਂ ਨੂੰ ਬੋਲਦੇ ਨਹੀਂ ਉਹ ਹੈ ਨਹੀਂ ਔਖੇ ਲਫ਼ਜ਼ ਹੁਣ ਅਸੀਂ ਉਹ ਬਹੁਤ ਪੜ੍ਹਦੇ ਨਹੀਂ ਸੂਫੀਆਂ ਨੂੰ ਫਕੀਰਾਂ ਦੇ ਕਲਾਮ ਨੂੰ ਤੇ ਇਸ ਵਾਸਤੇ ਸਾਨੂੰ ਸਾਡੇ ਅਸੀਂ ਉਹਨਾਂ ਦੇ ਜਾਣੂ ਨਹੀਂ ਇਸ ਵਾਸਤੇ ਸਾਨੂੰ ਔਖੇ ਹੈ ਨਹੀਂ ਔਖੇ ਆਮ ਜਿਹੇ ਲਫ਼ਜ਼ ਹੁੰਦੇ ਨੇ ਬਾਬੇ ਬੁੱਲੇ ਸ਼ਾਹ ਦੇ ਖਾਸ ਕਰਕੇ ਪਰ ਉਹ ਜਿਹੜੀਆਂ ਰਮਜ਼ਾਂ ਨੇ ਉਹ ਤਹਿ ਦਰ ਤਹਿ ਨੇ ਉਹਨਾਂ ਉੱਤੇ ਲੰਮੀ ਔਖੇ ਔਖੇ ਲਫ਼ਜ਼ ਹੋਣ ਤੇ ਮੈਂ ਇੱਕ ਲਫ਼ਜ਼ ਨੂੰ ਲੈ ਕੇ ਲੰਮੀ ਤੁਹਾਡੇ ਨਾਲ ਗੱਲ ਕਰਦਾ ਰਹਾਂ ਪਰ ਉਹ ਗੱਲ ਹੀ ਸਿੱਧੀ ਸਿੱਧੀ ਹੈ ਤੇ ਉਹਦੇ ਵਿੱਚ ਤੇ ਸਾਨੂੰ ਰਲ ਕੇ ਗੱਲ ਖੋਲਣੀ ਪੈਂਦੀ ਹੈ ਨਾ ਤੁਹਾਨੂੰ ਤੇ ਮੈਨੂੰ ਕੁਝ ਮੈਂ ਖੋਲਾਂ ਕੁਝ ਤੁਸੀਂ ਖੋਲੋ ਤੇ ਉਹਨਾਂ ਉੱਤੇ ਗੱਲ ਕਰਨੀ ਔਖੀ ਹੁੰਦੀ ਹੈ ਜਿਹੜੀਆਂ ਸੌਖੀਆਂ ਗੱਲਾਂ ਹੁੰਦੀਆਂ ਨੇ ਜਿਹਨਾਂ ਦੇ ਵਿੱਚ ਰਮਜ਼ਾਂ ਹੁੰਦੀਆਂ ਨੇ ਅਸੀਂ ਤਾਂ ਵੇਖੋ ਕੋਈ ਤਿੰਨ ਚਾਰ ਕਿਤਾਬਾਂ ਪੜ੍ਹ ਲਈਏ ਤੇ ਅਸੀਂ ਫਿਰ ਬਾਬਿਆਂ ਨੂੰ ਰੱਦਣ ਲੱਗ ਪੈਂਦੇ ਹਾਂ ਕਿਉਂ ਜੋ ਸਾਡੀ ਜਿਹੜੀ ਸੋ ਕਾਲਡ ਮਾਡਰਨ ਸੈਂਸੀਬਿਲਿਟੀ ਉਹਦੇ ਵਿੱਚ ਫਿੱਟ ਨਹੀਂ ਆਉਂਦੇ ਤੇ ਜੇ ਉਹਨਾਂ ਨੂੰ ਮੰਨਨੇ ਵੀ ਆ ਤੇ ਇਹ ਸਿਰ ਤੇ ਕਿ ਉਹ ਸਾਡੇ ਵਰਗੇ ਹੋ ਜਾਣ ਅਸੀਂ ਉਹਨਾਂ ਦੀ ਸੋਚ ਨੂੰ ਆਪਣੇ ਇਲਮ ਮੁਤਾਬਕ ਉਹਦੀ ਜਿਹੜੀ ਨਾ ਸੇਧ ਸੁਧਾਰ ਕਰਨੇ ਆ ਵਿੱਚੋਂ ਮਾਰਕਸਿਜ਼ਮ ਐਗਜ਼ਿਸਟੈਂਸ਼ੀਅਲਿਜ਼ਮ ਲਿਬਰਲਿਜ਼ਮ ਸੈਕੂਲਰਿਜ਼ਮ ਕੱਢਣ ਲੱਗ ਪੈਂਦੇ ਹਾਂ ਅਸੀਂ ਇਹ ਨਹੀਂ ਪਛੋੜਦੇ ਬਾਬਿਆਂ ਦੀ ਸ਼ਾਇਰੀ ਸਦਾ ਬਾਹਰ ਹੈ ਇਹ ਇਲਮੀ ਫੈਸ਼ਨ ਤੇ ਬਦਲਦੇ ਰਹਿੰਦੇ ਨੇ ਮਾਡਰਨਿਜ਼ਮ ਮਗਰੋਂ ਫਿਰ ਪੋਸਟ ਮਾਡਰਨਿਜ਼ਮ ਤੁਸੀਂ ਆਪਣੀ ਫਿਲਾਸਫੀ ਆਪਣਾ ਡਿਸਕੋਰਸ ਤੇ ਆਪਣਾ ਨੈਰੇਟਿਵ ਜੋ ਕੁਝ ਵੀ ਹੈ ਫਿਲਾਸਫੀ ਹੈ ਜਾਂ ਜੋ ਕੁਝ ਵੀ ਹੈ ਇਹਦੇ ਮਿਸਤਰੀ ਪੁਣੇ ਨਾਲ ਸੂਫੀ ਰੀਤ ਦੀ ਠੋਕਾ ਠਾਕੀ ਨਾ ਕਰੋ ਇੱਥੇ ਤੁਹਾਡੀ ਮਰਜ਼ੀ ਨਹੀਂ ਚੱਲਣੀ ਰਮਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਕਈ ਰੰਗ ਹੁੰਦੇ ਨੇ ਗੱਲਾਂ ਦੇ ਕਈ ਮਤਲਬ ਹੁੰਦੇ ਨੇ ਗਲੀ ਦੇ ਵਿੱਚ ਕੋਈ ਸੰਤਰੇ ਵੇਚ ਰਿਹਾ ਹੈ ਅੱਛੇ ਸੰਗਤਰੇ ਕੋਈ ਜਾ ਕੇ ਉਹ ਸੰਤਰੇ ਖਰੀਦ ਲਏਗਾ ਤੇ ਕੋਈ ਉਹ ਸੁਣ ਕੇ ਇਹ ਸਮਝੇਗਾ ਅੱਛੇ ਸੰਗਤਰੇ ਕਿ ਜਿਹੜੇ ਅੱਛਿਆਂ ਦੇ ਸੰਗ ਲੱਗੀ ਉਹ ਤਰ ਗਏ ਅੱਛੇ ਸੰਗਤਰੇ ਹੁਣ ਆਵਾਜ਼ ਤੇ ਲਾ ਰਿਹਾ ਹੈ ਇੱਕ ਹੀ ਪਰ ਦੋ ਵੱਖਰੇ ਵੱਖਰੇ ਵੱਖ ਵੱਖ ਸਮਝ ਰਹੇ ਨੇ ਇਸੇ ਤਰ੍ਹਾਂ ਲਫ਼ਜ਼ਾਂ ਦੇ ਕੀ ਕੀ ਮਤਲਬ ਹੁੰਦੇ ਨੇ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਅਸੀਂ ਬਾਬਿਆਂ ਚੋਂ ਬਾਬੇ ਸਾਡੇ ਚੋਂ ਨਹੀਂ ਇਹ ਕੰਮ ਅੱਜ ਤੋਂ ਨਹੀਂ ਅੰਗਰੇਜ਼ਾਂ ਦੇ ਰਾਜ ਤੋਂ ਸ਼ੁਰੂ ਹੋਇਆ ਸੀ ਉਹਨਾਂ ਤਸਵਫ ਤੇ ਜਿਹੜਾ ਕੰਮ ਕੀਤਾ ਹਿਸਟਰੀ ਆਫ ਪਰਸ਼ੀਆ ਉਹਦੇ ਵਿੱਚ ਉਹਨਾਂ ਤਸਵਫ ਦੇ ਉੱਤੇ ਜਿਹੜਾ ਕੰਮ ਕੀਤਾ ਉਹ ਬਹਿਸਾਂ ਕੀਤੀਆਂ ਜਿਹੜੀਆਂ ਕਾਫੀ ਲਿਖਿਆ ਉਹਨਾਂ ਨੇ ਬੜੇ ਓਰੀਐਂਟਲਿਸਟ ਆਏ ਉਹਨਾਂ ਨੇ ਤਸਵਫ ਦੇ ਉੱਤੇ ਲਿਖਿਆ ਕਈ ਵੱਡੇ ਵੱਡੇ ਨਾਂ ਨੇ ਉਹਨਾਂ ਦੇ ਵਿੱਚ ਤੋ ਬਹਿਸ ਸੀ ਸਾਰੀ ਤਸਵਫ ਦੇ ਉੱਤੇ ਨਾ ਤੋ ਉਹ ਕਿਹਾ ਜਾਂਦਾ ਨਾ ਕਿ ਤਸਵਫ ਬਰਾਏ ਸ਼ੇਰ ਗੁਫਤਨ ਖੂਬ ਬਸਤ ਸ਼ੇਰ ਸ਼ਾਇਰੀ ਕਰਨ ਵਾਸਤੇ ਜਾਂ ਬਹਿਸ ਕਰਨ ਵਾਸਤੇ ਤਸਵਫ ਉਹ ਜਿਹੜਾ ਪਰ ਇਹ ਤੇ
मतलब इल्मी जी बहस है या इन शायरी एदित कर लो जरा तसव्वुफ जो पंजाब में आया तो जोग न रलिया जोग न रल के वह फकीरी बनिया। तसव्वुफ ते वेदांत दो वख वख लहर ने धरतियां ते धर्म होर होर ने जिथे पुंगरे वो पंजाब मिले जरूर। दारा शिको की जी किताब है मजमौल बहरेन जिन्हों समुद्रा संगम आख्या जाता है संस्कृत वो यही है वेदांत और तसव्वुफ का जो मिलाप है। बाबा बुले शाह कसूर में हाफिज गुलाम मुर्ज़ा मदरसे चो अरबी फारसी पढ़िया जरा उस वेले का इलम से उन्हें सारा पढ़िया कुरान हदीस सरफो नाव मंतक नजूम जो उस वेले का वध तो वध इलम हो सकता सी जबाना हो सकती सर उन्हें सीखी पढ़िया। इलम तो अगे मार्फत आवे नासूत मलकूत जबरूत असलूक दिया मंजिल ने इन्हों तो गल की जा सकती पर फिर गल होर पासे टुर जाएगी। असं बाबे बुले शाह की शायरी से अज गल कर रहे हैं। बाबे बुले शाह की शायरी के बई थावां ते कुरानी आयतां उन्हें बकायदा कुरानी आयत कोट की है लिखी है कुरानी आयत पूरी यादी या उहदा शुरू का जिहड़ा लफज है उस कुरानी आयत का तुसां थां थां पढ़िया होगा लस्तो बिरब्बुकुम कालू बला जो सारिया रूह रब ने पैदा कीतिया तो उन्होंने एक थां ते इकट्ठा किया उन्होंने को एक अहद लिया एक प्रामिज लिया उन्हें मिसाके अजल कहें जरा अजल वेल जो शुरू जरा एग्रीमेंट होयादे हुए थे रब ने पूछा कि अलस्तो बिरब हुकुम मैं तुहाडा रब मैं कि तुहाडा रब नहीं उन्हें कहा कालू सारे बोले कि हाँ तू साडा रब है मुझे तो बाबा कहें तो अल्लाह रब नहीं याद रहा तो याद वह करा जो रूहां तुम रूहां दे सौ तो तुसा वो मुआदा किया रब के नाल कि तेन मना तो फिर याद रखो हम तुम भुल गया तो रब तुसा तो रब न और वादा याद कराता है वह तो जो प्रॉम जो वचन दिता है तुसा रब ने जो तुम रूह रूह सो कुन फयकून तुसा सुनिया होना कुन फयकून तू अगे दियां लगियां इस्लाम विच के रब आख्या कुन हो जा फयकून वह हो गया। फकीर कहते हैं कि कुन जड़ा वह कम है तो फयकून उसकी कमाई है। बाबा बुले शाह काफियां लिखता है काफी जड़ी अरबी का लफ्ज है जड़ा कैफ तो बने कैफ कैफ एक लफ्ज है कैफ मस्ती सुरूर जड़ा मस्ती ते सुरूर दे विच जो लिखिया जाए वह काफी है। काफी एक रागनी भी है रागां दा ठाठ भी है काफी। मैनू डॉक्टर लाजवंती जी ने वह किताब लिखी है पंजाबी सूफी पोइट्स उहदी जिहड़ी बड़ी वधिया किताब है शुरू दीआं किताबां ने सारे लोग ही पढ़ते हैं एक बेसिक एक सानू बहुत कुछ उहदे विच लभदा है पर मैनूं उहदी इह गल ठीक नहीं लगती बिल्कुल भी ठीक नहीं लगती उक्का ठीक नहीं लगती कि जिहड़ा उह कहिंदी है कि बाबा बुले शाह वेदांती सी जो कि पुकार पुकार के कह रहे हैं शरीयत साड़ी दाई है तरीकत साड़ी माई है अगों हकीकत आई है असा मार्फ तू सब कुछ पाया है। बाबे तो कुछ नहीं लिखाया सानू क्यों नहीं समझ आ रही शरीयत तरीकत हकीकत है मार्फत है ना सारे अहद अहमद विच फर्क ना भुलिया एक रत्ती भेत मरोड़ी दा मीम जड़ा अखर है ना वो मरोड़ी जी पैंदी है उहदे विच ना ते जड़ा रब है वह अहद है एक है ते जड़ा नबी है मुहम्मद उहदे कई नां ने मुहम्मद अहमद महमूद 99 नां ने रब दे भी 99 ने 99 नां ने ते नबी दे भी 99 नां ने ते उहनां विच इक नां है अहमद ते रब दा इक नां है अहद। अहद विच मीम पाइए तो अहमद बन जाता है मीम दी मरोड़ी दा विच फर्क है
ख्वाजा बाकी बिल्ला ने कहना कि अहमद अहद बिला मीम अस्त, जड़ा अहद है जड़ा रब है वह अहमद ही है, बस वो मीम नहीं। तौहीद जड़ा जड़ा तौहीद नू तौहीद जड़ा एक बिलीफ है जड़ा अल्लाह दी वहदानियत के अल्लाह एक के बुल्ले शाह नू मंद है। मौलाना जामी दा शेर के दर कौनो मकान नेस अजा जुज जक नूर तौहीद अमी अस्त दिगर वहम वरूर। जक नूर एक नूर है बाकी सब वहम है गरूर है कौनो मकान कुछ भी नहीं बाकी एक नूर अल्लाह फल्ला नूर पाया। मुर्शद रसूल ज़ाते बारी ऐ सफर है बुले शाह दा सफर बुले शाह दी शायरी उदा सफर नाम है। पर मौलवी दा ईमान ते बाबे बुले शाह दा मनन इको जिहा नहीं हो सकदा। बाबा जड़े पाक रसूल दी नात पढ़े उहदे ते एक बुढ़ी माई रोज क्रोध दे नाल कूड़ा सुट्टे। नमाज दा एक वेला हुंदा है उस नमाज दे वेले लंघना हुंदा सी रसूल ने नबी ने ते ओ उस वेले उत्ते हुंदी सी उहने कूड़ा रखिया हुंदा सी तो नबी दे उत्ते सुट्टदी सी जदों नबी ने उत्थों लंघना तो उहने कूड़ा सुट्टना। एक दिन नबी गली विच जा रहा उत्थों किसे कूड़ा नहीं सुट्टिया। नबी अगां जाके खुश नहीं होया परेशान हो गया मतियो औरत बीमार हो गई होवे एक दिन नबी नू कुछ जूज यहूदी मिलन आ गए ते नबी उस वेले मसीत विच सी मस्जिद विच सी तो उन्हें उन्होंने उत्थे सद लिया। वो अंदर आंदे ना थोड़े संग चक रहे सन संग रहे सन के असी नबी ने कहा नहीं है तुसी आओ आओ वो आ गए जिहड़े यहूदी सन जूज सन ते जिहड़ी भी उन्होंने गलबात करनी सी गलबात करदे ना कुछ परेशान जिहा एक दूजे वल्लों उन्होंने वेख्या ते नबी ने उन्होंने पूछा कि तुसी क्यों परेशान हो रहे हो तो उन्हें आख्या कि साडा ना इबादत का वेला हो गया तो नबी आख्या तुसी इबादत कर लो उन्हें कहा कित्थे उन्हें कहा इत्थे असी अपने हिसाब नाल इबादत करने हैं तुसी अपने हिसाब नाल कर लो यह रब का ही घर है ना। तो बुले शाह उस नबी नूं मन रहे बुले शाह उस अल्लाह की हमद बयान करे जिन्हों अपने बंदे नाल 70 मावां जिन्ना प्यार हो जड़ा उहदी शहरग तो नेड़े। तुसी बाबे बुले शाह की काफी थां थां पढ़ते हो नहनु अकरब कुरान पाक की आयत है कि नहनु अकरब इलैहि मिन हबलिल वरीद मैं तुहाडी शहरग तो नेड़े हाँ। तो फिर एक तां वो आख्या गया कि इन अल्लाह खालक आदम अल्लाह सूरत ही कि रब ने बंदे नूं अपनी शक्ल दे पैदा कीता है। बाबा बुले शाह एवें अल्लाह नाल एडा फ्रैंक नहीं होंदा जिहड़ा उहदे लई शौ रांझा जोगी बुल्ला शो बुल्ला शो थी वख नहीं पर वेखण वाली अख नहीं। ला मौजूद इल्ला कोई मौजूद नहीं बस अल्लाह क्यों जे अल्लाह नूर समावात वल अर्ज जमीन आसमान का नूर है ते मन आरफा नफसा हू फकद आरफा रब्बा हू ते जिन्हें अपने आप नूं पछाण लिया उन्हें रब नूं पछाण लिया। अजा की जाना मैं कौन है अजा सवाल है की जाना मैं कौन ये अपनी अपना अपनी तलाश ही है ना सारी अपना खोज ही है। ना मैं भेत मजहब का पाया ना मैं आदम हवा जाया ना मैं अपना ना तराया
ना विच बैठन ना विच पाउन, बोलिया की जाना मैं को। सूफी रीत दिया सारिया नहरां वहदत दे दरिया चो निकल दिया, तो लुकाई दी सांझी फसल नूं पानी लाके डिग दिया किथे, फना दे समुंदर विच, फना फिल्ला दी मंजिल बका बिल्ला है। जिंदगी जिंदगी जिन्हों कदी जवाल नहीं। ते दीदार दा कोई शाहिद नहीं, शहीद होंदा। शाहिद गवाह नूं कहिंदे ने, जिहड़ा रब नूं वेखण गया वह कदी लभिया ही नहीं। कौन गवाही देवे मैं रब नूं वेखे, क्यों जी वह लुकाई विच रह जाए, उहदी कोई वक्खरी पछाण नहीं रहिंदी। जिहड़ा रब नूं वेखण गया, जिहड़ा रब नूं पछाणन गया, वह फिर लुकाई विच रलिया, उहने अपनी वक्खरी पछाण मुका दित्ती। जिहड़ी मुर्शिद दी सिक्क है, जिहड़ी रांझे दी सिक्क है, जिहड़ा इश्क है फकीरां दा। ओह सुल्तान बाबू कहिंदा कि इह तन मेरा चश्मा होवे मैं मुर्शिद वेख ना रजां, लू लू दे विच लख लख चश्मा इक खोलां इक कज्जा हो, इतना वेख्या भी सबर ना वे होर किते वल भजा हो, मुर्शद दा दीदार वे बाहु सानू लख करोड़ा हजा हो। बाबे बुले शाह दी शायरी विच मौत मौत नहीं ते ना मौत दा डर, वो जगा के रखदा है। कत कुड़े ना वत कुड़े, कमाई दा वेला अज है, कल हो गया तो पछतावा रह जाना। कतल नी कुछ कताल है, हुण ताणी तंद उणाल नी, कतल नी कताल नी हुण ताणी तंद उणाल नी, तू अपना दाज रंगाल नी, तू तद होसे प्रधान कुड़े कर कत्तन वल ध्यान कुड़े। जिहड़ा चरखा कत्तन है, जेड़े अमल ने, तेरा दाज है। तुसा कदी ये सोचा कि फकीरां कदी जमींदारां दी वाही बीजी नूं नहीं वड्याया, जुलाया कमियार चूड़ा कंजर वो काम जिदी समाज विच भावे इज्जत नहीं पर उहदे सिर ते सारा कार विहार। सूफी अपने आप नूं कदी लोहार जुलाया मोची कदी उन्होंने अपने आप जमींदार नहीं आखे। क्योंकि सूफी कब्जा गीर नहीं होता। असी जिहड़ियां निक्कियां जातां ने उन्होंने घटिया पलीत समझने, पर असा कदी उन्होंने नेड़े जाके उन्हां कोल नहीं पुछिया। हो सकता है वह सानू अछूत समझ दे, असी जड़े क्रोध नाल कुझे ते लोभ नाल गंदे हाँ। हो सकता है मैं एक बाबे को जड़ा गगड़ा सी, मैं उन्होंने पूछा कि गगड़े या जड़े सांसी या इन्हें शहरां विच नहीं पिंडां विच नहीं रहिंदे, बाहर अपनी उन्होंने असी ठट्ठी कहने हाँ, किधरे उन्होंने चुमार ली कहा जाता है, कच्चे जे कुल्ले होंदे ने, तो पिंड तो हट के रहिंदे ने, पिंड विच नहीं आते। तो मैं उन्होंने पूछा, मैं ओदी गल तुहानू दस रहा, वह कहिंदा कि ए पलीत ने, जिहड़े मल मारने जिहड़े कब्जे करते हैं, ए पलीत ने, असी इन्हां दे नेड़े नहीं जाना। असी यह बना के बैठे हाँ कि वह अछूत ने, दलित ने, पलीत ने, मलीच ने। एक दिन किसी ने फेसबुक से मेरे राजकुमार उन्होंने थोड़े विद्वान ने बड़े चंगे थोड़े पंजाब, राजकुमार हंस उन्हों का नाम है मेरे ख्याल है,
और राजकुमार। उन्होंने कोई पुरानी अखबार दी ना 1932 दी को खबर लाई सी कि ट्रबल इन सिख रेजिमेंट कास्ट क्वेश्चन इंदी खबर सी ते वो ना जो दलित रेजिमेंट तोड़ दी गई थी जो फौजी सन उन्होंने सिख रेजिमेंट में ला दिता गया जो जट सन उन्होंने खाना खाने से इनकार कर दिता। ए बारे वो खबर सी मैं बड़ा ही मैनू पढ़ के ना मैं नहीं सर समझता कि सिखा दे फिर जी असि संगत और पंगत जी रीत फिर वो कितने गई गोल्डन टेंपल में किसी दलित वड़न दिता गया भी मैं सुने तो ठीक नहीं जी असं मिसाल आजाद की कोड़ किली शतीर जफे किवें असं बना लें आप ही वन साइडेड फैसले कर लें जी रेशम टाट का प्रबंध गुदड़ी विच लाल नंगे पिंडे रेशमी चादर मंगी लगे मतलब कि किवें असीं अपनी बना लैने उन्हां दे बारे। मैं तुसां बुल्ले नूं जिवें फकीर मंनदा है जिवें फकीर गांदा है मैं कोई मैनूं किसे ने उधरों तुहाडे पासिओं कोई बड़ी लंबी चौड़ी ईमेल भी भेजी कोई सिख सरदार ने उन्हें कहा कि तुसीं जट्टां दे खिलाफ हो। मैं तो नहीं जट्टां दे बिल्कुल भी मैं किवें खिलाफ हो सकना मैं तो नहीं जट्टां दे खिलाफ मैं जट्टां दे वरतारे दे जिहड़ा वरतारा है उन्हां दा नीवियां जातां दे नाल मैं उन्हूं भंडना जां उहदे खिलाफ गल करना जट्टां दे खिलाफ क्यों होना किसी दे बस विच कोई जट्टां दे घर जम्मिया कोई राजपूतां दे कोई ब्राह्मणां दे कोई खत्रियां दे कोई शहीदां दे किसी दी अपनी मर्जी थोड़ा है वो किसी दे जट्टां दे घर जम्मण नूं दे उत्ते असी किवें कह सकदे नहीं जिहड़ा वरतारा है और हाकमां दी गल है अज जट हाकम ने ते असी उहनां दी गल कर रहे हां कल कोई मुगल सन ते असी उहनां नूं कहिंदे सन चंगा नहीं सी करदे इस वास्ते उह ऐसी ते कोई अजिही गल नहीं कि ਤੁਸੀਂ ਕਦੀ ਗਰੀਬਾਂ ਨੂੰ ਜਿੱਥੇ ਮੈਂ ਇਸ ਵੇਲੇ ਬੈਠਾ ਇੱਥੇ ਮੇਰੇ ਇਸ ਥਾਂ ਦੇ ਆਸੇ ਪਾਸੇ ਨਾ ਚੁਗੀਆਂ ਹੁੰਦੀਆਂ ਸਨ ਮੰਗਣ ਵਾਲਿਆਂ ਦੀਆਂ ਤੇ ਉਹ ਰਾਤ ਨੂੰ ਨਾ ਗਾਣੇ ਗਾਉਂਦੇ ਸਨ ਜ਼ਿਆਦਾ ਬੁੱਲੇ ਸ਼ਾਹ ਦੇ ਨਾ ਗਾਣੇ ਕਾਫੀਆਂ ਗਾ ਰਹੇ ਹੁੰਦੇ ਸਨ ਤੇ ਬੜਾ ਮਜ਼ਾ ਆਉਣਾ ਤੇ ਜੇ ਤੁਸੀਂ ਉਹਨਾਂ ਦੇ ਨੇੜੇ ਜਾਣਾ ਕਈ ਵਾਰੀ ਚੁੱਪ ਕਰ ਜਾਂਦੇ ਸਨ ਤੇ ਮੈਂ ਫਿਰ ਨਾ ਨਹੀਂ ਸਨ ਨੇੜੇ ਜਾਂਦਾ ਪਰ ਮੈਂ ਸੁਣਦਾ ਰਹਿੰਦਾ ਸਨ ਰਾਤ ਨੂੰ ਤੇ ਇੱਕ ਵਾਰੀ ਮੈਂ ਗਿਆ ਦਿਨ ਦੇ ਵੇਲੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਥੋੜ੍ਹਾ ਜਿਹਾ ਮੈਨੂੰ ਸੁਣਾਓ ਤੁਸੀਂ ਜੋ ਤੇ ਉਹ ਸੁਣਾਉਣ ਲੱਗੇ ਤੇ ਮੈਂ ਕਿਹਾ ਤੁਹਾਡੇ ਸਾਜ਼ ਕਿੱਥੇ ਨੇ ਤੇ ਉਹਨਾਂ ਕੋਲ ਕੋਈ ਸਾਜ਼ ਨਹੀਂ ਸੀ ਸਾਜ਼ ਤੇ ਮੈਂ ਸੁਣਦਾ ਸਾਂ ਉਹਨਾਂ ਨੂੰ ਗਾਉਂਦਿਆਂ ਉਹ ਜਿਹੜੀ ਪਰਾਤ ਵਿੱਚ ਆਟਾ ਗੁੰਨਦੇ ਸਨ ਉਹੀ ਵਜਾਉਂਦੇ ਸਨ ਉਹ ਜਿਸ ਚਿਮਟੇ ਨਾਲ ਅੱਗ ਫੜਦੇ ਸਨ ਉਹੀ ਵਜਾਉਂਦੇ ਸਨ ਉਹ ਜਿਸ ਘੜੇ ਵਿੱਚ ਪਾਣੀ ਪੀਂਦੇ ਸਨ ਉਹੀ ਖੜਕਾਉਂਦੇ ਸਨ ਇਹੀ ਉਹਨਾਂ ਦੇ ਸਾਜ਼ ਸਨ ਇਹਨਾਂ ਨਾਲ ਹੀ ਉਹ ਬੁੱਲੇ ਸ਼ਾਹ ਨੂੰ ਗਾਉਂਦੇ ਸਨ ਤੇ ਬੁੱਲੇ ਸ਼ਾਹ ਨੂੰ ਜਿਵੇਂ ਫਕੀਰ ਗਾਉਂਦੇ ਨੇ ਜਿਵੇਂ ਗਰੀਬ ਗਾਉਂਦੇ ਨੇ ਤੁਸੀਂ ਬੜਾ ਮਿਊਜ਼ਿਕ ਲੈ ਵੋ ਗਿਟਾਰਾਂ ਲੈ ਵੋ ਅਤੇ ਇਲੈਕਟ੍ਰਿਕ ਜੋ ਕੁਝ ਵੀ ਉਹ ਅੱਜ ਕੱਲ੍ਹ ਬਣੇ ਨੇ ਬੀਟ ਵਾਸਤੇ ਡਰਮ ਸ਼ਰਮ ਜੋ ਕੁਝ ਵੀ ਸਾਰਾ ਵੀ ਲੈ ਵੋ ਅਤੇ ਉਹ ਜਿਹੜਾ ਚਿਮਟੇ ਔਰ ਪਰਾਤ ਔਰ ਘੜੇ ਨਾਲ ਉਸ ਗਰੀਬ ਨੇ ਦਾ ਗਾਣਾ ਉਹ ਤੁਸੀਂ ਗਾ ਸਕਦੇ ਜਿਹੜਾ ਉਹਦੇ ਵਿੱਚ ਸਿਦਕ ਸੀ ਜਿਹੜੀ ਉਹਦੇ ਵਿੱਚ ਸੱਚਾਈ ਸੀ ਜਿਹਦੇ ਵਿੱਚ ਉਹ ਆਪ ਰਲਿਆ ਸੀ ਗੁਰੂਆਂ ਤੇ ਸੂਫੀਆਂ ਸਾਨੂੰ ਇਹ ਨਹੀਂ ਸਿਖਾਇਆ ਆਪਣੇ ਆਪ ਨੂੰ ਮਾਰ ਕੇ ਸੱਜਣ ਵਿੱਚ ਸਮਾਣਾ ਇਹ ਰਮਜ਼ ਏ ਇਨਸਾਨੀਅਤ ਦੀ ਭਗਤੀ ਦੀ ਪ੍ਰੇਮ ਦੀ ਉਹ ਰੂਮੀ ਦੀ ਜਿਹੜੀ ਮਸਨਵੀ ਉਹਦੇ ਵਿੱਚ ਲਿਖਿਆ ਕਿ ਕੋਈ ਆਸ਼ਕ ਆਪਣੇ ਮਹਿਬੂਬ ਦੇ ਦੀਦਾਰ ਵਾਸਤੇ ਗਿਆ ਤੇ ਉਹਨੇ ਉਹਦੇ ਦਰਵਾਜ਼ੇ ਤੇ ਜਾ ਕੇ ਦਸਤਕ ਦਿੱਤੀ ਅੰਦਰੋਂ ਆਵਾਜ਼ ਆਈ ਕੌਣ ਆਸ਼ਕ ਨੇ ਆਖਿਆ ਮੈਂ ਦਰਵਾਜ਼ਾ ਨਹੀਂ ਖੁੱਲ੍ਹਾ ਕੋਈ ਫਕੀਰ ਵੇਖ ਰਿਹਾ ਸੀ ਉਹਨੇ ਆਖਿਆ ਤੇਰਾ ਇਸ਼ਕ ਅਜੇ ਕੱਚਾ ਹੈ ਜਾ ਇਹਨੂੰ ਪਕਾ ਆਪਣੇ ਇਸ਼ਕ ਨੂੰ ਫਿਰ ਮੁੱਦਤਾਂ ਜੁਦਾਈ ਦੇ ਵਿੱਚ ਰੋਂਦਾ ਰਿਹਾ ਆਪਣੀ ਜਿਹੜੀ ਉਹਦਾ ਮਹਿਬੂਬ ਸੀ ਮੁੱਦਤਾਂ ਮਗਰੋਂ ਫਿਰ ਦੀਦਾਰ ਦਾ ਦਿਲ ਕੀਤਾ ਆਇਆ ਦਸਤਕ ਦਿੱਤੀ
अंदरों आवाज आई, कौन तू? दरवाजा खुल गया, ऐ जड़ा तू ते मैं एक होना है, ऐ इंसानियत है, ऐ रमज है। एक काफी है बाबे भुले शाह दी, ये जरा दी इमेजरी वेखो। खोले दे परछावे वांगू घूम रहा, खोले दे परछावे वांगू घूम रहा मन माही, जहां बोला तू नाले बोले चुप रवा मन नाही, जहां समा तू नाल समे जहां तुरा तू राही, बुला शो घर आया साडे जिंदड़ी गोल कमाई, तू नहीं मन नाही वे सजना तू नहीं मन नाही, तू नहीं मन नाही। फकीर कहते कि जरा इश्क है जाहिर है तो जरा मशूक है बातन है, आशिक लफ्ज है मशूक उदा मतलब है उदा मफहूम है। सूफिया विच मुर्शद अगे नचना जरा महबूब भी हो वे, ए पुरानी रीत है। नमी दानम के आखर चू दमे दीदार मी रखसम, मगर नाजम बाई जौके के पेशे यार मी रखसम। हूं पंजाब हूं पंजाबी की फकीरी वेखो, तेरे इश्क ने डेरा मेरे मन विच कीता, भर के जहर प्याला मैं ते आपे ही पीता, छेती बोड़ी में तबीबा नहीं ते मैं मर गई, तेरे इश्क नचाया तेरे इश्क नचाया तेरे इश्क नचाया करके थैया थैया। तुसां जे कदी फकीरां दा मच वेख्या होवे अग दे पांबड़ विच हर लंबू नच रहा होंदा है, जिहड़ी आतिश परस्ती है जिहड़ी अग की पूजा है, ईरान ईरान विच हजारां साल पुरानी है। जदों ईरान का नाम पारस सी, पारस होशंग बादशाह का पुत्र सी जिहदे नां दे उत्ते उस देश का नाम सी पारस। तुसां सुनिया होगा पारस पत्थर एक होंदा सी, जिहड़े सुनियारे सन उह सोना असली या नकली वेखणा होवे तो उस पारस नाल रगड़दे सन, उह पत्थर उत्थों ही आंदा सी पुराने वेलियां दे विच। पारस ही फारस है, वेले दे नाल नाल पारस ही फारस बनिया, पारसी फारसी है, पर जिहड़ी पारसी कम्यूनिटी है जिहड़ी पारसी एक मजहब है वो अज भी अपने आप नूं जिहड़े जरतुश्त नूं जोरास्ट्रियन तुसीं उह पढ़िया होगा किधरे, वो अज भी अपने आप नूं पारसी आखदे ने अपने पुराने नां ते। पारसी जिहड़ी एक नसल है, मतलब है तुसीं उह प्रचार नहीं करदे अपने मजहब का तबलीग नहीं करदे, तुसीं पारसी नहीं हो सकदे, उह इक्को नसल के लोग ने, घट रहे ने, बहुत थोड़े रह गए ने दुनिया के, कुछ हजार रह गए ने, इंडिया च भी है ने पाकिस्तान च भी है ने, यह अपने मुरदिया नूं सुट देंदे ने खुल्लियां थावां ते जिन्हां नूं गिरजा खा लैन, उन्होंने टावर ऑफ पीस कहते हैं उन्होंने थावान, थोड़े बंबे में है साढ़े इतने कराची में भी है। पंजाब जो फकीर का मच है मैं लगता कि उतों आया होना ईरान के, क्योंकि वह अग न जिमें पूजते सन, साढ़े पुराने संघ रहे ने बड़े ईरान के और पंजाब के, जिद जे भी देखो थोड़े हाकम रहे होंगे ने उन्हों बोलियां थोड़े बच्चे आदि ने, इं तो होंगे ही है, मैं कोई यह नहीं कह रहा कि बड़ा चंगा होया, पर इंज होया इन मनना ही पेगा कि हम सा फारसी है पंजाबी दे बहुत लफज ने उदे जे अरबी भी फारसी राही आई तो है ने एक एक सच है, इंज होना चाहिए सी या नहीं होना, मैं ये नहीं बहस करता। जिहड़े अग दी पुजारी सन उन्हां नूं गब्बर भी आख्या जांदा, साडा पंजाब दा लफ्ज़ जिहड़ा गब्बर होवे हो सकदा है इसे उसे गब्बर तों बणिया होवे, इह एवें ख्याल है मेरा। जिहड़ा थैया थैया इह घुंगरू छिणकण दी आवाज़ है जिहड़े नाचे दे पैरां विच बज्जे हुंदे ने,
एक लफज होंगे थथैया, मुजरे विच नचद कंजरी का जरा थथैया होंगे वह सामने तमाशबीना विच बैठा होंगे थथैया जरा होंगे जिथे कंजरी के पैरों में कोई थिड़क आ जाए उहदे कोलों कोई गलती हो जाए नचद तो वह जो किराएदार इमदादी होंगे जरा आपी बाया होंगे उन्हें उत्थे फिर उच्ची उच्ची आवाज कहता था थैया इंज जापे जिमें कंजरी को गलती नहीं हुई साजा के बाज में कोई फर्क पिया है वो कवर कर देंगे ने उत्थे ना यह जो थथैये होंगे ने साढ़े जिन्हें धर्मी सियासी तो भावें समाजी जोड़े प्रधान ने जोड़े लीडर ने अगर तुम ध्यान करो तो उन्हें सारे अपने अपने थथैये रखे ने मीडिया विच पोलीटिकल पार्टियां विच सरकारां विच जिहड़े उन्हां दे ऐबां ते पर्दा पा के उन्हां नूं वड्यांदे रहिंदे ने वो अगे तो अगे लंघदे रहिंदे ने फिर इह जिहड़े थथैये ने उन्हां दे जिवें उन्हां दीआं वेलां उकदे ने थथैया की थथैया का ही राज है इंज ही लगता है सारी दुनिया के सच सच तो किधरे लुक गया वो कोई कोई बड़े चातर चलाक कोई आए व्यापारी किसी बादशाह दे किसी राजधानी दे विच ते वो ना आके कहा जी असी एक ऐसा कपड़ा बनाने जिहड़े जिहड़ा हरामियां नूं नज़र नहीं आता हरामजादियां नूं बास्टर्ड नूं नज़र नहीं आता जिहड़े हलाली होंदे ने जिहड़े अपने प्यूआं ते अपने मावां दे पुत्तर होंदे ने सिर्फ उन्हां नूं जिहड़े अशराफ होंदे ने बस उन्हां नूं वो दिसदा है वो कपड़ा हुण ऐसा कपड़ा जिहड़ा इंज दा होवे उहदे उत्ते बादशाह तों ज्यादा किहदा हक होना सी बादशाह ने आख्या मेरे वास्ते लिबास बना ऊन ऊन रहे ने कपड़ा किसी नूं नजर ही नहीं आ रहा पर हर कोई चुप पे क्योंकि वह गल इन्नी पुग गई वह गल इन्नी उत्थे हर किसी ने मन ली उन्हें ऐसिया दलीलां दित्तियां ऐसे लफज बोले अज भी देखो देखो ना कुछ लफज टेरराइज कर देंगे चुप करा देंगे इस तरह भारे भरे लफज बोल के तो चुप करा देंगे उन्हें ऐसा दलीलां दित्तियां उत्थे कि सारे चुप कर गए तो हुण मन लिया उन्हें जी एक कपड़ा ऐसा जिहड़ा हरामजादियां नूं नजर हरामियां नूं नजर नहीं आता तो हुण बना रहे ने नजर किसी नूं नहीं आ रहा सारे चुप सारे एक दूजे कोल थोड़े जे शर्माण भी संग संगण भी यार है ते है की होया मैं ते मेरी तो मां जी नहीं सी हो पर कोई बोल नहीं रहा फिर वो दिन आ गया जी उन्हें कहा जी कपड़ा बन गया है पहला तो खड्डी उन्होंने कहा खड्डी किसी नहीं दिसी फिर कपड़ा बन गया हूँ कपड़ा भी नहीं दिसदा पाया हूँ आए कपड़ा लैके बादशाह ने कहा जी तुम अपने आ कपड़े लाओ हीरे जवाहर ताज सारा कुछ मखमल के कपड़े महंगिया जुतियां तिले वाली सारा कुछ उन्हें लवा के उन्हें कहा थोड़ा ही नाम है तुसी हुण बादशाह ने कपड़ा पाया पर बादशाह ते बादशाह नूं कपड़ा ने ना दिसी हुण बादशाह भी चुप वो भी आखे मेरी मां उते बड़ी राणी बड़ी महाराणी सी मेरी मां उहदियां ते बड़ियां इज्जतां सन ते आ की होया मैनूं ते नहीं पिया दिसदा हुण बादशाह हुण रौला पै गया जी बादशाह ने कपड़े पा लेने जिहड़े इस तरह के ने कि हरामियां नूं नजर नहीं आउंदे तो हुण बादशाह घोड़े ते चढ़िया तो हुण बाजारां विच फिर रहा बादशाह कह रहा चलो मैनूं नहीं मतलब दिस रहा बाकी तो वेख रहे ने ना चलो मैं तो क्लीयर हो गया मेरा काम कि मैं तो अहम हाँ बाकी दुनिया हुण बाकी दुनिया भी बल्ले बल्ले वाह वाह जिंदाबाद कह रही तो नज़र किसी नूं भी नहीं आ रहा दिस किसी नूं भी नहीं रहा एक फकीर मजदूर जिहड़ा उस हालत विच सी जज्बो मस्ती दी हालत विच वो आया लोग इकट्ठे हुए ने बादशाह घोड़े ते बैठा है वो आंदे आ कहिंदा इह ते नंगा है हुण मजदूर दे बारे हर किसी नूं पता सी इह झूठ नहीं बोलदा इह फकीर झूठ नहीं बोलदा इह हर किसी नूं पता सी फकीरां नूं लोकां मारिया भी मारन वालिया नूं भी पता सी इह फकीर सच्चा इह सारे जग नूं इह सारे उस देश नूं पता सी कि इह फकीर झूठ नहीं पिया बोलदा वो आखिया ते नंगा है जो ने दो तीन बारी आख्या नंगा तो सारी दुनिया आखन लग पी नंगा तो वह जरा
ਜਿਹੜੇ ਥਥਈਆਂ ਦੇ ਵਿੱਚ ਨੰਗੇ ਬਾਦਸ਼ਾਹ ਪੇ ਫਿਰਦੇ ਨੇ ਹਰ ਪਾਸੇ ਉਹਨਾਂ ਦੇ ਥਥਈਏ। ਉਹ ਇੱਕ ਮੈਨੂੰ ਗੱਲ ਯਾਦ ਆ ਗਈ ਕਿ ਉਹ ਕੋਈ ਚੌਧਰੀ ਸਨ ਵੱਡੇ ਸਰਦਾਰ, ਤੁਸੀਂ ਸਰਦਾਰ ਕਹਿੰਦੇ ਹੋ ਸਾਡੇ ਪਾਸੇ ਚੌਧਰੀ ਮਲਕ ਮੀਆਂ ਇਹਦੇ ਨਾਂ ਹੁੰਦੇ ਨੇ ਵੱਡੇ ਜ਼ਿਮੀਂਦਾਰ ਜਿਹੜੇ ਹੁੰਦੇ ਨੇ, ਤੇ ਉਹ ਵੱਡੇ ਜ਼ਿਮੀਂਦਾਰ ਸਨ ਤੇ ਚੌਧਰੀ ਫਤਿਹ ਮੁਹੰਮਦ ਪਿੰਡ ਦਾ ਲੰਬੜਦਾਰ ਸੀ। ਉਹ ਸੱਤ ਭਰਾ ਸਨ, ਉਹਨਾਂ ਦੀ ਇੱਕ ਭੈਣ ਸੀ ਰਹਿਮਤ। ਰਹਿਮਤ ਇਹਨਾਂ ਦਾ ਗਾਉਣ ਤੇ ਬੜਾ ਦਿਲ ਕਰੇ, ਗਾਉਣ ਤੇ ਕਿ ਮੈਂ ਗਾਵਾਂ ਤੇ ਸਾਰਾ ਪਿੰਡ ਮੈਨੂੰ ਸੁਣੇ ਸਾਹਮਣੇ ਬਹਿ ਕੇ। ਉਹ ਭਰਾ ਨੂੰ ਵਾਰ ਵਾਰ ਆਖੇ ਵੀਰ ਆਪਣੇ ਨੂੰ ਚੌਧਰੀ ਫਤਿਹ ਮੁਹੰਮਦ ਨੂੰ ਕਿ ਮੇਰਾ ਦਿਲ ਕਰਦਾ ਮੈਂ ਗਾਵਾਂ। ਹੁਣ ਉਹਨੂੰ ਵੀ ਥੋੜਾ ਜਿਹਾ ਪਤਾ ਤੇ ਹੈ ਸੀ ਕਿ ਐਡੀ ਸੁਰੀਲੀ ਤੇ ਹੈ ਨੀ, ਪਰ ਫਿਰ ਵੀ ਭੈਣ ਦਾ ਆਪਣੀ ਉਹਨੇ ਦਿਲ ਰੱਖਣਾ ਸੀ। ਉਹਨੇ ਕਿਹਾ ਪਿੰਡ ਨੂੰ ਹੁਕਮ ਦਿੱਤਾ ਕਿ ਇੰਜ ਇਕੱਠੇ ਹੋ ਜਾਓ, ਮੇਰੀ ਭੈਣ ਨੇ ਗਾਣਾ ਗਾਣਾ। ਸਾਰਾ ਪਿੰਡ ਹੁਣ ਇਕੱਠਾ ਹੋ ਗਿਆ, ਸਾਰਾ ਪਿੰਡ ਹੁਣ ਅੱਗੇ ਬੈਠਾ ਹੈ। ਉਹ ਨਾ ਗਾ ਰਹੀ ਹੈ ਬੜੀ ਬੇਸੁਰੀ ਆਵਾਜ਼, ਸਾਰਾ ਪਿੰਡ ਬੱਲੇ ਬੱਲੇ ਵਾਹ ਵਾਹ। ਸਾਰੇ ਮਜ਼ੇਰੇ ਕੰਮੀ ਨੌਕਰ ਸਾਰੇ ਅੱਗੇ ਬੈਠੇ, ਸਾਰੇ ਵਾਹ 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 ਬੱਲੇ ਬੱਲੇ। ਹੁਣ ਪਿੰਡ ਦਾ ਮਰਾਸੀ ਵਿੱਚ ਬੈਠਾ ਸੀ, ਸੁਰ ਖਰਾਬ ਹੋਵੇ, ਬੇਸੁਰਾ ਬੇਤਾਲਾ ਤੇ ਬੇਸੁਰਾ ਤੇ ਉਹ ਮਰਾਸੀ ਤੇ ਨਹੀਂ ਜਰ ਸਕਦਾ ਨਾ। ਮਰਾਸੀ ਵੀ ਝੜ ਚੁੱਪ ਰਿਹਾ ਕਿਉਂਕਿ ਉਹਨੇ ਆਖਿਆ ਸੀ ਕਿ ਮੈਂ ਵੱਖੀ ਪਾੜ ਦਿਆਂਗਾ ਜਿਹੜਾ ਬੋਲਿਆ। ਚੌਧਰੀ ਫਤਿਹ ਮੁਹੰਮਦ ਦਾ ਹੁਕਮ ਆਇਆ ਸੀ ਕਿ ਜਿਹੜਾ ਬੋਲਿਆ ਮੇਰੀ ਭੈਣ ਦੇ ਗਾਣੇ ਵਿੱਚ ਮੈਂ ਉਹਦੀ ਵੱਖੀ ਪਾੜ ਦਿਆਂਗਾ। ਹੁਣ ਸਾਰੇ ਡਰਦੇ ਆ ਕਿ ਵੱਖੀ ਨਾ ਸਾਡੀ ਪਾਟੇ, ਇਹ ਤੇ ਮਾਰੇਗਾ। ਸਾਰੇ ਬੱਲੇ ਬੱਲੇ ਵਾਹ 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 ਵੇਲਾਂ ਦੇ ਰਹੇ ਨੇ, ਚੁਦਰਾਣੀ ਗਾ ਰਹੀ ਹੈ। ਬਾਬਾ ਮਰਾਸੀ ਜਿਹੜਾ ਸੀ ਨਾ ਝੱਟ ਬੈਠਾ ਰਿਹਾ ਵਿਚਾਰਾ, ਬੜਾ ਵੱਟਿਆ ਘੁੱਟਿਆ। ਆਖਰ ਉੱਠਿਆ, ਉੱਠ ਕੇ ਉਹ ਕਹਿੰਦਾ ਉਹ ਚੌਧਰੀ ਫਤਿਹ ਮੁਹੰਮਦ ਦਾ ਮੇਰੀ ਵੱਖੀ ਪਾੜ। ਤੇ ਉਹ ਜਿਹੜਾ ਸੱਚ ਬੋਲਣ ਹੈ, ਜਿਹੜਾ ਮਤਲਬ ਉਹ ਕਿੱਥੇ ਹੁੰਦਾ, ਉਹ ਹੈ ਹੀ ਨੀ ਕੋਈ ਸੱਚ, ਮਤਲਬ ਬੋਲ ਹੀ ਰਿਹਾ ਥਥਈਏ ਨੇ, ਵਾਹ ਵਾਹ ਬੱਲੇ ਬੱਲੇ ਲਾਲਚ ਨੇ ਲੋਕਾਂ ਦੇ, ਮਤਲਬ ਨੇ ਮਥਾਜੀਆਂ ਨੇ, ਕੋਈ ਬੋਲ ਹੀ ਨਹੀਂ। ਫਕੀਰ ਹੀ ਬੋਲ ਸਕਦਾ ਹੈ ਸੱਚ। ਫਕੀਰਾਂ ਦੀ ਦੁਨੀਆ ਹੋਰ ਹੈ, ਉਹ ਮਸਤ ਅਲਸਤ, ਉਹ ਬੇਪਰਵਾਹ, ਕਿਸੇ ਹਾਕਮ ਨਾਲ ਮਤਲਬ ਨਾ, ਕਿਸੇ ਜ਼ਮੀਨਦਾਰ ਦੀ ਮਥਾਜੀ। ਭੁੱਖ ਦੁੱਖ ਉਹਨਾਂ ਦਾ ਮੰਜੀ ਬਿਸਤਰਾ ਹੈ ਭੁੱਖ ਦੁੱਖ। ਜੇ ਤੂੰ ਜੋੜਿਆ ਕੁਝ ਨਹੀਂ, ਖੁਸਣਾ ਕੀ ਏ? ਭਲਾ ਹੋਇਆ ਮੇਰਾ ਚਰਖਾ ਟੁੱਟਾ, ਮੇਰੀ ਜਿੰਦ ਅਜ਼ਾਬੋਂ ਛੁੱਟੀ। ਗੱਲ ਬਾਬੇ ਬੁੱਲੇ ਸ਼ਾਹ ਦੀ ਆਜਜ਼ੀ ਤੂੰ ਸ਼ੁਰੂ ਹੋਈ ਤੇ ਖਤਮ ਕਿੱਥੇ ਹੋਈ? ਉਹਦੇ ਇੱਕ ਮਾਣ ਤੇ। ਤਿੰਨ ਸਦੀਆਂ ਗੁਜ਼ਰ ਗਈਆਂ, ਬਾਬੇ ਦੀ ਸ਼ਾਇਰੀ ਅੱਜ ਵੀ ਨਵੀਂ ਨਕੋਰ, ਸਜਰੀ ਸਵੇਰ ਵਰਗੀ। ਮੈਂ ਉਹਦੇ ਬਾਰੇ ਗੱਲਾਂ ਕਰ ਰਿਹਾ, ਤੁਸੀਂ ਸੁਣ ਰਹੇ। ਉਹ ਸਾਡੇ ਵਿੱਚ ਸਮਾ ਗਿਆ, ਉਹ ਤੁਸੀਂ ਵੀ ਹੋ, ਉਹ ਮੈਂ ਵੀ ਹਾਂ। ਉਹਦਾ ਮਾਣ ਪ੍ਰਵਾਨ ਹੋਇਆ। ਬੁੱਲੇ ਸ਼ਾਹ ਅਸਾਂ ਮਰਨਾ ਨਹੀਂ, ਕੋਰ ਪਿਆ ਕੋਈ ਹੋਰ। ਹਾਂਜੀ ਅਵਤਾਰ ਸਿੰਘ ਜੀ, ਖਬਰ ਹੈ ਜੀ ਆਪਣੇ ਆਪ ਨੂੰ ਗੁਆਚ ਗਏ ਜੀ। ਪ੍ਰੋਫੈਸਰ ਮੋਹਨ ਸਿੰਘ ਜੀ ਨੇ ਲਿਖਿਆ ਪੰਜਾਬੀ ਦੇ ਕਵੀ, ਮੰਨੋ ਨੀ ਕੋਈ ਪਹਾੜ ਸਮੇਂ ਦੇ ਪੈਰੀ। ਨੈਣ ਸਿੱਖ ਜੀ ਨੂੰ ਸੁਣਨਾ ਇਸ ਤਰ੍ਹਾਂ ਲੱਗਦਾ ਕਿ ਸਮਾਂ ਜਿਹੜਾ ਰੁਕ ਜਾਵੇ, ਪਰ ਸਮਾਂ ਜਿਹੜਾ ਇੱਕੋ ਇੱਕ ਐਸੀ ਚੀਜ਼ ਹੈ ਜਿਹੜਾ ਰੁਕਦਾ ਨਹੀਂ ਹੈ। ਅੱਜ
ਨੈਣ ਸੁਖ ਜੀ ਸਾਨੂੰ ਉੱਥੇ ਲੈ ਗਏ ਜਿੱਥੋਂ ਵਾਪਸ ਪਰਤਣਾ ਬਹੁਤ ਮੁਸ਼ਕਿਲ ਹੈ। ਪਰ ਮੇਰਾ ਇੱਕ ਪੱਕਾ ਵਿਸ਼ਵਾਸ ਬਣ ਗਿਆ ਕਿ ਜਿਵੇਂ ਮੈਂ ਸ਼ੁਰੂ 'ਚ ਦੱਸਿਆ ਸੀਗਾ ਵੀ ਆ ਸਾਡੇ ਦੋ ਸਿਆਣਿਆਂ ਨੇ ਜਸਵੰਤ ਜ਼ਫਰ ਜੀ ਨੇ ਅਤੇ ਸਰਦਾਰਾ ਸਿੰਘ ਜੌਹਲ ਜੀ ਨੇ ਜਿਹੜਾ ਤਾਜ਼ੀਆਂ ਆਪਣੀਆਂ ਪੋਸਟਾਂ ਦੇ ਵਿੱਚ ਪੰਜਾਬ ਦਾ ਦ੍ਰਿਸ਼ ਪੇਸ਼ ਕੀਤਾ ਉਹ ਇਸ ਤਰ੍ਹਾਂ ਸੀ ਜਿਵੇਂ ਕਿਆਮਤ ਆ ਗਈ ਹੋਵੇ। ਔਰ ਜੇ ਅਸੀਂ ਇਸ ਕਿਆਮਤ ਵਿੱਚੋਂ ਬਾਹਰ ਆਉਣਾ ਤਾਂ ਸਾਨੂੰ ਉਹਨਾਂ ਫਕੀਰਾਂ ਦੇ ਬੋਲ ਸੁਣਨੇ ਚਾਹੀਦੇ ਆ, ਫਕੀਰਾਂ ਦਾ ਲੜ ਫੜਨਾ ਚਾਹੀਦਾ, ਫਕੀਰਾਂ ਦੀ ਸੰਗਤ ਕਰਨੀ ਚਾਹੀਦੀ ਹੈ। ਇਹ ਤੋਂ ਇਲਾਵਾ ਕੋਈ ਹੋਰ ਹੱਲ ਨਹੀਂ ਹੈ। ਅੱਜ ਨੈਣ ਸੁਖ ਜੀ ਦੇ ਸਾਹਮਣੇ ਬੈਠ ਕੇ ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀਗਾ, ਔਰ ਜਿਸ ਤਰ੍ਹਾਂ ਦੇ ਲੋਕ ਮੈਸੇਜ ਸਰੋਤੇ ਦਰਸ਼ਕ ਮੈਸੇਜ ਦੇ ਰਹੇ ਸੀਗੇ ਉਹਨਾਂ ਵਿੱਚੋਂ ਇੱਕ ਸੱਜਣ ਨੇ ਲਿਖਿਆ ਬੱਲੇ 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 ਬੱਲੇ। ਔਰ ਮੈਂ ਕਹਿਣਾ ਚਾਹੁੰਦਾ ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀਗਾ ਮੈਨੂੰ ਆਪਣੇ ਆਪ ਨੂੰ ਜਿਵੇਂ ਮੈਂ ਕੋਈ ਮੈਲਾ ਕਚੈਲਾ ਜਿਹਾ ਕੋਈ ਲਿਬਾਸ ਹੋਵਾਂ, ਜਿਵੇਂ ਨੈਣ ਸੁਖ ਜੀ ਦਾ ਵਿਖਿਆਨ ਉਸ ਲਿਬਾਸ ਨੂੰ ਮੈਲੇ ਕਚੈਲੇ ਨੂੰ ਧੋ ਰਹੇ ਹੋਣ। ਜੀ ਕਰਦਾ ਕਿ ਉਹਨਾਂ ਨੂੰ ਸੁਣਦੇ ਰਹੀਏ, ਪਰ ਸਮੇਂ ਦੀ ਆਪਣੀ ਇੱਕ ਨਜ਼ਾਕਤ ਹੈ, ਇੱਕ ਚਾਲ ਹੈ। ਉਹਨਾਂ ਦੇ ਵਿਖਿਆਨ ਦੀਆਂ ਗੱਲਾਂ ਅਤੇ ਹਰ ਗੱਲ ਜਿਹੜੀ ਆ ਉਹ ਆਪਣੇ ਆਪ ਵਿੱਚ ਇੱਕ ਕਮਾਲ ਦੀ ਵਿਆਖਿਆ, ਜਿਵੇਂ ਉਹਨਾਂ ਨੇ ਮੱਲ ਮਾਰ ਨੂੰ ਦੱਸਿਆ ਕਿ ਅਸਲ ਵਿੱਚ ਉਹ ਅਛੂਤ ਹੁੰਦੇ ਆ, ਲੇਕਿਨ ਉਹ ਸਮਝਦੇ ਉਹਨਾਂ ਨੂੰ ਅਛੂਤ ਜਿਹਨਾਂ ਕੋਲ ਕੁਛ ਵੀ ਨਹੀਂ ਹੁੰਦਾ। ਅਤੇ ਜਿਵੇਂ ਅੱਜ ਸੱਚਮੁੱਚ ਉਸੇ ਤਰ੍ਹਾਂ ਦਾ ਹੀ ਦ੍ਰਿਸ਼ ਹੋਇਆ ਹੋਇਆ, ਜਿਵੇਂ ਬਾਦਸ਼ਾਹ ਨੂੰ ਕੋਈ ਨਹੀਂ ਕਹਿੰਦਾ ਵੀ ਨੰਗਾ ਆ, ਅਤੇ ਲੇਕਿਨ ਫਕੀਰ ਹੀ ਜਿਹੜੇ ਕਹਿ ਸਕਦੇ ਆ, ਮੇਰੇ ਖਿਆਲ ਫਕੀਰਾਂ ਦੀ ਸੰਗਤ ਵਿੱਚ ਹੀ ਸਾਨੂੰ ਇਹ ਹੌਸਲਾ ਮਿਲ ਸਕਦਾ, ਅਸੀਂ ਸਮੇਂ ਦਾ ਸੱਚ ਕਹਿ ਸਕੀਏ, ਬੋਲ ਸਕੀਏ। ਔਰ ਜਿਹੜੇ ਮਜ਼ਹਬ ਸਾਡੇ ਸਾਹਮਣੇ ਅੱਜ ਅਸੀਂ ਦੇਖ ਰਹੇ ਹਾਂ ਉਹਨਾਂ ਦੇ ਕੁਛ ਖਾਸ ਰੂਪ ਮਰਿਆਦਾ ਉਹਨਾਂ ਦੀ ਬਣੀਆਂ ਹੋਈਆਂ, ਲੇਕਿਨ ਇੱਕ ਫਕੀਰ ਜਿਹੜਾ ਉਹਦਾ ਜਿਹੜਾ ਮਜ਼ਹਬ ਹੈ ਉਹਦੀ ਕੋਈ ਰੂਪ ਰੇਖਾ ਨਹੀਂ, ਕੋਈ ਮਰਿਆਦਾ ਨਹੀਂ। ਇਹ ਸਾਨੂੰ ਨੈਣ ਸੁਖ ਜੀ ਨੇ ਬਹੁਤ ਵੱਡੇ ਭੇਤ ਦੀ ਗੱਲ ਦੱਸ ਦਿੱਤੀ ਹੈ, ਔਰ ਅਸੀਂ ਇਹਨਾਂ ਜਿਹੜੇ ਵਖਰੇਵੇਂ ਪੈਦਾ ਕਰਨ ਵਾਲੀਆਂ ਗੱਲਾਂ ਰੂਪ ਉਹਨਾਂ ਵਿੱਚੋਂ ਬਾਹਰ ਆ ਕੇ ਫਕੀਰੀ ਵਿੱਚ ਅਸੀਂ ਇਸ ਕਿਆਮਤ ਤੋਂ ਨਿਜਾਤ ਪਾ ਸਕਦੇ ਹਾਂ ਜਿਹੜੀ ਅੱਜ ਅਸੀਂ ਪੇਸ਼ ਕਰ ਰਹੇ ਹਾਂ। ਅੱਜ ਦਾ ਇਹ ਲੈਕਚਰ ਬਾਰੇ ਮੈਂ ਗੱਲ ਦੱਸਣੀ ਚਾਹੁੰਦਾ ਕਿ ਸਾਡੇ ਪੰਜਾਬ ਦੇ ਜਿਨ੍ਹਾਂ ਨੂੰ ਅਸੀਂ ਸੂਫੀ ਸਿੰਗਰ ਦੇ ਤੌਰ 'ਤੇ ਬਹੁਤ ਪਿਆਰ ਕਰਦੇ ਹਾਂ, ਹੰਸ ਰਾਜ ਹੰਸ ਜੀ, ਪਦਮ ਸ਼੍ਰੀ ਹੰਸ ਰਾਜ ਹੰਸ ਜੀ, ਉਹਨਾਂ ਦੀ ਬੜੀ ਤੀਬਰ ਇੱਛਾ ਸੀ ਕਿ ਨੈਣ ਸੁੱਖ ਜੀ ਦਾ ਲੈਕਚਰ ਕਰਾਓ ਬਾਬਾ ਬੁੱਲੇ ਸ਼ਾਹ ਦੇ ਉੱਤੇ, ਔਰ ਉਹ ਬੜੇ ਉਤਾਵਲੇ ਸੀਗੇ ਉਹਨਾਂ ਨੂੰ ਸੁਣ ਲਈ, ਅਤੇ ਉਹ ਲਗਾਤਾਰ ਲੈਕਚਰ ਉਹਨਾਂ ਨੇ ਸਾਰਾ ਸੁਣਿਆ, ਅਤੇ ਮੈਂ ਤਾਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਦੇ ਕਾਰਨ ਸਾਨੂੰ ਵੀ ਇਹ ਲੈਕਚਰ ਸੁਣਨ ਨੂੰ ਮਿਲਿਆ। ਅਤੇ ਬਹੁਤ ਸਾਰੇ ਸੱਜਣਾਂ ਨੇ ਅੱਜ ਉਹ ਗੱਲਾਂ ਸੁਣੀਆਂ ਜਿਹਦੇ ਨਾਲ ਸਾਡਾ ਪਾਰ ਉਤਾਰਾ ਹੋ ਸਕਦਾ। ਇਸੇ ਤਰ੍ਹਾਂ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਨੂੰ ਮੈਂ ਦੱਸਿਆ ਸੀਗਾ, ਉਹ ਵੀ ਬੜੇ ਉਤਾਵਲੇ ਸੀਗੇ ਇਹ ਲੈਕਚਰ ਸੁਣਨ ਲਈ, ਅਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਲੈਕਚਰ ਸੁਣਿਆ, ਔਰ ਉਹਨਾਂ ਕਰਕੇ ਅਸੀਂ ਵੀ ਇਹ ਲੈਕਚਰ ਦਾ ਆਨੰਦ ਮਾਣਿਆ। ਇੱਕ ਹੋਰ ਚੀਜ਼ ਕਿ ਪੰਜਾਬ ਦੇ ਇੱਕ ਬਹੁਤ ਹੀ ਹੋਣਹਾਰ ਸੂਫੀ ਗਾਇਕ ਮੁਹੰਮਦ ਇਰਸ਼ਾਦ, ਉਹਨਾਂ ਨੇ ਇਹ ਗੀਤ ਗਾਇਆ ਸੀਗਾ ਕਿਸੇ ਵੇਲੇ ਇੱਕ ਪੰਜਾਬੀ ਦੇ ਚੈਨਲ ਦੇ ਉੱਤੇ, ਮੀਰ ਅਕਸਮ ਤੇਰੇ ਇਸ਼ਕ ਨਚਾਇਆ, ਔਰ ਉਹ ਗੀਤ ਦੇ ਬੋਲ ਅਸੀਂ ਇਸ ਲੈਕਚਰ ਦੇ ਸ਼ੁਰੂ ਵਿੱਚ ਸੁਣਾਏ। ਉਹਨਾਂ ਤੋਂ ਇਜਾਜ਼ਤ ਲੈ ਕੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਅਤੇ ਅੱਜ ਬਹੁਤ ਸਾਰੇ ਨਵੇਂ ਸੱਜਣ ਜਿਹੜੇ ਆ ਉਹ ਸਾਡੇ ਨਾਲ ਜੁੜੇ, ਜਿਨ੍ਹਾਂ ਨੇ ਇਹ ਲੈਕਚਰ ਸੁਣਿਆ। ਮੈਂ ਥੋੜ੍ਹੇ ਜਿਹੇ ਨਾਂ ਜਿਹੜੇ ਨਵੇਂ ਆਏ ਆ ਮੈਂ ਜ਼ਰੂਰ ਉਹਨਾਂ ਦਾ ਨਾਂ ਦੱਸਣਾ ਚਾਹੁੰਦਾ।
ਜਿਨ੍ਹਾਂ ਵਿੱਚ ਸੁਰਿੰਦਰ ਮੋਹਨ ਸਿੰਘ ਸਿੱਧੂ ਜਾਲੜੇ ਤੋਂ, ਜਗਤਾਰਜੀਤ, ਅਸ਼ਵਿੰਦਰ ਕੌਰ, ਜਸਵੀਰ ਚੌਹਾਨ, ਬਲਵਿੰਦਰਪਾਲ ਸਿੰਘ, ਸੁਦੇਸ਼ ਕੰਬੋਜ, ਜਗਦੀਸ਼ ਕਲਸੀ, ਨਿਤਿਨ ਵੈਦਿਆ, ਅਰਿਆਂਤੀ ਮਾਨ, ਹਰਪ੍ਰੀਤ ਉੱਪਲ, ਪਰਮਜੀਤ ਮੀਸ਼ਾ, ਗੁਲਜ਼ਾਰ ਸਿੰਘ ਡੰਡੀਵਾਲਾ, ਸੁਪ੍ਰੀਆ ਕੁਮਾਰ, ਸੁਨੀਲ ਕੁਮਾਰ, ਪਵਨ ਸ਼ਰਮਾ, ਪਰਮਿੰਦਰ ਸੋਢੀ, ਰਵਿੰਦਰ ਸਿੰਘ ਸਹਿਰਾ, ਬਹਿਲ ਸਿੰਘ, ਮਨਜਿੰਦਰ ਸਿੰਘ, ਅਮਨਦੀਪ ਕੌਰ, ਹਰਕਮਲ ਕੌਰਪਾਲ ਅਤੇ ਗੁਰਪ੍ਰੀਤ ਕੌਰ ਚੰਡੀਗੜ੍ਹ ਤੋਂ। ਅਤੇ ਇੱਕ ਹੋਰ ਨਾਮ ਹੈ ਲੈਣਾ ਚਾਹੁੰਦਾ ਜ਼ਰੂਰ, ਕਿ ਉਹ ਸਾਨੂੰ ਇੰਨਾ ਉਤਸ਼ਾਹ ਦਿੰਦੇ ਆ ਔਰ ਸਾਡੇ ਇੰਨੇ ਵਿੱਚ ਸਮਾਏ ਹੋਏ ਆ ਚੰਡੀਗੜ੍ਹ ਤੋਂ, ਪੰਜਾਬ ਯੂਨੀਵਰਸਿਟੀ ਦੇ ਡਾਕਟਰ ਆਈ ਡੀ ਗੌੜ ਜੀ, ਉਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਉਤਸ਼ਾਹ ਵੀ ਹੈ, ਸਹਾਰਾ ਵੀ ਹੈ, ਸਾਨੂੰ ਉਹਨਾਂ 'ਤੇ ਮਾਣ ਵੀ ਆ ਔਰ ਸਾਡੀ ਉਹ ਹੌਸਲਾ ਅਫਜ਼ਾਈ ਇੰਨੀ ਕਰਦੇ ਆ ਕਿ ਸਾਨੂੰ ਲੱਗਦਾ ਕਿ ਅਸੀਂ ਠੀਕ ਕੰਮ ਕਰ ਰਹੇ ਹਾਂ। ਅਤੇ ਅਖੀਰ ਵਿੱਚ ਸਾਡੇ ਜਿਹੜੇ ਇਸ ਕੰਮ ਨੂੰ ਸਿਰੇ ਚਾੜਨ ਵਾਲੇ ਸੋਹਜ ਦੇ ਬਹੁਤ ਹੀ ਜ਼ਿਆਦਾ ਜਿਹੜੇ ਸਾਡਾ ਉਹ ਜਿਹੜਾ ਪੋਸਟਰ ਬਣਾਉਂਦੇ ਆ ਅਤੇ ਆ ਜਿਹੜਾ ਟੈਕਨੀਕਲ ਕੰਮ ਜਿਹੜਾ ਇਹਨੂੰ ਸਾਂਭਦੇ ਆ, ਪਰਮਿੰਦਰ ਅਤੇ ਹਰਪ੍ਰੀਤ ਅਤੇ ਸਾਡੀ ਪੰਜਾਬ ਦਰਸ਼ਨ ਦੀ ਸਿੱਧਿਕ ਟੀਮ, ਉਹਦੇ ਵਿੱਚ ਹਰਮੀਤ ਕੌਰ, ਜਸਕਰਨ ਸਿੰਘ, ਕਮਲੇਸ਼, ਦਿਲਦਾਰ, ਮਹਿਤਾਬ ਅਤੇ ਸਭ ਤੋਂ ਜ਼ਿਆਦਾ ਜਿਨ੍ਹਾਂ ਦੇ ਆਸਰੇ ਨਾਲ ਅਸੀਂ ਇਹ ਸਾਰੀ ਟੀਮ ਚੱਲਦੀ ਆ, ਉਹ ਮੇਰੀ ਵਾਈਫ ਕੁਲਵਿੰਦਰ ਕੌਰ, ਜਿਨ੍ਹਾਂ ਨੇ ਅੱਜ, ਕਿਉਂਕਿ ਅੱਜ ਮਹੀਨਾ ਅੱਸੂ ਚੜ੍ਹਿਆ, ਅੱਜ ਅੱਸੂ ਦੀ ਸੰਗਰਾਂਦ ਸੀ ਔਰ ਸੰਗਰਾਂਦ ਕਰਕੇ ਉਹਨਾਂ ਨੇ ਸਾਨੂੰ ਸ਼ੁਰੂ ਵਿੱਚ ਹੀ ਕੜਾਹ ਪ੍ਰਸ਼ਾਦ ਬਣਾ ਕੇ ਖਿਲਾਇਆ ਅਤੇ ਬਹੁਤ ਵਧੀਆ ਸ਼ੁਭ ਆਰੰਭ ਅੱਜ ਦੇ ਲੈਕਚਰ ਦਾ ਹੋਇਆ ਸੀਗਾ। ਅਤੇ ਇੱਕ ਮੈਂ ਸਾਰਿਆਂ ਨੂੰ ਹੋਰ ਗੱਲ ਦਰਸ਼ਕਾਂ ਨੂੰ ਦੱਸਣੀ ਚਾਹੁੰਦਾ ਕਿ ਅਸੀਂ ਜਨਾਬ ਪ੍ਰੋਫੈਸਰ ਨੈਣ ਸੁੱਖ ਜੀ ਤੋਂ ਹੋਰ ਦੋ ਲੈਕਚਰ ਸੁਣਨੇ ਆ, ਉਹ ਇੱਕ ਪਾਰਟੀਸ਼ਨ ਦੇ ਉੱਤੇ, ਇੱਕ ਸ਼ਾਹ ਹੁਸੈਨ ਜੀ ਦੇ ਉੱਤੇ, ਔਰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਹੁਣ ਮੈਨੂੰ ਕਹਿਣਾ ਨਾ, ਔਰ ਜਦੋਂ ਉਹਨਾਂ ਦਾ ਆਪ ਹੀ ਟਾਈਮ ਲੱਗੂਗਾ, ਜਦੋਂ ਵਿਹਲੇ ਹੋਣਗੇ, ਉਹਨਾਂ ਦੇ ਕੁਛ ਕੰਮ ਆਪਣੇ ਚੱਲ ਰਹੇ ਨੇ, ਉਹਨਾਂ ਨੇ ਆਪਣੀਆਂ ਕਿਤਾਬਾਂ ਛਪਾਉਣੀਆਂ ਅਤੇ ਉਹਦੇ ਸਿਲਸਿਲੇ ਵਿੱਚ ਉਹ ਕਾਫੀ ਜ਼ਿਆਦਾ ਬਿਜ਼ੀ ਆ। ਉਹਨਾਂ ਦੀ ਇੱਕ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ, ਉਹਨਾਂ ਨੇ ਕਿਹਾ ਸੀ ਕਿ ਮੇਰੇ ਵਿੱਚ ਮੁਰੱਬਤ ਇੰਨੀ ਹੈ ਕਿ ਜੇ ਤੁਸੀਂ ਮੈਨੂੰ ਬਹੁਤਾ ਕਹੋਗੇ ਮੈਂ ਨਾ ਨਹੀਂ ਕਰ ਸਕਦੀ ਹੈ, ਅਤੇ ਉਹਨਾਂ ਨੇ ਸਾਨੂੰ ਬੰਨ੍ਹ ਦਿੱਤਾ ਕਿ ਅਸੀਂ ਉਹਨਾਂ ਨੂੰ ਕਹਾਂਗੇ ਨਹੀਂ, ਪਰ ਆਪਣੇ ਅੰਦਰਲੀ ਇੱਛਾ ਨੂੰ ਨਹੀਂ ਅਸੀਂ ਦਬਾ ਸਕਾਂਗੇ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਉਹਨਾਂ ਕੋਲ ਟਾਈਮ ਹੋਵੇ, ਉਹਨਾਂ ਦੇ ਦੋ ਲੈਕਚਰ, ਇੱਕ ਪਾਰਟੀਸ਼ਨ ਦੇ ਉੱਤੇ ਅਤੇ ਦੂਜਾ ਜਿਹੜਾ ਸ਼ਾਹ ਹੁਸੈਨ ਜੀ ਦੇ ਉੱਤੇ, ਉਹ ਲੈਕਚਰ ਅਸੀਂ ਜ਼ਰੂਰ ਸੁਣਨੇ ਹਾਂ। ਅਤੇ ਜਦੋਂ ਵੀ ਉਹਨਾਂ ਕੋਲ ਵਕਤ ਮਿਲੇ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਜ਼ਰੂਰ ਸਵੀਕਾਰ ਕਰਨ, ਆਪ ਹੀ ਸਾਨੂੰ ਉਹ ਟਾਈਮ, ਉਹ ਸਮਾਂ, ਉਹ ਤਰੀਕ ਦੱਸ ਦੇਣ ਜਦੋਂ ਉਹ ਵਿਹਲੇ ਹੋਣਗੇ। ਅਤੇ ਅਸੀਂ ਤਾਂ ਹੁਣ ਉਹਨਾਂ ਨੂੰ ਮੈਂ ਤਾਂ ਨਹੀਂ ਕਹਿ ਸਕੂੰਗਾ, ਕਿਉਂਕਿ ਇੱਕ ਪਿਆਰ, ਇੱਕ ਸਦਾਚਾਰ, ਇੱਕ ਸਤਿਕਾਰ ਵੀ ਹੁੰਦਾ ਕੋਈ ਚੀਜ਼। ਅਤੇ ਨੈਣ ਸੁੱਖ ਜੀ, ਕੁਛ ਸਵਾਲ ਵੀ ਆਏ ਆ ਅਤੇ ਮੇਰਾ ਖਿਆਲ ਹੈ ਉਹਨਾਂ ਸਵਾਲਾਂ ਦੇ ਜਵਾਬ ਤੁਸੀਂ ਦੇ ਹੀ ਦਿੱਤੇ ਆ, ਕੋਈ ਜਵਾਬ ਨਹੀਂ ਹੈ ਐਸਾ ਕਿ ਜਿਹੜਾ ਤੁਹਾਡੇ ਸਾਰੇ ਲੈਕਚਰ ਦੌਰਾਨ ਕੋਈ ਰਹਿ ਗਿਆ ਹੋਵੇ। ਲੇਕਿਨ ਇੱਕ ਮੈਂ ਜ਼ਰੂਰ ਕਹਿਣੀ ਚਾਹੂੰਗਾ, ਜੇ ਤੁਸੀਂ ਉਹਦੇ ਬਾਰੇ ਦੱਸ ਸਕੋ, ਇੱਕ ਸੱਜਣ ਨੇ ਸਵਾਲ ਕੀਤਾ ਸੀਗਾ ਕਿ ਅੱਜ ਕੱਲ੍ਹ ਜਿਹੜੇ ਸੂਫੀਆਂ ਦੇ ਮਜ਼ਾਰ ਜਿਹੜੇ ਆ ਇੱਧਰ ਅਸੀਂ ਆਪਣੇ ਵਾਲੇ ਪੰਜਾਬ ਵਿੱਚ ਦੇਖ ਰਹੇ ਹਾਂ, ਉਹਨਾਂ ਵਿੱਚ ਕਾਫੀ ਕੁਛ ਐਸਾ ਦੇਖਣ ਨੂੰ ਮਿਲਦਾ ਹੈ ਜਿਹੜਾ ਉਹ ਫਕੀਰੀ ਵਾਲਾ ਨਹੀਂ ਹੈ। ਅਤੇ ਇਹ ਵਰਤਾਰਾ ਜਿਹੜਾ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇਹ ਫਕੀਰਾਂ ਦੇ ਮਜ਼ਾਰਾਂ 'ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਵੈਸੇ ਤਾਂ ਹਰ ਮਜ਼ਹਬ ਦੇ, ਹਰ ਧਰਮ ਦੇ, ਹਰ ਚੰਗੀ ਥਾਂ ਦੇ ਉੱਤੇ, ਸਾਰੀ ਥਾਂ ਹੀ ਐਸਾ ਹੋ ਰਿਹਾ ਅਤੇ ਮਜ਼ਾਰਾਂ ਦੇ ਉੱਤੇ ਵੀ ਐਸਾ ਹੋ ਰਿਹਾ, ਕੋਈ ਨਵੀਂ ਗੱਲ ਨਹੀਂ ਹੈ। ਲੇਕਿਨ ਸੂਫੀਆਂ ਦੇ ਮਜ਼ਾਰਾਂ ਦੇ ਉੱਤੇ ਐਸਾ ਦੇਖਣਾ ਸਾਨੂੰ ਬੜਾ ਹੋਰ ਤਰ੍ਹਾਂ ਲੱਗਦਾ ਵੀ ਨਹੀਂ ਹੋਣਾ ਚਾਹੀਦਾ, ਇਹਦੇ ਬਾਰੇ ਤੁਹਾਡੀ ਰਾਏ ਜ਼ਰੂਰ, ਕਿਸੇ ਦਰਸ਼ਕ ਨੇ ਸਵਾਲ ਕੀਤਾ ਸੀਗਾ, ਤੁਸੀਂ ਜ਼ਰੂਰ ਦੱਸੋ। ਵੇਖੋ, ਜੋ ਅੱਜ ਹੋ ਰਿਹਾ ਉਹ ਭਾਵੇਂ ਮੰਦਰਾਂ ਵਿੱਚ, ਭਾਵੇਂ ਮਸੀਤਾਂ ਵਿੱਚ, ਜਾਂ ਗੁਰਦੁਆਰਿਆਂ ਵਿੱਚ, ਜਾਂ ਮਜ਼ਾਰਾਂ ਦੇ ਵਿੱਚ ਜੋ ਹੋ ਰਿਹਾ, ਇਹ ਫਕੀਰੀ ਤਾਂ ਨਹੀਂ, ਇਹ ਤੇ ਇੱਕ ਫਰਾਡ ਹੈ ਜੋ ਅਸੀਂ ਵੇਖ ਰਹੇ ਹਾਂ। ਔਰ ਜਿਹੜੀਆਂ ਖਾਨਕਾਵਾਂ ਹੁੰਦੀਆਂ ਸਨ, ਉਹ ਤੇ ਜਿਹੜੇ ਫਕੀਰ ਸਨ ਉਹ ਆਪੇ 40 ਸਾਲ ਬਾਅਦ ਉਜਾੜ ਦਿੰਦੇ ਸਨ, ਜਿਹੜੇ ਕਦੀ ਉਹ ਪੱਕੀਆਂ ਨਹੀਂ ਸਨ ਬਣਾਉਂਦੇ ਦਰਗਾਹਾਂ, ਉਹ ਕੱਚੀਆਂ ਹੀ ਹੁੰਦੀਆਂ ਸਨ। ਤੇ ਫਿਰ ਐਸੀ ਕਿ ਜਿਹੜੀਆਂ ਕਬਰਾਂ ਹੁੰਦੀਆਂ ਸਨ, ਜਿਹਨਾਂ ਦੇ ਉੱਤੇ ਪੱਕੇ ਮਜ਼ਾਰ ਬਣੇ ਨੇ, ਉਹ ਕਹਿੰਦੇ ਸਨ ਕਿ ਉਹ ਕੱਚੀਆਂ ਹੋਣ, ਔਰ ਜਦੋਂ ਮੀਂਹ ਵਸੇ, ਮੀਂਹ ਰੱਬ ਦੀ ਰਹਿਮਤ ਹੁੰਦੀ ਹੈ, ਤੇ ਉਸ ਕੱਚੀ ਜ਼ਮੀਨ ਦੇ ਵਿੱਚ ਜਾਏ, ਉਹ ਕੱਚੀ ਕਬਰ ਹੋਵੇ, ਫਕੀਰ ਇਹ ਕਹਿੰਦੇ ਸਨ।
ਕਿ ਸਾਡੀਆਂ ਕਬਰਾਂ ਕੱਚੀਆਂ ਹੋਣ, ਰੱਬ ਦੀ ਰਹਿਮਤ ਸਾਡੇ ਉੱਤੇ ਵਸੇ। ਫਿਰ ਵੱਧ ਤੋਂ ਵੱਧ ਉਹ ਕਹਿੰਦੇ ਸਨ ਕਿ ਉਹਨਾਂ ਦੇ ਉੱਤੇ ਜਿਹੜੀਆਂ ਰੇਤਾਂ ਦੇ ਉੱਤੇ ਜਿਹੜੇ ਰੋੜ ਹੁੰਦੇ ਨੇ ਉਹ ਚੁੱਗ ਕੇ ਪਾ ਦਿੰਦੇ ਸਨ ਫਕੀਰ, ਕਿਉਂਕਿ ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਜਦੋਂ ਇੱਕ ਵਾਰੀ ਨਬੀ ਤੇ ਲੋਕਾਂ ਨੇ ਸ਼ੱਕ ਕੀਤਾ ਕਿ ਤੂੰ ਨਬੀ ਨਹੀਂ, ਤੇ ਉਹ ਫਿਰ ਜਿਹੜੇ ਉਹਨਾਂ ਨੇ ਪੱਥਰ ਫੜੇ ਸਨ ਹੱਥਾਂ ਵਿੱਚ ਰਸੂਲ ਨੂੰ ਮਾਰਨ ਵਾਸਤੇ, ਉਹਨਾਂ ਨੇ ਕਲਮਾ ਪੜਿਆ, ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੇ ਸਨ ਉਹ ਪੱਥਰ ਬੋਲੇ। ਤੇ ਉਹ ਇੱਕ ਹੈ ਵੇ ਕਿ ਜਿਹੜੇ ਪੱਥਰ ਵੀ ਨੇ ਇਹ ਵੀ ਕਲਮਾ ਪੜਦੇ ਨੇ, ਤੇ ਉਹ ਜਿਹੜੇ ਰੇਤਾਂ ਦੇ ਉੱਤੇ ਜਿਹੜੇ ਪੱਥਰ ਚੁੱਕਦੇ ਸਨ ਉਹ ਕਈ ਵਾਰੀ ਕਬਰਾਂ ਤੇ ਪਾ ਦਿੰਦੇ ਸਨ। ਇਹ ਵੱਧ ਤੋਂ ਵੱਧ ਹੁੰਦਾ ਸੀ। ਬਾਕੀ ਜਿਹੜਾ ਅਸੀਂ ਅੱਜ ਅਸੀਂ ਵੇਖ ਰਹੇ ਹਾਂ, ਜਦੋਂ ਵੇਖੋ ਜਦੋਂ ਬਾਦਸ਼ਾਹਾਂ ਨੇ ਸੂਫੀਆਂ ਦੇ ਨੇੜੇ ਲੱਗ ਗਏ, ਔਰ ਸੂਫੀ ਜਿਹੜਾ ਸੀ ਉਹ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਾ ਕੇ ਬਹਿ ਗਿਆ, ਜਿਹਨੂੰ ਅਸੀਂ ਅੱਜ ਸ਼ਾਹੀ ਸੂਫੀ ਕਵਾਂਗੇ। ਉਹ ਫਕੀਰ ਤੇ ਰਿਹਾ ਨਹੀਂ, ਉਹਨਾਂ ਨੇ ਜਗੀਰਾਂ ਲੈ ਲਈਆਂ। ਤੁਹਾਡੇ ਪਾਸੇ ਤੇ ਇੰਝ ਨਹੀਂ, ਤੁਹਾਡੇ ਪਾਸੇ ਤੇ ਮਾੜੇ ਹੀ ਨੇ, ਜੋ ਵੀ ਮੈਂ ਵੇਖਣਾ ਸਾਡੇ ਪਾਸੇ ਤੇ ਬੜੇ ਬੜੇ ਵੱਡੇ ਜਗੀਰਦਾਰ ਨੇ, ਵਜ਼ੀਰ ਨੇ, ਕਈ ਉਹਨਾਂ ਚ ਪ੍ਰਾਈਮ ਮਿਨਿਸਟਰ ਬਣੇ, ਕਈ ਗਵਰਨਰ ਬਣੇ, ਫਕੀਰਾਂ ਦੀਆਂ ਜਿਹੜੀਆਂ ਔਲਾਦਾਂ ਨੇ। ਤੇ ਅੱਜ ਉਹਨਾਂ ਦੇ ਜੋ ਮਜ਼ਾਰਾਂ ਤੇ ਜੋ ਚੜਾਵੇ ਚੜਾਏ ਜਾਂਦੇ ਨੇ ਜਾਂ ਜੋ ਕੁਝ ਹੁੰਦਾ, ਇਹਦਾ ਫਕੀਰੀ ਨਾਲ ਕੋਈ ਤਲਕ ਨਹੀਂ, ਇਹ ਸਾਡੀ ਅੱਜ ਦੀ ਦੁਨੀਆ। ਜਿਵੇਂ ਸਾਡੇ ਰਿਸ਼ਤਿਆਂ ਦੇ ਵਿੱਚ ਹੋ ਰਿਹਾ ਹੈ, ਜਿਵੇਂ ਸਾਡੇ ਘਰਾਂ ਦੇ ਵਿੱਚ ਹੋ ਰਿਹਾ ਹੈ, ਜਿਵੇਂ ਸਾਡੀਆਂ ਸੋਚਾਂ ਦੇ ਵਿੱਚ ਹੋ ਰਿਹਾ ਹੈ, ਉਸੇ ਤਰ੍ਹਾਂ ਹੀ ਉਹ ਮਜ਼ਾਰਾਂ ਤੇ ਵੀ ਹੋ ਰਿਹਾ। ਉਹਦਾ ਹੀ ਇੱਕ ਤੁਹਾਨੂੰ ਨਜ਼ਰ ਆਉਂਦਾ ਨਾ, ਜੋ ਤੁਹਾਡੇ ਅੰਦਰ ਚੱਲ ਰਿਹਾ, ਜੋ ਤੁਹਾਡੇ ਘਰਾਂ ਵਿੱਚ ਚੱਲ ਰਿਹਾ, ਜੋ ਫਰਾਡ ਅਸੀਂ ਕਰ ਰਹੇ ਹਾਂ ਆਪਣੀ ਦੁਨੀਆਦਾਰੀ ਦੇ ਵਿੱਚ, ਉਹੀ ਮਜ਼ਾਰ ਇੱਕ ਦੁਨੀਆਦਾਰੀ ਦਾ ਹੀ ਬਣ ਗਿਆ ਨਾ ਉਹਦੇ ਵਿੱਚ। ਉਹ ਭਾਵੇਂ ਗੁਰਦੁਆਰਾ ਹੋਵੇ, ਭਾਵੇਂ ਮੰਦਿਰ ਹੋਵੇ, ਇਸੇ ਤਰ੍ਹਾਂ ਹੀ ਹਰ ਥਾਂ ਦੇ ਉੱਤੇ। ਇਸ ਵਾਸਤੇ ਉਹਦਾ ਕੋਈ ਤਲਕ ਨਹੀਂ, ਉਹ ਫਕੀਰੀ ਹੈ ਨਹੀਂ। ਸਹੀ ਗੱਲ ਹੈ ਜੀ। ਤੇ ਇੱਥੇ ਅੱਜ ਅਸੀਂ ਅੱਜ ਦੀ ਇਸ ਬੈਠਕ ਨੂੰ, ਇਸ ਸੰਗਤ ਨੂੰ, ਇਸ ਚੌਂਕੀ ਨੂੰ ਅਸੀਂ ਰੁਖਸਤ ਹੁੰਦੇ ਹਾਂ। ਨੈਣ ਸੁੱਖ ਜੀ ਦਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਉਹਨਾਂ ਦਾ ਦੇਣਾ ਕਿਸੇ ਤਰ੍ਹਾਂ ਵੀ ਦੇ ਨਹੀਂ ਸਕਾਂਗੇ। ਤੁਹਾਡੇ ਸਭ ਦਾ ਬਹੁਤ ਮਿਹਰਬਾਨੀ। ਤੁਹਾਨੂੰ ਮੈਂ ਪ੍ਰਸ਼ਾਦ ਜਿਹੜਾ ਸੀ, ਕੜਾਹ ਪ੍ਰਸ਼ਾਦ ਖਾਂਦਿਆਂ ਵੇਖਿਆ, ਮੇਰੇ ਮੂੰਹ ਚ ਸਵਾਦ ਆ ਗਿਆ ਸੀ ਵੈਸੇ। ਤੇ ਬੜੀ ਬੜੀ ਮਿਹਰਬਾਨੀ ਜਿੰਨਾ ਸਭ ਨੇ ਮੈਨੂੰ ਸੁਣਿਆ। ਪੰਜਾਬ ਕਰਾਂ ਕੀ ਸਿਫਤ ਤੇਰੀ, ਹੈ ਪੰਜਾਬ ਕਰਾਂ ਕੀ ਸਿਫਤ ਤੇਰੀ, ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾ ਦੇ ਸਭ ਸਾਮਾਨ ਤੇਰੇ, ਜਲ ਪਾਉਣ ਤੇਰਾ ਹਰਿਆਲ ਤੇਰੀ, ਦਰਿਆ ਪਰਬਤ ਮੈਦਾਨ ਤੇਰੇ। ਬਾਬਾ ਨਾਨਕ ਬਾਬਾ ਫਰੀਦ ਆਪਣੀ ਛਾਤੀ ਤੇ ਪਾਲੇ ਤੂੰ, ਦੁਨੀਆ ਨੂੰ ਚਾਨਣ ਦੇਣ ਲਈ ਕਈ ਰੋਸ਼ਨ ਦੀਵੇ ਬਾਲੇ ਤੂੰ, ਤੂੰ ਆਜ਼ਾਦੀ ਦਾ ਆਗੂ ਹੈ। ਤੂੰ ਕੁਰਬਾਨੀ ਦਾ ਬਾਨੀ ਹੈ, ਅਰੇ ਔਕੜ ਪਿਆ ਭਰਾਵਾਂ ਦੀ ਤੂੰ ਹੈ ਕਰਦਾ ਅਗਵਾਨੀ ਹੈ। ਕਿਆ ਚੂੜੇ ਬੀੜੇ ਫੱਬਦੇ ਨੇ, ਜੋ ਬਨਮਤੀਆਂ ਮੁਟਿਆਰਾਂ ਦੇ, ਜਦ ਪਾਣ ਮਦਾਨੀ ਚਾਟੀ ਵਿੱਚ ਤਦ ਸ਼ੋਰ ਉੱਠਣ ਘੁਮਕਾਰਾਂ ਦੇ। ਕੋਈ ਤੁੰਬਦੀ ਹੈ, ਕੋਈ ਕੱਤਦੀ ਹੈ, ਕੋਈ ਪੀਂਦੀ ਹੈ, ਕੋਈ ਛੱਡਦੀ ਹੈ, ਕੋਈ ਸਿਉਂਦੀ ਕੋਈ